ਅਸੀਂ ਆਖਿਆ ਚੱਲ ਵੀ ਤਾਇਆ ਬਣਨਾ ਤਾਂ ਕੀ ਹੈ, ਹੁਣ ਜੋ ਪਰਮਾਤਮਾ ਨੇ ਕਰਤਾ ਉਹ ਤਾਂ ਵਾਪਸ ਆ ਨਹੀਂ ਸਕਦਾ, ਹੈ ਨਾ। ਸਹੀ ਗੱਲ ਹੈ। ਅਸੀਂ ਆਖਿਆ ਵੀ ਚੱਲ ਆਪਾਂ ਐਂ ਕਰਦੇ ਹਾਂ ਵੀ ਭੂਆ ਦਾ ਮੁੰਡਾ ਜਿਹੜਾ ਸੁਖਵੀਰ, ਹਾਂ, ਉਹਦੀ ਗੱਲ ਕਰਦੇ ਸੀਗੇ ਵੀ ਇਹਦੀ ਪੱਗ ਆਪਾਂ ਉਹਨੂੰ ਦੇ ਦੇਣੀ। ਕਦੇ ਤੂੰ ਵਾਗੀ, ਕਦੇ ਮੈਂ ਵਾਗੀ, ਕਦੇ ਪੁੱਤਰ ਰਾਜ ਹੋਰੀ ਵਗ ਜਾ ਕਰਨਗੇ, ਇੰਨੇ ਨਾਲ ਧੀਏ ਉਹਨਾਂ ਦਾ ਟਾਈਮ ਟੱਪ ਜੂਗਾ, ਦਿਨ ਨਿਕਲ ਜਾਂਦਾ, ਉਹ ਜਾਣੇ ਭੈਣ ਭਾਈ ਦਾ ਸਹਾਰਾ ਹੀ ਹੁੰਦਾ ਪੁੱਤ ਕੋਲੇ। ਕੀ ਕਰੇ ਆਈ ਅੰਜਲੀ? ਕੁਛ ਨੀ, ਕੱਪੜੇ ਧੋ ਕੇ ਆਈ ਆ। ਕੱਪੜੇ ਤੇ ਮੈਂ ਸਾਰੇ ਧੋਤੇ ਸੀ, ਕੀ ਰਹਿ ਗਿਆ ਸੀ? ਮੇਰਾ ਸੂਟ ਜਿਹੜਾ ਧੋਤਾ ਨਹੀਂ ਸੀ ਉਹ ਧੋ ਕੇ ਆਈ ਆ। ਓਹੋ, ਫਿਰ ਉਹ ਤਾਂ ਹੁਣ ਨਾ ਕੇ ਚੱਲ ਤੂੰ ਵਧੀਆ ਹੋਇਆ ਮਸਲ ਕੇ ਪਾਈ। ਮੇਰੀ ਗੱਲ ਸੁਣੀ, ਮੈਂ ਐਂ ਕਹਿੰਦੀ ਸੀਗੀ ਸਬਜ਼ੀ ਮੈਂ ਬਣਾਤੀ, ਆਟਾ ਗੁੰਨ ਕੇ ਫਟਾਫਟ ਦੋ ਰੋਟੀਆਂ ਲਾ ਦੇ, ਫਿਰ ਸਾਰਾ ਟੱਬਰ ਖਾ ਲੂਗਾ, ਭਾਂਡੇ ਟਿੰਡੇ ਜੇ ਆਪਾਂ ਰਲ ਕੇ ਚੱਕ ਦਾਂਗੇ, ਇੰਨੇ ਮੈਂ ਕੱਪੜੇ ਪ੍ਰੈਸ ਕਰਦਾ। ਠੀਕ ਹੈ ਮਹਾਰਾਣੀ ਜੀ, ਹੋਰ ਕੋਈ ਕੰਮ? ਗੋਹਾ ਕੂੜਾ ਵੀ ਕਰੇ ਆਉਂਦੀ ਆ, ਐਂ ਕਰਦੀ ਆ ਦਬਕੇ ਦੁਬਕੇ ਵੀ ਚੜ੍ਹ ਕੇ ਸਾਫ਼ ਕਰ ਦਿੰਦੀ ਆ, ਤੁਸੀਂ ਤਾਂ ਚਾਰ ਕੱਪੜੇ ਲੈ ਕੇ ਇੱਥੇ ਐਂ ਕਰੀ ਜਾਂਦੇ ਹੋ, ਮੈਨੂੰ ਤੇ ਇੰਨਾ ਔਖਾ ਕੰਮ ਦੱਸਤਾ, ਰੋਟੀਆਂ ਬਣਾ ਲਾ, ਆਟਾ ਗੁੰਨ ਲਾ। ਲੈ ਹੁਣ ਰੋਟੀਆਂ ਬਣਾਉਣੀਆਂ ਵੀ ਔਖਾ ਕੰਮ ਆ, ਲੋਕ ਤਾਂ ਰੋਟੀ ਨੂੰ ਸਭ ਤੋਂ ਸੌਖਾ ਕਹਿੰਦੇ ਨੇ, ਮੈਨੂੰ ਪਤਾ ਸੀ ਤਾਂ ਬੇਬੇ ਬਾਪੂ ਦੇ ਕੱਪੜਿਆਂ 'ਤੇ ਫੇਰ ਰੌਲਾ ਪਾਉਣਾ, ਮੈਂ ਦੇਖ ਭਾਈ ਜਾਣਾ ਆਪਦੇ ਪਿੰਡ, ਦੋ ਦਿਨ ਲਾ ਕੇ ਆਉਣੇ ਆ, ਮੈਂ ਬੇਬੇ ਬਾਪੂ ਦੇ ਕੱਪੜੇ ਆ ਭਾਈ, ਦੋ ਦਿਨਾਂ ਦੇ ਉਹ ਪ੍ਰੈਸ ਕਰਕੇ ਜਾਂਦੀ ਹਾਂ, ਤੇਰੀ ਕਰਤੂਤ ਦਾ ਮੈਨੂੰ ਪਤਾ, ਤੂੰ ਉਹਨਾਂ 'ਤੇ ਫਿਰ ਐਵੇਂ ਖਿੱਚਦੀ ਹੈ, ਮੈਨੂੰ ਐਂ ਲੱਗਦਾ ਵੀ ਮਾਂ ਪਿਓ ਦਾ ਮਨ ਦੁਖੀ ਹੁੰਦਾ ਗਾ, ਮੈਨੂੰ ਆਪਦੇ ਕੰਮ ਪੂਰੇ ਕਰਕੇ ਜਾਣਾ ਗਾ, ਬਾਲਾ ਨਾ ਬੋਲ, ਚੁੱਪ ਕਰਕੇ ਰੋਟੀਆਂ ਪਕਾ ਲਾ। ਨਾ ਤੈਨੂੰ ਪੇਕੇ ਜਾਣ ਨੂੰ ਕੀ ਹੋਇਆ, ਨਾਲੇ ਕੀ ਤੋਂ ਪੁੱਛੇ ਤੂੰ ਪੇਕੇ ਜਾਣ ਨੂੰ, ਤੀਜੇ ਦਿਨ ਮੂੰਹ ਚੱਕ ਕੇ ਕਹਿ ਦਿੰਦੀ ਪੇਕੇ ਜਾਣਾ, ਮਰ ਗਿਆ ਕੋਈ ਪੇਕੇ ਜਾਣ ਨੂੰ? ਅੰਜਲੀ ਮੂੰਹ ਸੰਭਾਲ ਕੇ ਗੱਲ ਕਰ ਲੈ, ਬੋਲਦੀ ਕਿਵੇਂ ਆ ਤੂੰ, ਕੀ ਗੱਲ, ਮਰਿਆ ਤੋਂ ਜਾਂਦੇ ਹੁੰਦੇ ਆ ਪੇਕੇ, ਕਿਉਂ ਤੂੰ ਐ ਬੋਲਦੀ, ਜਦ ਤੂੰ ਪੇਕੇ ਜਾਂਦੀ ਉਦੋਂ ਕੋਈ ਮਰ ਜਾਂਦਾ ਉੱਥੇ, ਬਕਵਾਸ ਕਰੀ ਜਾਂਦੀ ਐ ਫਿਰ ਤੂੰ, ਤੇ ਤੂੰ ਫਿਰ ਮੇਰੇ ਪੇਕਿਆਂ ਤੇ ਕਿਉਂ ਜਾਂਦੀ ਐ, ਜੇ ਤੈਨੂੰ ਇੰਨਾ ਹੀ ਐ ਨਾ, ਜਿੱਥੇ ਕੱਪੜੇ ਪ੍ਰੈਸ ਕਰੀ ਉੱਥੇ ਰੋਟੀਆਂ ਵੀ ਬਣਾ ਲਾ। ਨਹੀਂ ਮੈਂ ਤਾਂ ਰੋਟੀਆਂ ਬਣਾ ਲੂੰਗੀ, ਤੂੰ ਬੋਲਦੀ ਕਿਵੇਂ ਆਂਗੀ ਫਿਰ? ਫਿਰ ਬਣਾ ਲਾ, ਮੈਨੂੰ ਕੋਈ ਭਾਸ਼ਣ ਦੇਣ ਲੱਗ ਜਾਂਦੀ ਐ। ਕੀ ਹੋ ਗਿਆ, ਮਾਂ ਬੋਲੀਆਂ ਨਹੀਂ? ਮੇਰੀ ਗੱਲ ਸੁਣ ਲੈ, ਇਹਨੂੰ ਅਕਲ ਸਿਖਾ ਦੇ ਮਾੜੀ ਮੋਟੀ, ਆਖੇ ਤੈ ਪੇਕੇ ਜਾਣਾ ਕੋਈ ਮਰ ਗਿਆ, ਕੀ ਗੱਲ ਆ, ਇਹ ਮਰ ਕੇ ਜਾਂਦੀ ਐ? ਮੈਨੂੰ ਤਾਂ ਬਥੇਰੀ ਅਕਲ ਐ, ਤੂੰ ਸਿੱਖ ਕੇ ਆਪਦੇ ਪੇਕਿਆਂ ਤੋਂ। ਫਿਰ ਤੈਨੂੰ ਅਕਲ ਹੀ ਨਹੀਂ ਹੈਗੀ, ਐਂ ਬੋਲਦੇ ਹੁੰਦੇ ਨੇ, ਮਰ ਗਏ ਕਿਹਨੂੰ ਕਹਿੰਦੇ ਹੁੰਦੇ ਨੇ? ਹਾਂ ਹਾਂ, ਦੇਖ ਲੈ ਵਕੀਲ ਰੱਖੀ ਤੇਰੀ, ਇਹਦੇ ਪੱਖ ਦੀ ਗੱਲ ਕਰੀ, ਮੇਰੇ ਪੱਖ ਦੀ ਨਾ ਕਰੀ ਕਦੇ। ਕੀ ਗੱਲ ਬਈ ਫਿਰ, ਜਦੋਂ ਤੈਨੂੰ ਸਹੀ ਗੱਲ ਕਹੀ ਜਾਂਦੀ ਐ, ਤੂੰ ਉਹਨੂੰ ਮਰਿਆਂ ਤੱਕ ਜਾਂਦੀ ਐ, ਤੇਰੀ ਗਲਤ ਗੱਲ ਐ ਵੀਰੇ ਇਹ। ਮੈਂ ਤਾਂ ਚੱਲ ਮੂੰਹ ਮੂੰਹ ਮੂੰਹੋਂ ਬੋਲ ਦਿੰਦੀ ਆ, ਇਹ ਤਾਂ ਮਨੋ ਮਣੀ ਪਤਾ ਨਹੀਂ ਕੀ ਕੀ ਸੋਚ ਜਾਂਦੀ ਐ। ਬਾਈ ਮਨੋ ਮਣੀ ਤਾਂ ਕੁਛ ਮਰਜ਼ੀ ਸੋਚੀ ਜਾਵੇ, ਕੋਈ ਜਿਹੜਾ ਬੰਦਾ ਪੁੱਠਾ ਗਾ ਉਹਨੇ ਪੁੱਠੇ ਹੀ ਚੱਲਣਾ ਗਾ, ਤੈਨੂੰ ਕੀ ਮਤਲਬ ਲੱਗਾ, ਮੈਂ ਤੂੰ ਕੌਣ ਹੁੰਦੀ ਐ, ਤੈਨੂੰ ਮੈਂ ਤਾਂ ਕੀ ਦੱਸਾਂ ਤੇ ਕੀ ਪੁੱਛਾਂ, ਮਾਂ ਬੈਠੀ ਆ ਪੁੱਛਣ ਵਾਲੀ, ਬਾਪੂ ਵਰਗੇ ਬੈਠੇ ਨੇ ਪੁੱਛਣ ਵਾਲੇ, ਅਸੀਂ ਉਹਨਾਂ ਨੂੰ ਪੁੱਛ ਕੇ ਜਾਂਦੇ ਆ, ਤੇਰੇ ਵਾਂਗੂ ਥੋੜੂ ਆ ਵੀ ਤਿਆਰ ਹੋ ਕੇ ਪਰਸ ਚਾਕੀ ਦੱਸਦੀ ਆ ਮੈਂ ਕਿੱਥੇ ਜਾਣਾ। ਫਿਰ ਵਗ ਜਾ, ਮੈਂ ਕਿਹੜਾ ਤੈਨੂੰ ਰੋਕਿਆ, ਕਿਤੇ ਮਰਜ਼ੀ ਜਾ, ਜੋ ਮਰਜ਼ੀ ਧੱਕੇ ਖਾ, ਮੈਨੂੰ ਨਾ ਕਹਿਆ ਕਰ ਰੋਟੀ ਬਣਾ ਲਾ, ਫਲਾਣਾ ਕਰਨਾ, ਜਿਹੜਾ ਮੇਰਾ ਕੰਮ ਮੈਂ ਆਪ ਹੀ ਕਰ ਲੂੰਗੀ। ਹੱਦ ਹੋ ਗਈ ਤੇਰੇ ਵਾਲੀ, ਐਂ ਕਿਵੇਂ ਧੱਕੇ ਖਾ ਲੈ, ਜ਼ਮੀਨ ਹੀ ਬੋਲਣ ਲੱਗੀ ਦੇਖਦੀ ਹੈਗੀ, ਮੂੰਹ ਸੰਭਾਲਦੀ ਤੂੰ। ਉਹ ਬਸ ਕਰ ਮਾਂ, ਤੂੰ ਤਾਂ ਮੇਰੇ ਪੱਖ ਦੀ ਕਦੇ ਗੱਲ ਕੀਤੀ ਨਹੀਂ, ਤੈਨੂੰ ਤਾਂ ਇਹੀ ਚੰਗੀ ਲੱਗਦੀ ਹੈ, ਤੂੰ ਛਿੱਤਰਖਾਨੀ ਹੈ, ਤੂੰ ਡਰਦੀ ਹੈ, ਇਹਦੇ ਪਲ ਵੱਖ ਦੀ ਗੱਲ ਕਰਦੀ ਹੈ। ਦੇਖ ਦੇਖ ਕਿਵੇਂ ਬੋਲਦੀ ਹੈ, ਲਫਰ ਲਫਰ, ਮੈਂ ਕਿਸੇ ਤੋਂ ਨਹੀਂ ਡਰਦੀ ਵੀਰ, ਪੁੱਛਿਆ ਵੀ ਦੋ ਦਿਨ ਹੋ ਗਏ, ਤਿੰਨ ਦਿਨ ਪੁੱਛੇ ਨੂੰ, ਅਸੀਂ ਬੈਠੇ ਹਾਂ ਵੱਡੇ, ਤੈਨੂੰ ਮਹਾਰਾਣੀ ਨੂੰ ਪੁੱਛ ਕੇ ਜਾਊਗੀ ਹੈਂ। ਮੈਨੂੰ ਐਂ ਦੱਸ, ਜਿੱਦੇ ਇਹ ਵਿਆਹ ਕੇ ਲਈ ਸੀ ਦੀ ਮਾਂ ਨੇ ਐਂ ਕਿਹਾ ਸੀ ਵਕੀਲ ਬਣਨਾ ਅੱਗੇ ਜਾ ਕੇ ਇਹਦੀ? ਕੀ ਗੱਲ ਵੀਰ, ਸੱਸਾਂ ਮਾਂ ਬਣਾ ਕੇ ਰੱਖਦੀ, ਅਗਲੀ ਸੱਸ ਬਣਾ ਕੇ ਵੀ ਨਹੀਂ ਰੱਖਦੀ, ਤੂੰ ਬੋਲਦੀ ਆ ਲਾ ਨਾ, ਤੈਨੂੰ ਤੇਰੇ ਮਾਂ ਪਿਓ ਨੇ ਐਸ ਕਹਿ ਕੇ ਤੋਰਿਆ ਵੀ ਤੂੰ, ਤੇਰੀ ਮਾਂ ਮੇਰੀ ਗੱਲ ਸੁਣ, ਸੱਸ ਮੂਹਰੇ ਗਿੱਠ ਦੀ ਜਵਾਨ ਚਲਾਈ ਜਾਈ, ਮਾੜੀ ਮੋਟੀ ਮਾਂ ਦੀ ਤਾਂ ਲਿਹਾਜ਼ ਕਰ ਲੈ, ਮੇਰੇ ਨਾਲ ਤਾਂ ਜਿਹੜੀਆਂ ਕਰਤੂਤਾਂ ਕਰਦੀਆਂ ਠੀਕ ਆ, ਬੋਲਣ ਦੀ ਆਕੜ ਸਿੱਖ ਲੈ, ਪੜ੍ਹੀਆਂ ਲਿਖੀਆਂ ਕੀ ਤੇਰੀਆਂ ਖੂਚ ਗਈਆਂ, ਤੂੰ ਤਾਂ ਅਨਪੜ੍ਹ ਵਿਆਹ ਲਿਆਉਂਦੇ ਅਸੀਂ। ਕੋਈ ਨਹੀਂ, ਫਿਰ ਵਿਆਹ ਲਿਆਉਂਦੇ, ਅਨਪੜ੍ਹ ਵੀ ਨਹੀਂ ਮਿਲਦੀ ਸੀ, ਨਾਲੇ ਮੈਨੂੰ ਕੀ ਸਿਖਾਉਣੀ ਹੈ, ਮੇਰੀ ਮਾਂ ਨੇ ਮੈਨੂੰ ਬਥੇਰੇ ਚੰਗੇ ਸੰਸਕਾਰ ਦਿੱਤੇ, ਤੂੰ ਆਪਦਾ ਖਿਆਲ ਰੱਖਿਆ। ਉਹ ਤਾਂ ਦਿਸੀ ਜਾਂਦੇ ਨੇ, ਕੋਈ ਨਹੀਂ, ਦਿਖ ਗਏ ਨਾ, ਬਹੁਤ ਹੈ। ਤੂੰ ਨਹੀਂ ਰੋਟੀ ਪਕਾਉਣੀ, ਤੂੰ ਕਹਿ ਦੇ ਵੀ ਭਾਈ ਮੈਂ ਪਕਾਉਣੀ ਨਹੀਂ,
ਪੇਕਿਆਂ ਦੇ ਮਰਨ ਮਰਾਉਣ ਤੱਕ ਚੜ੍ਹਨ ਵਾਲੀ ਤਾਂ ਕੋਈ ਗੱਲ ਹੀ ਨੀ ਹੈਗੀ। ਹੋਰ ਹਲੀ ਰੋਟੀਆਂ ਚੜ੍ਹਦੀਆਂ, ਰੋਟੀ ਨਹੀਂ ਪਕਾਉਣੀ ਭਾਈ, ਫਿਰ ਹੋਰ ਕਰੋਂਗੀਆਂ ਕੀ? ਮੈਂ ਤਾਂ ਕੁਛ ਨਹੀਂ ਕਰਦੀ। ਦੂਜਾ ਕੰਮ ਹੋਰ ਸਾਰਾ ਕਰਤਾ, ਅਗਲੀ ਨੇ ਜਾਣਾ ਵੀ ਹੈ, ਤਿਆਰ ਹੋਈ ਬੈਠੀ ਹੈ, ਫਿਰ ਤੂੰ ਰੋਟੀ ਲਾ ਲੈ, ਅੱਜ ਨਹੀਂ ਪਕਾ, ਇਹ ਪਕਾ ਦੂ, ਅੱਜ ਤੇ ਸਵੇਰੇ ਫਿਰ ਤੈਨੂੰ ਪਕਾਉਣਾ। ਉਹੀ ਤਾਂ ਗੱਲ ਹੈ, ਅੱਜ ਤਾਂ ਜਾ ਰਹੀ ਹਾਂ, ਅੱਜ ਤਾਂ ਕੰਮ ਕਰ ਜਾ, ਕੱਲ੍ਹ ਤਾਂ ਪਿੰਡ ਪਤੀ ਹੈ, ਮੈਂ ਹੀ ਕਰਨਾ। ਨਹੀਂ ਭੈਣੇ, ਸਾਰੀ ਉਮਰ ਤੇਰੇ ਪੱਕੇ ਲੰਗਰ ਹੀ ਖਾਂਦੇ ਹਾਂ ਅਸੀਂ ਤਾਂ, ਮੈਂ ਤਾਂ ਗਨਾਹ ਕਰ ਬੈਠੀ, ਮੈਂ ਕਿਉਂ ਤੈਨੂੰ ਭਰਿੰਡਾਂ ਦੇ ਸੱਤੇ ਨੂੰ ਛੇੜ ਲਿਆ? ਨਾ ਛੇੜ ਕਰ ਲਿਆ, ਮੈਂ ਤਾਂ ਲਿਖ ਕੇ ਦੇ ਦਿੰਦੀ ਹਾਂ ਵੀ ਮੇਰੇ ਤੋਂ ਤਾਂ ਕੁਛ ਨਹੀਂ ਹੁੰਦਾ, ਤੇਰੇ ਖਾਤਰ ਤਾਂ ਜਮੀ ਨਹੀਂ ਹੁੰਦਾ, ਬਸ ਨਾ ਕਰ ਬੇੜਤਾ। ਹਾਂ ਨਿਬੇੜਤਾ, ਐ ਕਰ, ਤੇਲ ਗਰਮ ਕਰ ਲਿਆ, ਮਾਂ ਨੂੰ ਫੜਾ ਦੇ ਲਿਆ ਕਿ ਵੀ ਮੇਰੀਆਂ ਲੱਤਾਂ ਮਸਲ ਦੇ, ਉੱਥੇ ਬਹਿ ਜਾ ਬੇਸ਼ਰਮੇ ਕਿਸੇ ਥਾਂ ਦੀਏ। ਤੂੰ ਹੋਏਂਗੀ ਬੇਸ਼ਰਮ, ਬਕਵਾਸ ਨਾ ਕਰੇ, ਕਰ ਉਹਦੇ ਕੰਮ ਤੱਕ ਮਤਲਬ ਰੱਖ। ਮਾਰੀ ਤੱਤੀ ਬਰਸ ਲਾ ਦੂੰ, ਉੱਠੜ ਦੇ ਜਾਂਦੀ ਹੈਗੀ, ਕਿਉਂ ਖਾਏਗੀ ਮੈਥੋਂ? ਅੱਛਾ, ਮੇਰੀ ਮਾਂ ਨੇ ਮੈਨੂੰ ਥੱਪੜ ਖਾਣ ਵਾਸਤੇ ਭੇਜਿਆ, ਤੇ ਥੱਪੜ ਥੁੱਪੜ ਖਾਣ ਵਾਲੇ ਚੋਂ ਨਹੀਂ ਹੈਗੀ ਮੈਂ, ਸਮਝ ਗਏ ਨਾ? ਐ ਵੀ ਨਹੀਂ ਬੁਲਾਉਂਦੇ ਫਿਰ, ਹੋਗੀ ਨਾ ਆਹੀ ਗੱਲ, ਹੋਗੀ ਰਹੇ ਨਾ ਬਗਾਨੇ, ਮੇਰੀ ਮਾਂ ਨੇ ਮੈਨੂੰ ਸੱਚ ਹੀ ਕਿਹਾ ਸੀ ਸਾਰੇ ਬਗਾਨੀ ਹੁੰਦੇ ਨੇ, ਤੂੰ ਤਾਂ ਹੈ ਹੀ ਹੈ ਸੀ, ਇਹਨੂੰ ਵੀ ਆਪਦੇ ਵੱਲ ਦਾ ਕਰ ਲਿਆ, ਬੇਸ਼ਰਮ। ਬਹੁ ਮੈਂ ਮਰ ਜਾ, ਕੁੜੇ ਕਿਹੜਾ ਮਨੂਸ ਦਿਨ ਸੀ ਜਿਹੜੇ ਦਿਨ ਮੈਂ ਇਹਨੂੰ ਵਿਆਹ ਲਿਆਈ, ਹਾਏ ਵੇ ਰੱਬਾ, ਨੀ ਜਾਨ ਲੈਣੀ ਕਰ ਰੱਖੀ ਹੈ, ਨੀ ਐਡੀ ਕੜਮੀ, ਐਡੀ ਪੁੱਠੇ ਪੈਰਾਂ ਵਾਲੀ, ਕਿਸੇ ਕੰਮ ਨੂੰ ਹੀ ਨਹੀਂ ਹਾਂ ਕਰਦੀ। ਮਾਂ ਮੇਰੇ 'ਤੇ ਤਾਂ ਨਾ ਐਂ ਲੱਗਦੀ ਹੈਗੀ ਜਿਵੇਂ ਦੁਸ਼ਮਣ ਨੂੰ ਸੂਰ ਦੀ ਨਾ ਹੁੰਦਾ, ਪਤਾ ਨਹੀਂ ਇਹਦੇ ਤਾਂ ਮਨ 'ਚ ਕੀ ਹੈ। ਮੈਂ ਤਾਂ ਸਵੇਰੇ ਕੀ ਕਿਹਾ ਇਹਨੂੰ, ਮੈਂ ਕਿਹਾ ਕੀ ਕਰਕੇ ਆਈ ਹਾਂ, ਤੂੰ ਰੋਟੀ ਬਣਾ ਲੈ, ਵੀ ਤੂੰ ਨਹੀਂ ਬਣਾਉਣੀ, ਊਂ ਕਹਿ ਦੇ ਮੈਨੂੰ, ਐਂ ਸੀ ਮਾਂ ਮੁੜ ਕੇ ਬਾਪੂ ਨਾ ਕੱਪੜਿਆਂ ਪਿੱਛੇ ਗਾਲਾਂ ਦੇ ਜਾਊਗਾ, ਤਾਂ ਇੱਥੋਂ ਪ੍ਰੈੱਸ ਜੀ ਹੁੰਦੀ ਨਹੀਂ ਹੈਗੀ ਗੀ, ਮਹਾਂ ਮੈਂ ਤੁਹਾਡੇ ਦੋ ਦੋ ਸੂਟ ਪ੍ਰੈੱਸ ਕਰ ਜਾਂ, ਇਹ ਤਾਂ ਮਾਂ ਸਿਰੀ ਚੜ੍ਹਦੀ ਜਾਂਦੀ ਹੈਗੀ। ਲੈ ਕੀ ਕਰੀਏ ਕੁੜੇ ਪੁੱਤਾਂ, ਤਾਂ ਚੱਲ ਸੋਹਣਾ ਕੰਮ ਕਰਦੀ ਸੀ ਤੂੰ, ਆ ਕੱਪੜੇ ਦੋ ਦੋ ਕਰ ਜਾਂਦੀ, ਪ੍ਰੈੱਸ ਮੈਂ ਇੱਥੋਂ ਤਾਂ ਕਿੱਥੇ ਹੁੰਦੇ ਨੇ, ਆਹ ਤੈਨੂੰ ਦੀਂਦੀ ਹੈ ਲਾਇਕ ਸਲੱਗ, ਤੇਰੇ ਬਾਪੂ ਦਾ ਤਾਂ ਹੀ ਨਹੀਂ ਪਤਾ, ਖੜੇ ਪੈਰ ਕਹਿੰਦਾ ਫਲਾਣਾ ਕੁੜਤਾ ਪਜਾਮਾ ਦੇ ਦੇ, ਮੈਂ ਇੱਧਰ ਜਾਣਾ, ਮੈਂ ਇੱਧਰ ਜਾਣਾ। ਮਾਂ ਇਹ ਤਾਂ ਵੱਡੇ ਛੋਟੇ ਲਿਹਾਜ਼ ਵੀ ਨਹੀਂ ਕਰਦੀ, ਇਹ ਤਾਂ ਇਹ ਨਹੀਂ ਸੋਚਦੀ ਮੈਂ ਆਪਦੀ ਸੱਸ ਨੂੰ ਤਾਂ ਨਾ ਬੋਲਾਂ, ਤੂੰ ਇਹਨੂੰ ਦੱਸ ਕੀ ਕਹਿਣੀ ਆ? ਚੱਲ ਮੈਂ ਤਾਂ ਕੋਈ ਜਵਾਬ ਦੇ ਦਿੰਦੀ ਹਾਂ, ਮਾਂ ਮੈਂ ਬੋਲਦੀ ਵੀ ਨਹੀਂ ਸੀ ਜਦੋਂ ਕਹਿੰਦੀ ਤੇਰੇ ਪੇਕੇ ਕੋਈ ਮਰ ਗਿਆ, ਵੀ ਤੂੰ ਕਿਉਂ ਐਂ ਬੋਲਦੀ ਹੈਗੀ, ਤੂੰ ਦੱਸ ਪ੍ਰਧਾਨ ਆ ਕਿ ਕਿਹਨੂੰ ਪੁੱਛ ਕੇ ਜਾਂਦੀ ਆ? ਮੈਂ ਹੁਣ ਤੈਨੂੰ ਪੁੱਛਣ ਵਾਲੀ ਨੂੰ ਪੁੱਛ ਲਿਆ ਵੀ ਤੂੰ ਦੱਸ ਕੀ ਕਰਨਾ? ਬਹੁ ਕੁੜੇ, ਹੁਣ ਇਹਦਾ ਹੱਲ ਕੀ ਕਰੀਏ, ਮੈਨੂੰ ਤਾਂ ਆਈ ਨਹੀਂ ਸਮਝ ਆਉਂਦੀ ਹੈਗੀ, ਇਹ ਤਾਂ ਖਲਿਆਰੇ ਪਾ ਦੂਗੀ ਪੁੱਤ ਆਪਣੇ ਘਰ ਦਾ, ਤਮਾ ਇਹਨੇ ਤਮਾਸਾ ਬਣਾ ਜਮਾ ਬਣਾਤਾ, ਜਵਾਕਾਂ 'ਚ ਫਰਕ ਪਊ? ਸਾਰੀ ਰਾਤ ਨੀਂਦ ਨਹੀਂ ਆਉਂਦੀ, ਉਹ ਵੀ ਮੈਨੂੰ ਇਹੀ ਫਿਰ ਫਿਰ ਕਰੀ ਜਾਓ, ਤੂੰ ਇਹਨੂੰ ਕੰਮ ਨੂੰ ਨਾ ਕਹਿ, ਕੰਮ ਨੂੰ ਨਾ ਕਹਿ, ਲੈ ਜੇ ਹੁਣ ਉਹਨੂੰ ਪਤਾ ਲੱਗ ਗਿਆ ਉਹ ਝਾਟ ਕੇ ਮੇਰੀ ਪੱਟੂ, ਮੈਂ ਤਾਂ ਉਈ ਹੁਣ ਰੋਟੀ ਨੂੰ ਤਮਾ ਕਹੀ ਸਕਦੇ ਹਾਂ ਵੀ ਜਦ ਮੈਂ ਦੂਜੇ ਕੰਮ ਕਰਕੇ ਕੱਪੜੇ ਸਾਰੇ ਮੈਂ ਧੋ ਕੇ ਆਈ ਹਾਂ, ਬੈਤਾਂ ਦੀ ਐਡੀ ਜੜ ਹੈਗੀ, ਆਪਦਾ ਸੂਟ ਲਾ ਕੇ ਜਾਣ ਕੇ ਉਹ ਧੋ ਕੇ ਸੁੱਕਣੇ ਪਾ ਕੇ ਆਈ ਵੀ ਮੇਰਾ ਧੋਤਾ ਨਹੀਂ ਲੈ ਦੇਖ, ਹੁਣ ਮੈਂ ਤੇਰੇ ਮੇਰੀ ਗੱਲ ਸੁਣ ਪਾਏ ਪਵਾਏ ਧੋਦਾ? ਹਾਂ ਲੈ ਭਾਈ, ਇਹ ਤਾਂ ਬਹੁਤ ਕੱਢੋ ਵੱਡੀ, ਬੜਾ ਔਖਾ ਹੋ ਗਿਆ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਹੈਗੀ, ਮੈਨੂੰ ਤਾਂ ਹੀ ਡਰ ਲੱਗੀ ਜਾਂਦਾ ਜਵਾਕਾਂ ਨੂੰ ਨਾ ਜੁੰਡ ਮਜੁੰਡੇ ਕਰਾ ਦੇ, ਇੰਨਾ ਪਿਆਰ ਸੀਗਾ, ਇਹ ਤਾਂ ਇੱਕ ਦਿਨ ਕਰਾ ਕੇ ਹਟੂਗੀ ਮਾਂ, ਮੇਰੀ ਗੱਲ ਸੁਣਨੀ ਮਾਂ, ਨਹੀਂ ਤੇਰੇ ਬਾਪੂ ਛੱਡ ਪਰੇ ਗਈ ਪਈ ਆ, ਮੈਂ ਤਾਂ ਜਾਂਦੀ ਨਹੀਂ ਪਿੰਡ ਨਾ, ਪੁੱਤ ਜਾਂਦੀ ਕਿਉਂ ਨਹੀਂ, ਜਾ ਤੂੰ ਦੋ ਦਿਨ ਲਾ, ਤੇਰੇ ਨਾਲ ਅੱਡਾ ਲਾਈ ਰੱਖੂ, ਉੱਥੇ ਕਿਹੜਾ ਮੇਰਾ ਜੀ ਲੱਗੂ, ਕੋਈ ਨਾ ਫਿਰ ਇਹਦਾ ਤਾਂ ਰੋਜ਼ ਦੇ ਇਹੀ ਕੰਜਰਖਾਨਾ ਰਹੂਗਾ, ਹੈ ਪੇਕੀ ਤਾਂ ਪੁੱਤ ਜਾਣਾ ਹੀ ਹੈ, ਮਿਲਣ ਗਿਲਣ ਤਾਂ ਭੱਗ ਜਾ, ਕੁਛ ਨਹੀਂ ਹੁੰਦਾ, ਮੇਰਾ ਦਿਮਾਗ ਖਰਾਬ ਹੋਵੇ ਮਾਂ, ਮੇਰੀ ਗੱਲ ਸੁਣ, ਪੁੱਤੇ ਦਾ ਹਰਖ ਚੜ੍ਹੇ 'ਚ ਉੱਥੇ ਕੋਈ ਨਾ ਕੋਈ ਗੱਲ ਨਿਕਲ ਜਾਂਦੀ ਹੈ ਮੂਹਰੋਂ, ਫਿਰ ਤੈਨੂੰ ਪਤਾ ਭਰਜਾਈ ਵਰਗੇ ਨੂੰ ਮਾੜੀ ਮੋਟੀ ਬਿਰਲ ਥਿਆ ਜਾਂਦੀ ਹੈਗੀ, ਐਵੇਂ ਬੋਲਦੇ ਰਹਿੰਦੇ, ਹੁਣ ਅੱਜ ਨਹੀਂ ਜਾਂਦੇ, ਸਵੇਰੇ ਜਾਵਾਂਗੇ, ਉਹਨਾਂ ਨੂੰ ਕਹਿ ਦਾਂਗੇ ਕੋਈ ਕੰਮ ਆ ਸਾਨੂੰ, ਕੁਛ ਨਹੀਂ ਹੁੰਦਾ, ਦੇਖ ਇਹਦੇ ਕਰਕੇ ਤਾਂ ਅਟਕ ਨਾ, ਚੁੱਪ ਕਰਕੇ ਟੱਪ ਜਾ ਕੰਨ ਲਬੇਟ ਕੇ, ਇਹਦਾ ਤਾਂ ਐਂ ਚੱਲੂਗਾ ਰੰਡੀ ਰੋਣਾ ਸਾਰੀ ਉਮਰ ਵੀਰ, ਇਹ ਨਹੀਂ ਸੁਧਰਦੀ ਹੈਗੀ। ਚੱਲ ਕੋਈ ਨਹੀਂ, ਦੇਖਦੀ ਹਾਂ ਫਿਰ ਜੇ ਆ ਗਿਆ ਇਹ, ਟਾਈਮ ਨਾ ਵਗ ਜਾਣਾ, ਹੋਰ ਆਪਦਾ ਹਿਸਾਬ ਕਿਤਾਬ ਦੇਖੋ, ਇਹਦੇ ਮਗਰ ਲੱਗ ਕੇ ਤਾਂ ਨਹੀਂ ਹਟਣਾ ਹੈਗਾ, ਭੇਡ ਮਗਰ ਲੱਗ ਕੇ ਜਿੱਧਰ ਨੂੰ ਵਗ ਜਾਓ, ਇਹਨੇ ਤਾਂ ਕਲੇਸ਼ ਸ਼ੁਰੂ ਕਰਨਾ, ਜਿੱਧਰ ਨੂੰ ਕੋਈ ਤਿਆਰ ਹੋ ਜੇ, ਇਹਨੇ ਕਲੇਸ਼ ਸ਼ੁਰੂ ਕਰਨਾ ਮਹਾਰਾਣੀ ਨੇ, ਆਪ ਦੱਸਦੀ ਵੀ ਨਹੀਂ ਹੈਗੀ, ਨਾ ਨਾ ਆਪ ਅੰਦਰੋਂ ਤਿਆਰ ਹੋ ਕੇ ਨਿਕਲਦੀ ਹੈਗੀ, ਆ ਚੱਲੀਏ, ਮੁੰਡੇ ਨੂੰ ਐਂ ਬੋਲ ਮਾਰਦੀ ਹੈ, ਐਂ ਕਹੇ ਤੋਂ ਤਾਂ ਫਿਰ ਮਿਰਚਾਂ ਲੱਗ ਗਈਆਂ। ਹਾਂ ਭਾਈ, ਰੋਟੀ ਰੁਟੀ ਤਾਂ ਬਣੂ ਕਿ ਨਾ ਕੋਈ ਅੱਜ ਵਿਚਾਰ ਆ? ਬਾਪੂ ਬਸ ਮੈਂ ਗੋਹਾ ਸਿੱਟ ਲਿਆ, ਰੋਟੀ ਲੱਗਦੀ ਸੀਗੀ। ਕੋਈ ਬਾਲਾ ਕਵੇਲਾ ਕੱਟ ਦਿੱਤਾ ਤੁਸੀਂ,
ਮੈਨੂੰ ਆਇਆ ਸੀ ਬਾਪੂ, ਤੁਸੀਂ ਹੈ ਨਹੀਂ ਸੀ ਘਰੇ, ਮੈਨੂੰ ਆਏ ਸੀ ਜਦੋਂ ਆਓਗੇ ਉਹਦੇ ਤੱਤੀਆਂ ਤੱਤੀਆਂ ਪਕਾ ਦੂੰਗੀ। ਬਛੇਰਾ ਬਾਹਰ 'ਚ ਹੀ ਬੈਠਾ ਸੀਗਾ, ਮੈਂ ਤੇਰੀ ਮਾਂ ਨੂੰ ਡੀਕੀ ਆ ਨਾ, ਉਹਨੂੰ ਆ ਜਾਣ ਦੇ, ਤੂੰ ਐਂ ਦੇਖ ਲੈ ਕੀ ਸ਼ਰਮ ਲਾਹੀ ਉਹਨੇ। ਹੈ ਮੈਂ ਤਾਂ ਆਪ ਬਾਪੂ ਲੜ ਕੇ ਹਟੀ ਆ ਮਾਂ ਨੂੰ ਵੀ ਤੂੰ ਦੱਸ ਕੱਲ ਹੀ ਆ ਜਾਂਦੀ, ਕਿਉਂ ਰਾਤ ਲਾ ਕੇ ਆਈ ਹੈ ਤੇ ਬਾਪੂ ਮੈਨੂੰ ਗਾਲਾਂ ਦੇਈ ਜਾਂਦਾ। ਗਾਲਾਂ ਛੇਰਾ ਮੈਂ ਤੈਨੂੰ ਕਾਹਨੂੰ ਦਿੰਦਾ, ਗਾਲਾਂ ਤਾਂ ਉਹਨੂੰ ਦਿੰਦਾ। ਗੱਲ ਨਹੀਂ ਬਾਤ ਨਹੀਂ, 50 ਸਾਲ ਹੋ ਗਏ ਮੈਨੂੰ ਕਦੇ ਨਹੀਂ ਪੁੱਛਿਆ ਹੈਗਾ, ਨਾ ਉਹ ਗਾਹਲੇ ਪੁੱਛਦੇ ਨੇ ਪਤੰਦਰ ਵੀ ਪ੍ਰਾਹੁਣੇ ਦੀ ਵੀ ਜਾਤ ਪੁੱਛ ਲਓ। ਚੱਲ ਕੋਈ ਨਾ ਪਾਪਾ, ਉਹਦੇ ਤੈਨੂੰ ਪਤਾ ਤਾਂ ਹੈਗਾ ਸ਼ੁਰੂ ਤੋਂ ਦੀ ਆਦਤ ਹੈ ਉਹਦੀ, ਕਿਹੜਾ ਅੱਜ ਦੀ ਆਦਤ ਹੈ ਵੀ ਅੱਜ ਨਹੀਂ ਤੈਨੂੰ ਦੱਸ ਕੇ ਗਈ। ਆਦਤਾਂ ਤਾਂ ਛੇਰਾ ਮੈਨੂੰ ਸਮਾਰਨੀਆਂ ਆਉਂਦੀਆਂ ਨੇ, ਬਸ ਮੈਂ ਸੋਚੀ ਜਾਣਾ ਘਰ 'ਚ ਕਲੇਸ਼ ਹੋ ਜੂਗਾ, ਜਿਹੜੀ ਕੰਮ ਦੀ ਗੱਲ ਆ ਉਹ ਤਾਂ ਉਹਨੇ ਕਰਨੀ ਨਹੀਂ। ਮੈਂ ਤਾਂ ਭਾਈ ਛੇਰਾ ਤੇਰੇ ਬਾਰੇ ਸੋਚਦਾ ਵੀ ਭਾਈ ਚਲੋ ਕਾਹਨੂੰ ਪਰਿਵਾਰ ਉਵੇਂ ਬਣਿਆ ਰਹਿ ਜੇ। ਹੈ ਉਹ ਗੱਲ ਨਹੀਂ ਬਾਤ ਨਹੀਂ, ਲੈ ਚੜ ਗਈ ਉੱਥੇ। ਹੈ ਉੱਥੇ ਕੀ ਰੱਖਿਆ ਉਹਦਾ, ਉਹ ਤਾਂ ਮੇਰੇ ਸਾਲੇ ਆਪ ਨੱਗ ਨੇ ਗਏ। ਬਾਪੂ ਕੋਈ ਕੰਮ ਹੋ ਤਾਂ ਹੀ ਗਈ ਹੈ, ਨਹੀਂ ਅੱਗੇ ਨਹੀਂ ਜਾਂਦੀ ਹੈਗੀ, ਉਹ ਕਿੰਨਾ ਕੁ ਜਾਂਦੀ ਹੈ ਪਿੰਡ? ਜਾਂਦੀ ਕਿਉਂ ਨਹੀਂ, 20 ਵਾਰੀ ਤਾਂ ਜਾਂਦੀ ਹੈ, ਦੱਸ ਕੀ ਤੂੰ ਉੱਥੇ। ਗੱਲ ਨਹੀਂ ਬਾਤ ਨਹੀਂ, ਫਿਰ ਮੇਰੀ ਗੱਲ ਸੁਣ। ਕੋਈ ਨਾ ਬਾਪੂ ਆਜੂ ਬਹਿ ਕੇ ਟਕਿਆਈ ਨਾਲ ਗੱਲ ਕਰ ਲਈ। ਤੂੰ ਮੇਰੀ ਗੱਲ ਸੁਣ ਲਾ ਭਾਈ, ਅੱਜ ਤੂੰ ਵਿੱਚ ਨਾ ਬੋਲੀ, ਉਹਦੇ ਨਾਲ ਬਣਦੀ ਦੇਖੀ ਆ, ਜੇ ਨਾ ਉਹਦੇ ਜੁੱਤੀ ਫੇਰੀ ਉਹਨੇ ਪੈਰੀ ਵਾਪਸ ਮੁੜੂ, ਮੈਨੂੰ ਮੱਗਰ ਨਾ ਜਾਣੀ ਜੇ ਉਹਦੇ ਨਾਲ ਬਣਦੀ ਦੇਖੀ। ਕੀ ਕਾਹਨੂੰ ਬਾਪੂ, ਤੈਨੂੰ ਪਤਾ ਤਾਂ ਹੈਗਾ ਬੀਬੀ ਸ਼ੁਰੂ ਤੋਂ ਦੀ ਐਵੇਂ ਹੈਗੀ, ਕੁੱਟ ਕੇ ਦੱਸ ਕੀ ਹੋ ਜੂਗਾ, ਉਹੀ ਫਿਰ ਤੇਰੀਆਂ ਵੀ ਉਹੀ ਗੱਲਾਂ। ਉਹ ਸਿਹਰਾ ਭਾਲਦੀ ਹੁੰਦੀ ਆ ਸਰਵਿਸ। ਹੈ ਮੈਂ ਸੋਚਦਾ ਵੀ ਅਗਲਾ ਕੀ ਸੋਚੂਗਾ ਵੀ ਬਰੋਬਰ ਦਾ ਪੁੱਤ ਤੁਰ ਗਿਆ ਹੁਣ ਵੀ ਲੜਦੇ ਨੇ, ਪਰ ਕੀ ਕਰੀਏ, ਉਹਦੀ ਤਾਂ ਭਾਈ ਇਹ ਸੂਤੀ ਨਹੀਂ ਆਉਂਦਾ ਹੈਗਾ। ਲੈ ਦੱਸ ਗੱਲ ਨਹੀਂ ਬਾਤ, ਮੈਨੂੰ ਤਾਂ ਹੀ ਕਹਿ ਕੇ ਗਈ ਸੀ ਮੈਂ ਹੱਥ ਨੂੰ ਮੁੜਿਆਉਂਗੀ, ਉਹ ਹੱਥ ਨਾਲ ਹੀ ਬਸ ਬਾਪੂ ਆਈ ਨਹੀਂ ਹੈਗੀ ਤਾਂ ਲੇਟ ਹੋ ਆਈ। ਮੈਂ ਤੁਹਾਡੇ ਤੇ ਬੈਠਾ ਸੀ, ਮੇਰੇ ਕੋਲ ਦੀ ਤਾਂ ਲੰਘੀ ਆ ਬਸ, ਉਹੀ ਬਹਾਨੇ ਮਾਰਦੀ ਹੈ। ਚੱਲ ਕਦੇ ਆਧਾਰ ਕਾਰਡ ਚੱਲ ਪਏ ਭਾਈ, ਹੈ ਚੱਕਿਆ ਆਧਾਰ ਕਾਰਡ ਠੂ ਦੇਣੇ ਵੱਜਦੀਆਂ ਨੇ, ਕਦੇ ਇੱਧਰ ਭਾਗੀਆਂ ਕਦੇ ਉੱਧਰ ਭਾਗੀਆਂ। ਚੱਲ ਬਾਪੂ ਤੂੰ ਬਲੱਡ ਨਾ ਵਧਾ, ਆ ਜਾ ਮੈਂ ਰੋਟੀ ਲੱਗਦੀ ਆ, ਰੋਟੀ ਖਾ ਲਈ ਆ ਜਾ। ਚੱਲ ਭਾਈ ਕੋਈ ਨਹੀਂ ਤੂੰ ਕਰ ਰੋਟੀ ਦਾ ਬਣਾ। ਨਹੀਂ ਬਾਤ ਨਹੀਂ ਯਾਰ, ਲਹੂ ਪੀ ਲਿਆ ਇਹਨਾਂ ਨੇ, ਲਹੂ ਨਹੀਂ ਪੀ ਲਿਆ, 50 ਸਾਲ ਹੋ ਗਏ ਪ੍ਰਾਹੁਣੇ ਦੀ ਵੀ ਤਾਂ ਜੱਤ ਪੁੱਛ ਲਓ, ਇਹੋ ਜਿਹੇ ਮੇਰੇ ਸਾਲੇ ਉਹ ਨੇ ਕਿ ਨੰਗ। ਨਹੀਂ ਬਾਤ ਨਹੀਂ, ਲਹੂ ਪੀ ਲਿਆ ਇਹਨਾਂ ਨੇ। ਅੰਜਲੀ ਹਾਂ, ਮੇਰੀ ਗੱਲ ਸੁਣ, ਰੋਟੀ ਪੱਕ ਨਹੀਂ ਛੇਤੀ ਦੀ, ਭੁੱਖ ਵਾਲੀ ਲੱਗੀ ਪਈ ਹੈਗੀ। ਫੋਨ ਨਹੀਂ ਆ ਤੈਨੂੰ ਮਾਲ ਪੁੜੇ, ਮੇਰੀ ਗੱਲ ਸੁਣ ਲੈ, ਛੇ ਛੇ ਦੀ ਬੂਟ ਪਾ ਲੈ, ਬੈਗ ਮੈਂ ਪੈਕ ਕਰ ਰੱਖਿਆ, ਆਪਾਂ ਪਿੰਡ ਚੱਲਦੇ ਆ ਮੇਰੇ ਪੇਕੇ। ਕਿਉਂ ਕੀ ਗੱਲ ਆ, ਹੁਣ ਤਾਂ ਜਾ ਕੇ ਆਈ ਹੈ ਕਿ ਨਾਲੇ ਮੇਰੀ ਗੱਲ ਸੁਣ, ਵੱਡੇ ਬਾਈ ਨਾਲ ਮੇਰੀ ਗੱਲ ਹੋਈ, ਉਹ ਜਾਂਦਾ ਗਾ ਸੋਰੀ ਆਪਦੇ, ਤੇ ਫਿਰ ਕੀ ਹੋ ਗਿਆ, ਵੱਡੇ ਬਾਈ ਜਾਂਦੇ ਤਾਂ ਮੈਂ ਕਿਹੜਾ ਵੱਡੇ ਬਾਈ ਨੂੰ ਰੋਕਿਆ, ਆਪਾਂ ਵੀ ਵਗ ਜਾਂਦੇ ਆ, ਕਿੰਨੀ ਕੁ ਗੱਲ ਹੈ। ਘਰ ਦਾ ਕੰਮ ਕੌਣ ਕਰੂਗਾ? ਕਿਉਂ ਮੈਂ ਘਰ ਦੇ ਕੰਮ ਵਾਸਤੇ ਰੱਖੀ ਹੋਈ ਆ ਕਿ ਸੁੱਕ ਕੇ ਦਿੱਤਾ ਵੀ ਸਾਰਾ ਮੈਂ ਹੀ ਕਰਨਾ? ਤੇ ਜਦੋਂ ਤੂੰ ਜਾਂਦੀ ਉਦੋਂ ਵੀ ਤਾਂ ਉਹ ਕਰਦੀ ਹੈ ਵੱਡੀ ਭਾਬੀ ਕੰਮ, ਪਰ ਉਦੋਂ ਉਹ ਵਗ ਜੇ, ਮੈਂ ਕਿਹਾ ਉਹਨੂੰ ਮੈਂ ਉਹਦੀ ਲਾਈਫ 'ਚ ਕਦੇ ਦਖਲ ਅੰਦਾਜ਼ੀ ਨਹੀਂ ਕਰਦੀ, ਉਹ ਕਿਉਂ ਕਰਦੀ ਹੈ, ਉਹ ਜਾਣਦੇ ਜਿੱਥੇ ਜਾਂਦੀ ਹੈ, ਮੈਂ ਤਾਂ ਤੁਹਾਨੂੰ ਕਿਹਾ ਤੁਸੀਂ ਚੱਲਣਾ ਕਿ ਨਹੀਂ। ਮੈਂ ਤਾਂ ਜਾਂਦਾ ਨਹੀਂ ਗਿਆ ਭਾਈ, ਐਂ ਕਿਵੇਂ ਵਗ ਜਾ ਘਰ ਛੱਡ ਕੇ ਸਾਰਾ? ਐਂ ਕਿਵੇਂ ਨਹੀਂ ਜਾਂਦਾ ਤੂੰ, ਮੇਰਾ ਬੰਦਾ ਕਿ ਕਿਸੇ ਹੋਰ ਦਾ ਹੱਦ ਹੋਈ ਪਈ ਹੈ ਤੇਰੀ? ਉਹ ਤੂੰ ਸਿਰੇ ਸਿਰੇ ਚੰਬਲੀ ਜਾਂਦੀ ਹੈ, ਗੱਲ ਟਿਕਾਈ ਨਾਲ ਵੀ ਕਰ ਸਕਦੀ ਹੈ ਫਿਰ, ਹੁਣ ਤਾਂ ਮਹੀਨਾ ਤਾਂ ਹੋ ਜਾਣੀ ਤੈਨੂੰ ਜਾ ਕੇ ਆਈ ਨੂੰ। ਬੇਬੇ ਅਗਲਾ ਟਿਕਾਈ ਨਾਲ ਹੀ ਕਿਹਾ ਵੀ ਬੂਟ ਪਾਲਾ ਜਾ ਕੇ ਮੈਂ ਬੈਗ ਪੈਕ ਕਰ ਰੱਖਿਆ, ਹੋਰ ਹੁਣ ਇਸ ਤੋਂ ਵੱਧ ਕੀ ਕਹਾਂ? ਐਂ ਕਿਵੇਂ ਵਗ ਜਾ ਘਰੇ, ਰਹਿ ਵੀ ਕਰਨੀ ਪਊ, ਪੁੱਛਣਾ ਹੀ ਪਊ, ਦੱਸਣਾ ਹੀ ਪਊ ਘਰੇ। ਅੱਛਾ ਅਗਲਾ ਤਾਂ ਪੁੱਛਦਾ ਨਹੀਂ ਹੈਗਾ, ਅਗਲਾ ਤਾਂ ਕਿਸੇ ਨੂੰ ਦੱਸਦਾ ਨਹੀਂ, ਆਪਾਂ ਜਣੇ ਖਣੇ ਨੂੰ ਪੁੱਛ ਪੁੱਛ ਕੇ ਜਾਈਏ। ਫਿਰ ਉਹ ਵੱਡਾ ਹੈਗਾ, ਸਾਰੀ ਹੱਥ ਕਬੀਲਦਾਰੀ ਉਹਦੇ ਕੋਲੇ ਆ। ਅੱਛਾ ਕਬੀਲਦਾਰੀ ਤਾਂ ਵੱਡੇ ਬਾਈ ਦੇ ਹੱਥ 'ਚ, ਤੇਰੇ ਹੱਥ 'ਚ ਕੀ ਹੈ ਡਮਰੂ, ਵਜਾਉਂਦਾ ਫਿਰਿਆ ਕਰ ਸਾਰੇ ਪਿੰਡ 'ਚ, ਮਲੰਗ ਕਿਸੇ ਥਾਂ ਦਾ। ਅੰਜਣੀ ਬਾਲੀ ਬੈਂਸ ਨਾ ਕਰ, ਐਵੇਂ ਕੋਈ ਗੱਲ ਨਹੀਂ, ਬਾਈ ਵਰਗੇ ਨੂੰ ਜਾਇਆ ਆਉਣ ਦੇ 2 ਦਿਨ, ਉਦੋਂ ਬਾਅਦ ਆਪਾਂ ਚਾਹੇ ਹਫ਼ਤਾ ਲਾਇਆ। ਨਾ ਮੈਂ ਤਾਂ ਅੱਜ ਹੀ ਜਾਣਾ, ਹੁਣ ਹੀ ਜਾਣਾ, ਗੱਲ ਖਤਮ। ਫਿਰ ਤੈਨੂੰ ਮੈਂ ਚੜ੍ਹਾਈ ਦਿੰਦਾ ਜਹਾਜ਼। ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਥੱਪੜ ਮਾਰਨ ਦੀ? ਯਾਦ ਰੱਖੀ ਇਹ ਥੱਪੜ ਤੈਨੂੰ ਬਹੁਤ ਮਹਿੰਗਾ ਪਊਗਾ, ਜੇ ਮੇਰੇ ਭਰਾਵਾਂ ਤੋਂ ਤੇਰੇ ਲੱਤਾਂ ਨਾਲ ਤੜਾਈਆਂ ਨਾ, ਮੇਰਾ ਨਾਂ ਵੀ ਅੰਜਲੀ ਨਹੀਂ। ਆਹ ਲੱਤਾਂ ਤੋੜਨਗੇ, ਦੇਖੀ ਜਿਹੜਾ ਕੁਛ ਹੁੰਦਾ, ਸੱਦ ਤੇਰੇ ਵੱਡੇ ਭਾਈਆਂ ਨੂੰ, ਦੇਖਦਾ ਕਿੱਡੀ ਕੁ ਹਿੰਮਤ ਆ ਗਈ, ਨਿੱਕੀ ਜਿਹੀ ਹੈਗੀ, ਸਾਰੇ ਟੱਬਰ ਦਾ ਜਲੂਸ ਕੱਢਿਆ ਡਿਆ ਤੂੰ। ਕੱਢਿਆ ਨਹੀਂ ਹਲੇ ਤਾਂ ਜਲੂਸ, ਜਿੱਦੇ ਕੱਢਦਾ ਨਾ ਸਾਰਾ ਟੱਬਰ ਅੱਖਾਂ 'ਚ ਘਸੁੰਨ ਦੇ ਰਹੂਗਾ। ਰੋਏਂਗੀ ਹੁਣ, ਰੋਏਂਗੀ ਹੁਣ, ਰੋਏਂਗੀ ਤੂੰ, ਬਿਨਾ ਗੱਲ ਤੋਂ ਚੰਬਲੀ ਪਈ ਹੈਗੀ। ਕੀ ਹੋਇਆ, ਕਿਉਂ ਮਾਰੀ ਇਹਨਾਂ ਮੁੰਡਿਆ? ਪੈ ਗਈ ਤੇਰੇ ਕਾਲਜ ਠੰਡ, ਆਹੀ ਤਾਂ ਚਾਹੁੰਦੀ ਸੀ, ਮਰਵਾ ਦੇ ਤੂੰ ਛਿੱਤਰ, ਐਂ ਕਰ ਉਹਨੂੰ ਵੀ ਛੱਡ ਲੈ ਵੱਡੀ ਨੂੰ,
ਬਾਈ ਨੂੰ ਵੀ ਸੱਦ ਲੈ, ਪਿੰਡ ਇਕੱਠਾ ਕਰ ਲਓ, ਮਾਰ ਲਓ, ਜੀ ਭਰ ਜਾ ਤੁਹਾਡਾ। ਆਪਦੀਆਂ ਕਰਤੂਤਾਂ ਨਾਲ ਖਾਨੀ ਹੈ ਛੱਤਰ, ਅੱਜ ਤਾਂ ਮੁੰਡੇ ਨੇ ਮਾਰਿਆ, ਸਵੇਰੇ ਮੈਂ ਵੀ ਮਾਰੂ ਤੇਰੀ ਗੁੱਤਰੀ ਚ। ਹਾਂ ਨਾਲ ਤੂੰ ਬੋਲਦੀ ਹੈ। ਓਏ ਕੀ ਗੱਲ, ਕਿਉਂ ਖੱਪ ਪਾਇਆ ਤੁਸੀਂ? ਕੁਛ ਨੀ ਹੋਇਆ ਬਾਈ। ਕੁਛ ਕਿਉਂ ਨੀ ਹੋਇਆ ਬਾਈ, ਹੋਇਆ ਦੱਸ ਨਾ ਕੀ ਹੋਇਆ। ਆ ਤੁਹਾਡੇ ਛੋਟੇ ਭਰਾ ਨੇ ਨਾ ਹੱਥ ਚੱਕਿਆ ਮੇਰੇ ਤੇ, ਤੁਹਾਡੀ ਕਸਰ ਰਹਿ ਗਈ, ਤੁਸੀਂ ਵੀ ਮਾਰ ਲਓ, ਜੀ ਪੂਰਾ ਕਰ ਲਓ ਸਾਰੇ ਜਣੇ, ਆਹੀ ਤਾਂ ਸਿਖਾਇਆ ਤੁਹਾਡੀ ਮਾਂ ਨੇ ਤੁਹਾਨੂੰ। ਤੂੰ ਚੁੱਪ ਕਰ ਜਾ, ਨਾ ਬੋਲ ਵੱਡੇ ਭਾਈ ਨੂੰ। ਕੁੜੀਏ ਮੇਰੀ ਗੱਲ ਸੁਣ ਲੈ, ਮੈਨੂੰ ਜੋ ਕੁਛ ਮਰਜ਼ੀ ਕਹਿ ਲੈ, ਪਰ ਮੇਰੀ ਮਾਂ ਨੂੰ ਨਾ ਬੋਲੀ, ਚੁੱਪ ਕਰਕੇ ਅੰਦਰ ਵਗ ਜਾ। ਚੱਲ ਓਏ ਤੂੰ ਵੀ ਚੱਲ ਇੱਥੋਂ, ਉਈ ਰੌਲਾ ਪਾਈ ਜਾਂਦੇ ਨੇ। ਰਾਜ ਲਹੂ ਪੀ ਰੱਖਿਆ ਐਡੀ ਕੁ ਡੱਡ ਜਿੰਨੀ ਨੇ ਤਾਂ ਪਾ ਛੱਡੇ ਆਂਗੇ। ਤੜਕੇ ਦੀ ਨਿਕਲੇ ਸਪਾਇਆ ਕਿ ਹਾਂ ਹਾਂ ਵੱਡੀ ਨੂੰ ਨਹੀਂ ਮੈਂ ਜਾਣ ਦਿੰਦੀ। ਕਿਉਂ ਬਾਈ, ਤੂੰ ਤਾਂ 18 ਗੇੜੇ ਲਾਏ ਪੇਕਿਆਂ ਦੇ, ਹੈਂ? ਅੱਛਾ ਉਹਨੂੰ ਇੱਕ ਵਾਰ ਵੀ ਨਹੀਂ ਜਾਣ ਦਿੰਦੀ? ਉਹ ਬੀਬੀ ਇਹਨੂੰ ਮੈਂ 20 ਵਾਰੀ ਸਮਝਾ ਲਿਆ, ਇਹ ਵੀ ਨਹੀਂ ਗੱਲ ਸੁਣਦੀ ਹੈਗੀ ਵੀ ਵਗ ਜਾਣ ਦੇ। ਦੱਸ ਉੱਥੇ ਕੀ ਕਰਨਾ ਆਪਾਂ ਜਾ ਕੇ, ਇਹਨੂੰ ਮੈਂ ਪੁੱਛਦਾ। ਕੋਈ ਬੇਕਾਰ ਨੂੰ ਰਾਜ, ਤੂੰ ਨਾ ਪੁੱਤ ਕੁਛ ਕਹੀਂ, ਮੈਂ ਮਰ ਜਾ। ਇੱਕ ਕਾਲ ਨੰਗਿਆਰੀ ਨੇ ਸਾਰੇ ਘਰ 'ਚ ਫੂਸ ਪਾ ਰੱਖਿਆ ਜੈ ਵੱਡੀ ਨੇ, ਬੜਾ ਸਿਆਪਾ ਹੋਇਆ, ਕੀ ਕਰਾਂ ਕਿੱਧਰ ਜਾਵਾਂ। ਦੇਖ ਲਾ ਕਿੰਨਾ ਕਲੇਸ਼ ਵਧਾ ਤੱਕ ਲੈਣੀ ਨੀ। ਮੇਰੀ ਗੱਲ ਸੁਣਨੀ, ਤੈਨੂੰ ਮੈਂ ਹਜ਼ਾਰਾਂ ਵਾਰੀ ਕਿਹਾ ਵੀ ਤੂੰ ਚੁੱਪ ਕਰ ਜਾ ਕਰ, ਤੂੰ ਸਿਆਣੀ ਹੈ ਬਥੇਰਾ, ਤੈਨੂੰ ਕਿੰਨੇ ਵਾਰੀ ਮਿੰਨਤਾਂ ਵੀ ਕਰ ਲਈਆਂ, ਪਰ ਤੂੰ ਕਾਹਨੂੰ ਟਲਦੀ ਹੈ? ਉਹ ਪਵਾਤੀ ਲੜਾਈ ਉਹਨਾਂ ਦੀ। ਮੈਂ ਕੀ ਲੜਾਈ ਪਵਾਤੀ, ਉਹਦੇ ਦੱਸ ਕੀ ਮੈਂ ਠੂਹਾ ਲੜਾ ਤਾ ਬਾਈ ਚੱਲ ਦੇ, ਉਹ ਤਾਂ ਉਹੀ ਮੱਚੀ ਜਾਂਦੀ ਹੈ ਮੇਰੇ ਤੇ। ਮੈਂ ਤਾਂ ਟਲਕੇ ਸੋ ਕਹੁਰਾਂ ਨੂੰ ਆ ਗਈ, ਗਿੱਠ ਦੀ ਜਵਾਨ ਲੱਗੀ ਹੈ, ਮਾਂ ਨੂੰ ਨਹੀਂ ਦੇਖਿਆ ਕਿਵੇਂ ਬੋਲਦੀ ਹੈ, ਮੱਚੀ ਪਈ ਹੈ ਵੀ ਤੂੰ ਪਿੰਡ ਕਿਉਂ ਜਾਂਦੀ ਹੈ। ਮੈਂ ਤਾਂ ਵੀਰ ਉਹ ਵੀ ਕੈਂਸਲ ਕਰਤਾ। ਆਹ ਤੇਰੇ ਤਾਂ ਜਵਾਨ ਛੋਟੀ ਲੱਗੀ ਹੈ ਨਾ, ਜਦੋਂ ਤੂੰ ਮੇਰੇ ਸਾਹਮਣੇ ਨਹੀਂ ਬੋਲਣੋਂ ਹਟਦੀ, ਉੱਥੇ ਕਦੋਂ ਹਟਦੀ ਹੋਏਗੀ? ਉਹ ਮੈਂ ਨਹੀਂ ਕਿਹਾ ਬਾਬਾ ਗੁਰੂ ਕੁਛ, ਮੈਂ ਤਾਂ ਸਾਰੇ ਕੰਮ ਕਰਕੇ ਉਹ ਪਏ ਆ, ਦੇਖ ਲੈ ਕਿੰਨੀਆਂ ਤਣੀਆਂ ਕੱਪੜਿਆਂ ਦੀਆਂ ਭਰੀਆਂ, ਸਾਰੇ ਮੈਂ ਕੱਪੜੇ ਧੋਤੇ, ਠੀਕ ਹੈ, ਜਾਣ ਕੇ ਬਹਿਬਤ ਨਾਲ ਨਹਾ ਕੇ ਉਹੀ ਆਪਦਾ ਸੂਟ ਧੋ ਕੇ ਬਹਿਬਤ ਕਰਕੇ ਗਈ। ਮੈਂ ਤਾਂ ਉਹਨੂੰ ਐਂ ਆ ਕੇ ਸਵੇ ਕੇ, ਮੈਂ ਕਿਹਾ ਭਾਈ ਆਟਾ ਗੁੰਨ ਕੇ ਲੋ ਰੋਟੀ ਪਕਾ ਲਾ, ਮੈਂ ਪ੍ਰੈਸ ਕਰੀ ਜਾਂਦੀ ਸੀ, ਬੇਬੇ ਬਾਪੂ ਦੇ ਕੱਪੜੇ ਆ ਪਏ ਆ ਮਾਂ ਦੇ ਕੱਪੜੇ, ਦੇਖ ਲੈ। ਉਹ ਚੱਲ ਫੇਰ ਕੀ ਹੋ ਗਿਆ, ਤੇਰਾ ਨੂਨ ਟਿਲਕਦਾ, ਜੇ ਤੂੰ ਕੰਮ ਕਰ ਦੇਂਗੀ ਤਾਂ ਹੀ ਤੈਨੂੰ ਕਹਿਣਾ ਉਹਨਾਂ ਵੀ ਤੂੰ ਕਰ ਦਿਆ ਕਰ ਕੰਮ। ਉਹ ਫਿਰ ਮੈਂ ਤਾਂ ਕਰੀ ਜਾਂਦੀ ਹਾਂ, ਇਹ ਤਾਂ ਮਾੜਾ ਮੋਟਾ, ਮੇਰੀ ਗੱਲ ਸੁਣ, ਜਦੋਂ ਬੰਦਾ ਘਰੇ ਫਿਰਦਾ ਕੇ ਕਹੀ ਜਾਂਦਾ ਵੀ ਮਾੜਾ ਮੋਟਾ ਕੰਮ ਕਰ ਲੈ, ਫਿਰ ਕੀ ਉਹਦਾ ਕਿ ਨੂਨ ਟਿਲਕ ਗਿਆ? ਤੁਸੀਂ ਮੈਨੂੰ ਲੱਗ ਜਾਂਦੇ ਹੋ ਬੋਲਣ, ਉਹਨੂੰ ਕੋਈ ਕਹਿੰਦਾ ਹੀ ਨਹੀਂ ਹੈਗਾ, ਉਹੀ ਗੱਲ ਫਿਰ ਡਰਦਿਆਂ ਤੋਂ ਡਰਦਾ ਅਗਲਾ। ਉਹ ਇੱਕ ਬੰਦਾ ਤਾਂ ਮਾੜਾ ਹੁੰਦਾ, ਸਾਰਿਆਂ ਨੇ ਤਾਂ ਨਹੀਂ ਮਾੜੇ ਬਣਨਾ ਹੁੰਦਾ। ਬੇ ਰਾਜ, ਬੇ ਪੁੱਤ ਤੂੰ ਮੁਰੇ ਆ ਕੇ ਇਹਨੂੰ ਕਾਹਨੂੰ ਬੋਲਣ ਲੱਗ ਗਿਆ, ਨਾਲੇ ਮੈਂ ਤੈਨੂੰ ਬੋਲ ਮਾਰਿਆ ਸੀਗਾ, ਕਸੂਰ ਤਾਂ ਸਾਰਾ ਉਹਦਾ, ਇਹਦੇ ਕਿਉਂ ਬਾਦ ਪਿਆ, ਇਹਨੇ ਤਾਂ ਸਾਰਾ ਕੰਮ ਕਰਤਾ ਸੀ। ਓਹੋ ਬੀਬੀ, ਇਹਨੂੰ ਤਾਂ ਕਹਿੰਦਾ ਮੈਂ, ਇਹ ਵੀ ਨਹੀਂ ਟਲਦੀ ਹੁੰਦੀ, ਉਹਨੂੰ ਵਗ ਜਾਣ ਦੇ, ਤੂੰ ਕਰ ਲੈ ਕੰਮ, ਦੱਸ ਕਾਹਦੇ ਵਾਸਤੇ ਐਵੇਂ? ਇੱਕ ਮਿੰਟ, ਪਹਿਲਾਂ ਕਿਹਨੂੰ ਪਤਾ ਸੀ ਵੀ ਉਹਨੇ ਜਾਣਾਗਾ? ਉਹ ਤਾਂ ਹੁਣ ਇੱਕ ਜਿੱਦ ਫੜੀ ਆ ਉਹਨੇ ਵੀ ਤੂੰ ਜਾਣੀ ਹੈ, ਮੈਂ ਤਾਂ ਤੈਨੂੰ ਵੀ ਪਤਾ ਸਾਲ ਤੋਂ ਜਾਂਦੀ ਸੀ ਨਾ ਜਾਊਂਗੀ, ਲੈ ਵਗ ਜੇ, ਮੈਂ ਕੀ ਕਰਾਉਣਾ ਉਹ ਤੋਂ, ਕਲੇਸ਼ ਹੀ ਟਲੂਗਾ, ਜਾਂਦੀ ਆ ਵਗ ਜੇ, ਉਹਨੇ ਤਾਂ ਇੱਕ ਜਿੱਦ ਫੜ ਰੱਖੀ ਹੈ ਵੀ ਜੇ ਉਹ ਜਾਊਗੀ ਤਾਂ ਮੈਂ ਵੀ ਜਾਊਂਗੀ, ਉਹਨੂੰ ਆਇਆ ਵੀ ਇੰਨੇ ਨਾਲ, ਜਦੋਂ ਮੈਂ ਕਹਿਤਾ ਮੈਂ ਜਾਂਦੀ ਨਹੀਂ ਨਾਲ ਜਾਂਦੀ ਨਹੀਂ। ਮੇਰੀ ਗੱਲ ਸੁਣ ਲੈ, ਬਾਪੂ ਦੇਖ ਲੈ ਬਿਮਾਰ ਪਿਆ ਹੈਗਾ, ਜੇ ਮੇਰੇ ਮਾਂ ਪਿਓ ਨੂੰ ਕੁਛ ਹੋ ਗਿਆ ਨਾ, ਸੋਨੂੰ ਨਹੀਂ ਮੈਂ ਛੱਡਦਾ ਹੈਗਾ। ਰਾਜ ਐਂ ਕਾਹਤੋਂ ਬੋਲੀ ਜਾਂਦਾ ਪੁੱਤ, ਕੁਛ ਨਹੀਂ ਹੁੰਦਾ ਸਾਨੂੰ, ਮੇਰਾ ਪੁੱਤ ਬਣ ਕੇ ਹਾੜੇ, ਤੂੰ ਨਾ ਕਲੇਸ਼ ਪਾ ਪੁੱਤ। ਓਹੋ ਬੀਬੀ, ਐਂ ਨਾ ਕਰਿਆ ਕਰ ਤੂੰ, ਹੋਰ ਤੁਹਾਡੇ ਇਹੀ ਉਹੀ ਗੱਲ, ਇਹੀ ਚੀਜ਼ਾਂ ਤੇ ਇਹ ਚਾਂਬਲ ਗਈਆਂ। ਮੈਂ ਤਾਂ ਕੋਈ ਚਾਂਬਲੀ ਨਹੀਂ ਹੈਗੀ, ਚਾਂਬਲੀ ਹੋਈ ਉਹ ਆ, ਇੱਕ ਗੱਲ ਮੈਂ ਇੱਥੋਂ ਲਿਖਿਆ ਕੇ ਲੈ ਲੈ, ਜਿਹੜੀ ਧੀਵੀ ਇੰਨਾ ਬੋਲਦੀ ਹੈਗੀ ਉਹ ਤਾਂ ਪੰਚਾਇਤਾਂ ਇਕੱਠੀਆਂ ਕਰੂਗੀ, ਉਹਨੂੰ ਕੋਈ ਨਹੀਂ ਟਾਲ ਸਕਦਾ, ਜਿੰਨਾ ਤੁਸੀਂ ਉਹਦੀਆਂ ਮਿੰਨਤਾਂ ਕਰੀਆਂ ਨੇ ਉਨਾ ਸਿਰ ਚੜੀ ਜਾਂਦੀਆਂ, ਮਾਂ ਨੂੰ 100-100 ਗੱਲਾਂ ਬੋਲੀ ਆ ਉਹ। ਨਾਲੇ ਪੁੱਤ ਕਿਹਾ ਹੀ ਕੁਛ ਨਹੀਂ ਸੀ, ਦੋ ਰੋਟੀਆਂ ਲਾਉਣ ਨੂੰ ਕਿਹਾ ਸੀ, ਸਾਰਾ ਕੰਮ ਇਹਨੇ ਕਰਤਾ ਸੀ ਆਪਦਾ ਸਾਰਾ। ਮੈਂ ਤਾਂ ਉਹ ਕਹਿ ਦਿੰਦੀ ਵੀ ਭਾਈ ਮੈਂ ਤਾਂ ਪਕਾਉਂਦੀ ਨਹੀਂ, ਮੈਨੂੰ ਕਹਿੰਦੇ ਤੇਰੇ ਪੇਕੇ ਮਰ ਜਾਣ, ਕੀ ਗੱਲ ਭਾਈ? ਉਹ ਫਿਰ ਉਹਦੇ ਕਹਿਣ ਨਾਲ ਮਰ ਗਏ, ਫਿਰ ਮਾੜਾ ਤਾਂ ਨਾ ਬੋਲੇ।
ਐਂ ਥੋੜ੍ਹਾ ਬੋਲੀਦਾ ਹੁੰਦਾ ਜਿਵੇਂ ਉਹ ਬੋਲਦੀ ਹੈ ਨਾ ਭਾਈ, ਉਹ ਤਾਂ ਬੈਠਾ ਉੱਠੇ ਜਮਾ ਨਹੀਂ ਦੇਖਦੀ ਵੱਡਾ ਛੋਟਾ, ਉਹ ਤਾਂ ਐਂ ਚੱਲਦੀ ਹੈ ਇੱਕ ਵੱਢ ਉਹ ਸਾਰੇ। ਉਹ ਤਾਂ ਜਿਹੋ ਜਿਹੀ ਹੈਗੀ ਹੈ ਹੈਗੀ ਹੈ, ਫਿਰ ਆਪਾਂ ਸਾਰਿਆਂ ਨੇ ਤਾਂ ਨਹੀਂ ਬਣਨਾ ਹੈਗਾ, ਉਹਨੂੰ ਵਗ ਜਾਣ ਦਿਆ ਕਰੋ, ਨਾ ਬੋਲਣ ਦਾ ਟਾਈਮ ਦਿਆ ਕਰੋ ਉਹਨੂੰ। ਫਿਰ ਭਾਈ ਐਨੀ ਵੇ ਹੋ ਕੇ ਐਂ ਕਰਿਆ ਕਰੋ, ਕੋਈ ਨਹੀਂ ਮੈਂ ਰੋਟੀ ਪਕਾ ਦਿਆ ਕਰੂੰ, ਤੂੰ ਉਹਨੂੰ ਪਰੋਸ ਕੇ ਫੜਾਇਆ ਕਰੀ ਥਾਲੀ, ਐਂ ਲੋਟ ਆਊਗਾ, ਊਂ ਤਾਂ ਫਿਰ ਉਹ ਲੋਟ ਆਉਂਦੀ ਨਹੀਂ। ਓਏ ਲੜਾਈ ਟਿਕ ਜੂਗੀ ਤਾਂ ਕਹਿੰਦਾ ਮੈਂ, ਨਹੀਂ ਘਰ ਬਰਬਾਦ ਹੋ ਜੂਗਾ। ਰਾਜ ਕਿੰਨਾ ਕੁ ਚਿੱਟ ਕੇ ਆਵੇਂਗਾ ਭਾਈ, ਹਾਂ ਲੜਾਈ ਕਿੰਨਾ ਕੁ ਚਿੱਟ ਕੇ ਆਵੇਂਗਾ, ਅਕਸਰ ਨੂੰ ਇਹ ਤਾਂ ਫਿਰ ਕੰਮ ਖਰਾਬ ਹੋਊਗਾ ਹੀ ਹੋਊਗਾ, ਕਿਉਂ ਨਾ ਅੱਜੀ ਇਹਨੂੰ ਲੋਟ ਕਰ ਲਈਏ। ਹਾਂ ਜਿੰਨਾ ਤੁਸੀਂ ਉਹਦੇ ਮੂਹਰੇ ਚੁੱਪ ਕਰੀ ਜਾਂਦੇ ਹੋ, ਉਹਨਾਂ ਉਹ ਤੁਹਾਡੇ ਸਿਰ ਤੇ ਬਹਿ ਬਹਿ ਨੱਚਦੀ ਹੈ, ਸਿਰ ਚੜੀ ਜਾਂਦੀ ਹੈ, ਮੈਂ ਤਾਂ ਸਿਰ ਚ ਮੋਰੀਆਂ ਕਰੂਗੀ। ਮੈਨੂੰ ਤਾਂ ਕੀ ਹੈ, ਮੈਂ ਤਾਂ ਪਹਿਲਾਂ ਵੀ ਕਰਦੀ ਸੀ, ਮੈਂ ਤਾਂ ਹੁਣ ਵੀ ਕਰੀ ਜਾਂਦੀ, ਅੱਜ ਮੈਂ ਤਾਂ ਪਤਾ ਨਹੀਂ ਕਿਵੇਂ ਉਹੀ, ਮੈਨੂੰ ਕੀ ਪਤਾ ਸੀ ਉਹਦਾ ਕਿਹੜਾ ਸੂਣ ਕਾ ਚੜਿਆ ਪਿਆਗਾ, ਕੀ ਅੱਗ ਲੱਗ ਗਈ। ਗੱਲ ਸੁਣ ਲੈ, ਆਪਦਾ ਚੁੱਪ ਕਰਕੇ ਕੰਮ ਕਰਦੀ ਰਿਹਾ ਕਰ, ਉਹਦੀ ਜ਼ਬਾਨ ਤੇ ਤੇਰਾ ਨਾਂ ਨਹੀਂ ਆਉਣਾ ਚਾਹੀਦਾ। ਉਹਦੇ ਤਾਂ ਫਿਰ ਸਾਰਾ ਦਿਨ ਮੇਰਾ ਨਾਂ ਚੜਿਆ ਹੀ ਹੋਇਆਗਾ, ਫਿਰ ਤਾਂ ਐਂ ਕਰ, ਮੇਰੀਆਂ ਤੋੜ ਦੇ ਲੱਤਾਂ ਵਾਹਾਂ ਮੈਂ ਤਾਂ ਬਹਿ ਜਾਂਦੀ ਹਾਂ, ਜੇ ਕੋਈ ਲੋਟ ਆਜੂ ਕਹਾਣੀ। ਉਹ ਤਾਂ ਉਹੀ ਬਾਤ ਪੈ ਰਹੀ ਹੈ ਪੁੱਤ, ਇਹ ਉਹਨੂੰ ਕੁਛ ਨਹੀਂ ਕਹਿੰਦੀ ਹੈਗੀ, ਉਹ ਤਾਂ ਸਾਰੇ ਟੱਬਰ ਦੇ ਬਾਤ ਪਈ ਹੋਈ ਹੈ, ਉਹੀ ਚੰਬਲੀ ਹੋਈ ਹੈ। ਮੈਂ ਤਾਂ ਅੱਜ ਤੋਂ ਬਾਅਦ ਉਹਨੂੰ ਬੁਲਾਉਂਦੀ ਨਹੀਂ। ਬਸ ਚੰਗੀ ਹੋਈਗੀ, ਮੈਂ ਬੁਲਾਉਂਦੀ ਨਹੀਂ, ਜੇ ਮੈਨੂੰ ਕਿਸੇ ਨੇ ਐ ਕਿਹਾ ਵੀ ਉਹਨੂੰ ਬੁਲਾ ਲਾ ਤਾਂ ਮੈਂ ਇੱਥੋਂ ਬੁਲਾ ਵੀ, ਕੋਈ ਨਹੀਂ ਕਹਿੰਦਾ ਤੈਨੂੰ, ਕੁਛ ਨਹੀਂ, ਮੈਂ ਨਹੀਂ ਬੁਲਾਉਂਦੀ ਉਹਨੂੰ, ਕਹਿੰਦੇ ਮਾਂ ਉਹਨੂੰ ਮੈਂ ਅੱਜ ਤੋਂ ਬਾਅਦ ਬੁਲਾਉਂਦੀ ਨਹੀਂ, ਮੈਂ ਆਪਦੇ ਕੰਮਾਂ ਕਰੀ ਜਾਂਦੀ ਹਾਂ, ਤੋ ਤੋ ਹੁੰਦੇ ਆ ਕਰਾ ਲਓ, ਨਹੀਂ ਨਾ ਸਹੀ। ਕੋਈ ਨਾ ਪੁੱਤ, ਤੂੰ ਨਾ ਘਬਰਾ ਮਾੜਾ ਜਾ, ਕੋਈ ਨਾ ਠੰਡੀ ਘਬਰਾਉਣ ਵਾਲੀ ਗੱਲ ਨਹੀਂ ਮਾਂ, ਮੇਰਾ ਕਸੂਰ ਕੀ ਹੈ, ਮੈਨੂੰ ਕਸੂਰ ਤਾਂ ਦੱਸੇ, ਮੇਰੇ ਉਈ ਛਿੱਤਰ ਪਵਾਉਣ ਦੀ ਹੈ। ਹਈ ਬੈਤਲ ਫਿਰ ਆਹੀ ਤਾਂ ਉਹਨੂੰ ਨਜ਼ਾਰਾ ਆਉਂਦਾ, ਘਰ ਚ ਕਲੇਸ਼ ਪਵਾ ਕੇ ਖਾਣੀ, ਕਹੇ ਜੀ ਆ ਕੱਲ ਮਸੱਲੀ ਜਾਏ ਵੱਢੜੀ, ਪੁੱਤਿਆਂ ਦੀ ਨੇ ਪਿੱਛੇ ਕੁਛ ਦੇਖਿਆ ਨਹੀਂ ਹੈਗਾ। ਚੱਲ ਕੋਈ ਨਹੀਂ ਮਾਂ, ਜੇ ਜਾਂਦੀ ਉਹਨੂੰ ਨਿਕਲ ਜਾਣ ਦੇ, ਮਾਂ ਤੇਰੇ ਸੂਟ ਜੇ ਮਸਲ ਦਾ ਇੱਕ ਬਾਪੂ ਵਾਲਾ ਪਿਆ ਸੀਗਾ ਦੇਖ ਲਾ, ਫਿਰ ਕਹਿੰਦੀ ਬੈਠਤਾ ਨਹੀਂ ਹੈਗੀਆਂ, ਆਪਦਾ ਧੋ ਕੇ ਤੇ ਤੁਹਾਡੇ ਵਾਲੇ ਥਾਂ ਹੀ ਛੱਡ ਗਈ। ਮੈਂ ਤਾਂ ਕਲੇਸ਼ ਤੋਂ ਜਦੋਂ ਬੋਲੀ ਜਾਂਦੀ ਸੀ ਟਲਦੀ ਉਰੇ ਆ ਗਈ, ਮੈਂ ਕਿਹਾ ਚੱਲ ਆ ਮਸਲ ਦਾ ਮੈਂ ਦੋ ਰਹਿ ਗਈ, ਚੱਲ ਹੁਣ ਕੱਲ੍ਹ ਨੂੰ ਫਿਰ ਮੈਂ ਕਿਹਾ ਵੀਰਵਾਰ ਆਪਾਂ ਧੋਂਦੇ ਨਹੀਂ ਕੱਪੜੇ। ਚੱਲ ਪਏ ਰਹਿੰਦੇ ਪੁੱਤ, ਛੱਡ ਪਰ ਦਾਦੇ ਨੂੰ ਹੁੰਦੇ। ਕੋਈ ਨਹੀਂ ਕੋਈ ਨਹੀਂ, ਇਹ ਤਾਂ ਮੈਂ ਮਸਲ ਕੇ ਆਉਣੀ ਆ, ਕੋਈ ਨਹੀਂ ਕਰ ਲਾ ਕੀ ਕਰਦੀ। ਥੋੜਾ ਕਹਿ ਹੋਇਆ ਮੁੰਡੇ ਨੂੰ, ਮਰੇ ਨੂੰ ਬਰਾਬਰ ਦਾ ਮੁੰਡਾ ਤੁਰਕਾ, ਤੁਹਾਨੂੰ ਸਾਡੀ ਸਮਝ ਨਹੀਂ ਹੈਗੀ ਯਾਰ। ਮੇਰੀ ਤੀਵੀਆਂ ਮੈਂ ਤੈਨੂੰ ਕੁੱਟੂਗਾ, ਤੂੰ ਕਿਉਂ ਬੋਲਦਾ ਵਿੱਚੋਂ? ਉਹ ਫੇ ਮੇਰੀ ਵੀ ਤਾਂ ਭੂਆ ਹੈ, ਭੂਆ ਹੈ, ਤੂੰ ਕਰਨ ਕੀ ਆਇਆ ਮੈਨੂੰ ਆ ਦੱਸ ਪਹਿਲਾਂ। ਮੈਂ ਤਾਂ ਭੂਆ ਨੂੰ ਛੱਡਣ ਆਇਆ ਯਾਰ। ਭੂਆ ਪਹੁੰਚ ਗਈ ਜਾ, ਭੱਜ ਆਰੋ, ਉਹ ਦਿੰਦਾ ਗੇਟ ਜਾ, ਭੱਜ ਆ ਗੇਟ ਤੋਂ ਬਾਹਰ। ਦੇਖ ਲੈ ਆਏ ਕਿ ਮੈਂ ਵਗ ਜੂਗਾ, ਇਹਨੂੰ ਮੈਂ ਲੈ ਕੇ ਆਈ ਆਂ, ਹੈ ਮੇਰੇ ਨਾਲ ਜਾਊ, ਮੇਰੇ ਨਾਲ ਆਊ, ਕੀ ਗੱਲ? ਮੇਰੀ ਗੱਲ ਸੁਣ ਲੈ, ਇਹ ਮੈਨੂੰ ਉਰੇ ਦਿਸਣਾ ਨਹੀਂ ਚਾਹੀਦਾ, ਮੈਨੂੰ ਐਂ ਦੱਸ ਵੀ ਕੀ ਇਰਾਦੇ ਨਾਲ ਲੈ ਕੇ ਆਈ ਆਂ ਨੂੰ ਉਰੇ। ਮੇਰੀ ਗੱਲ ਸੁਣ ਲੈ ਸਰਦਾਰ ਜੀ, ਮੈਂ ਕਰ ਮੈਨੂੰ ਤਾਂ ਲੈ ਕੇ ਆਈ ਆਂ, ਮੈਂ ਮੇਰੀ ਨੂੰਹ ਦੇ ਲੜ ਲਾਊਂ ਇਹਨੂੰ। ਨੂੰਹ ਇਹਦੇ ਲੜ ਲਾਉਣ ਨੂੰ ਪਹਿਲਾਂ ਤਾਂ ਅਮਲੀ ਦੇ ਮੈਂ ਇਹਨੂੰ ਖੋਜ ਧੱਕਾ ਦੇ ਦੂੰਗਾ। ਹਾਂ ਕੀ ਗੱਲ, ਮੇਰੇ ਭਤੀਜੇ ਨੂੰ ਅਮਲੀ ਕਹਿਣਾ ਹੈ? ਨਾ ਫਰੀਦ ਦਾ ਮੁੰਡਾ ਜ਼ਿਆਦਾ ਚੰਗਾ ਹੈ, ਤੇਰੇ ਮਨ 'ਚ ਤਾਂ ਐਂ ਤੀ ਵੀ ਹਾਂ ਫਰੀਦ ਦੇ ਮੁੰਡੇ ਨੂੰ ਮੈਂ ਇੱਥੇ ਲੈ ਕੇ ਆਊਂ, ਮੈਂ ਉਹ ਛਿੱਪਣ ਵੀ ਨਹੀਂ ਦਿੰਦੀ, ਨਾ ਅੱਜ ਨਾ ਕੱਲ੍ਹ, ਇਹ ਤੂੰ ਮਨ 'ਚੋਂ ਗੱਲਾਂ ਕਰ ਦੇ। ਮੇਰੀ ਗੱਲ ਸੁਣ ਲਾ ਸੀਬੋ, ਜਾਂ ਤਾਂ ਫਿਰ ਇਹ ਉਰੇ ਇਹ ਰਹੂਗਾ ਜਾਂ ਰਹੂੰਗਾ ਮੈਂ, ਹੈ ਹਾਂ ਤੂੰ ਗੱਲ ਤੇ ਇੰਨਾ ਸੁਣ ਲੈ। ਉਹ ਤੁਸੀਂ ਕਲੇਸ਼ ਨਾ ਕਰੋ, ਮੈਂ ਤਾਂ ਵਗ ਜੂੰਗਾ ਫੱਫੜਾ, ਕਾਹਨੂੰ ਐਵੇਂ ਤੂੰ ਪਾਰਾ ਵਧਾਇਆਗਾ, ਐਂ ਕਿਵੇਂ ਵਗ ਜੂੰਗਾ ਯਾਰ? ਤੂੰ ਵਗ ਜਾ ਜਿੱਥੇ ਮਰਜ਼ੀ, ਮੇਰਾ ਭਤੀਜਾ ਮੈਂ ਲੈ ਕੇ ਆਈਆਂ, ਹੁਣ ਇੱਥੇ ਹੀ ਰਹੂਗਾ ਸਰਦਾਰ ਜੀ। ਤੁਹਾਡੇ ਮਨ 'ਚ ਤਾਂ ਐਂ ਤੀ ਵੀ ਹਾਂ ਸਾਡੇ ਸਾਰੇ ਟੱਬਰ ਦੇ ਉੱਤੇ ਚੱਲਣ, ਵੀ ਸੀਬੋ ਤੇ ਸਾਪਾ ਪਾ ਲਾਂਗੇ ਅਸੀਂ, ਮਾਣਾਈਆਂ ਕਰਾਂਗੇ, ਹਨਾ? ਮੇਰੀ ਗੱਲ ਸੁਣ ਲੈ, ਨਾ ਰਹੇ ਇਹ ਅੱਜ, ਨਾ ਰਹੇ ਕੱਲ, ਇਹਦੇ ਨਾਲ ਇਹਦੇ ਲੜ ਲਾਉਣ ਤੋਂ ਪਹਿਲਾਂ ਤਾਂ ਮੈਂ ਇਹਨੂੰ ਖੂਹ 'ਚ ਧੱਕਾ ਦੇ ਦੂੰਗਾ। ਮੇਰੀ ਗੱਲ ਸੁਣ ਲੈ, ਤੈਨੂੰ ਮੈਂ ਫੇਰ ਕਹਿ ਰਿਹਾ ਗੱਲ, ਹਾਂ ਇੱਕ ਗੱਲ ਸੁਣ ਲੈ, ਮੈਂ ਜ਼ਹਿਰ ਖਾ ਕੇ ਮਰ ਜੂ, ਸਪਰੇਅ ਪੀ ਕੇ ਮਰ ਜੂ,
ਹਾਂ ਜੇ ਮੇਰੇ ਭਤੀਜਾ ਲੜ ਲਾਈ ਨਾ ਯਾਰ ਕੁੜੀਏ ਉੱਥੇ ਪਈਆ ਸਪਰੇ ਪਹਿਲਾਂ ਤਾਂ ਇਹਦਾ ਫਾਹਾ ਵੱਟ ਦੇਖੀ ਜਾਊਗੀ ਕੀ ਬਣਦੀ ਆ। ਹਾਂ ਬਾਪੂ ਕਾਨੂੰ ਕਾਨੂੰ ਤੁਸੀਂ ਕਲੇਸ ਕਰਦੇ ਹੋ ਹੁਣ ਟਿਕ ਜੋ ਨਾ ਇਹ ਜੇ ਕੰਮ ਕਰੇ ਜਾਓ ਟਿਕ ਜੋ ਭਈ ਮੇਰੀ ਗੱਲ ਸੁਣ ਲੈ ਰੇ ਦੇਖ ਲੈ ਕੀ ਕੰਮ ਕਰਦੀ ਫਿਰਦੀ ਹੈਗੀ ਕਿਉਂ ਕਰਨਾ ਪਤਾ ਤੇ ਵੀ ਉੱਥੇ ਕੀ ਕਰਨ ਲੱਗੀ ਜਾਏਗੀ। ਹਾਂ ਦੇਖ ਲੈ ਕੀ ਜਲੂਸ ਕੱਢਿਆ ਇਹਨੇ ਕੋਈ ਜਲੂਸ ਨਹੀਂ ਕੱਢਿਆ ਅਮਲੀ ਨੂੰ ਰੇ ਬਿਠਾਏਗੀ ਹੈ ਕਿਉਂ ਕੀ ਗੱਲ ਅਮਲੀ ਨੂੰ ਕੀ ਦਿੰਦੇ ਨੂੰ ਅਮਲ ਨੂੰ ਗੱਲ ਸੁਣ ਲੈ ਓਏ ਜਾ ਭੱਜ ਜਾ ਓਰੇ ਹਾਂ ਜਿਹੜਾ ਕੰਮ ਹੋਣਾ ਤੇ ਉਹ ਹੋ ਗਿਆ ਜਾ ਭੱਜ ਮੈਂ ਬਾਗ ਜੂਗਾ ਕਾਹਨੂੰ ਤੁਸੀਂ ਰੌਲਾ ਕਾਹਨੂੰ ਪਾਇਆ ਆਪਦੇ ਘਰੇ ਭੂਆ ਕੋਈ ਨਾ ਤੂੰ ਮੜਾ ਜਾ ਉਹ ਕਰ ਲੈ ਚੁੱਪ ਕਰਕੇ ਬਹਿ ਜਾ ਇਹਨੇ ਕਿਤੇ ਨਹੀਂ ਜਾਣਾ ਤੂੰ ਜਿੱਥੇ ਮਰਜ਼ੀ ਵਗ ਜਾ ਬਾਪੂ ਨਾ ਕਾਹਨੂੰ ਮੇਰੀ ਗੱਲ ਸੁਣ ਬਾਪੂ ਜਾ ਤੂੰ 10 ਮਿੰਟ ਬਾਹਰ ਨੂੰ ਵਗ ਜਾ ਕੋਈ ਨਾ ਆਪੇ ਵਗ ਜੂ ਇਹ ਮੇਰੀ ਗੱਲ ਸੁਣ ਲਓ 4 ਵਜੇ ਤੋਂ ਪਹਿਲਾਂ ਇਹ ਉਰੋਂ ਵਗ ਜਾਣਾ ਚਾਹੀਦਾ ਠੀਕ ਹੈ ਮੈਂ ਜਾ ਰਿਹਾ ਹੁਣ ਤੂੰ ਮੇਰੇ ਮੈਂ ਛਿੱਤਰ ਖਾਵੇਂਗੀ ਤੂੰ ਮੈਥੋਂ ਨਾ 4 ਵਜੇ ਜਾਵੇ ਨਾ ਇਹ 5 ਵਜੇ ਜਾਵੇ ਇਹ ਤਾਂ ਇੱਥੇ ਹੀ ਰਹੂ ਇਹਨੂੰ ਮੈਂ ਇੱਥੇ ਹੀ ਰੱਖੂ ਤੂੰ ਭਾਵੇਂ 8 ਵਜੇ ਆਈ ਨਾ ਆਈ ਮੈਂ ਤੇਰੀ ਹੋਣੀ 4 ਵਜੇ ਆਉਂਗਾ ਦੇਖੂਗਾ ਉਦੋਂ ਕੀ ਬਣਦਾ ਹਾਂ ਜੇ ਇਹ ਇੱਥੇ ਹੋਇਆ ਨਾਲ ਤਾਂ ਤੇਰੇ ਨਾਲ ਦੇਖੀ ਕੀ ਬਣਦੀ ਹੈ ਨਾਲੇ ਬਣਦੀ ਦੇਖੀ ਇਹਦੇ ਨਾਲ ਕੀ ਮੈਂ ਤੂੰ ਕਹਾਂ ਡੰਡੀ ਲੱਗ ਜੇ 4 ਵਜਣਗੇ ਦੇਖੀ ਜਾਊ ਕਿ ਮੈਂ ਭੌਂਕਦਾ ਮਲੰਗ ਕੁੱਤਾ ਇਹਨੂੰ ਤਾਂ ਆਏ ਐ ਵੀ ਹਾਂ ਮੈਂ ਆਪਦਾ ਭਾਣਜਾ ਲਿਆਵਾਂ ਰੀਤੋ ਚ ਸਾਰੇ ਟੱਬਰ ਦੇ ਜਾਲ ਵਿਛਾ ਲੇ ਕਿ ਸਾਰਿਆਂ ਦੀਆਂ ਚੱਲਣਗੀਆਂ ਮੈਨੂੰ ਕੌਣ ਪੁੱਛੂਗਾ ਵੀ ਮੈਨੂੰ ਤਾਂ ਜਿਉਂਦੀ ਨੂੰ ਮਾਰ ਦੋਗੇ ਨਾ ਤੂੰ ਨਹੀਂ ਦਿੰਦਾ ਜ਼ਹਿਰ ਤਾਂ ਮੈਨੂੰ ਪ੍ਰੀਤੋ ਆ ਕੇ ਦੇ ਦੂਗੀ ਕੁਛ ਤਾਂ ਕਰੋਗੇ ਹੀਲੇ ਤਾਂ ਮੇਰੇ ਇਹੀ ਕਰ ਰੱਖੇ ਨੇ ਤੁਸੀਂ ਨੇ ਹਾਂ ਮੈਂ ਤਾਂ ਮੇਰੇ ਭਤੀਜੇ ਨੂੰ ਰੱਖੂ ਅੱਜ ਵੀ ਕੱਲ੍ਹ ਵੀ ਨੀਮਾ ਕਿਉਂ ਇੰਨਾ ਬਲੱਡ ਵਧਾਇਆ ਆ ਦਿਮਾਗ ਦੀ ਕੋਈ ਨਾਲ ਹੀ ਫਟ ਜੂਗੀ ਬਾਪੂ ਦਾ ਤਾਂ ਤੈਨੂੰ ਪਹਿਲੇ ਦਿਨੋਂ ਹੀ ਪਤਾ ਹੈਗਾ ਵੀ ਉਹਦਾ ਸੁਭਾਅ ਇਹੋ ਜਿਹਾ ਤੂੰ ਕਾਹਨੂੰ ਇੰਨੀ ਚਿੰਤਾ ਕਰਦੀ ਹੈ ਟਿਕ ਜਾ ਹਾਏ ਵੇ ਰੱਬਾ ਮੈਂ ਮੇਰਾ ਪੁੱਤ ਨਾ ਮੁੱਕਦਾ ਜਦੋਂ ਮੈਂ ਮਰ ਜਾਂਦੀ ਮੈਂ ਰਹਿ ਕੇ ਕੀ ਕਰਨਾ ਸੀ ਇਹ ਕੰਜਰ ਤੋਂ ਮੇਰਾ ਖੇੜਾ ਸੁੱਟ ਜਾਂਦਾ ਸਾਰੀ ਉਮਰ ਮੈਨੂੰ ਤਪਾਊਗਾ ਇਹ ਉਹ ਚੁੱਪ ਕਰ ਜਾ ਭੂਆ ਕਾਹਨੂੰ ਐਵੇਂ ਤੂੰ ਆਪਦਾ ਬੀਪੀ ਵਧਾਇਆ ਜਾਂ ਭਰਜਾਈ ਤੂੰ ਪਾਣੀ ਦਾ ਗਲਾਸ ਲੈ ਕੇ ਦੇ ਨਾਲੇ ਮੇਰੀ ਗੱਲ ਸੁਣ ਲੈ ਭੂਆ ਫੁੱਫੜ ਦਾ ਤੈਨੂੰ ਪਤਾ ਪਹਿਲੇ ਦਿਨ ਤੁਸੀਂ ਤੱਤੇ ਸੁਭਾਅ ਦਾ ਉਹ ਬੋਲਣ ਲੱਗਿਆ ਨਹੀਂ ਦੇਖਦਾ ਹੈਗਾ ਨਾਲੇ ਜਦੋਂ ਮੈਂ ਤੇਰੇ ਨਾਲ ਆਈ ਗਿਆ ਉਹ ਤੇਰੇ ਨਾਲ ਵਾਅਦਾ ਕਰਕੇ ਤੁਰਿਆ ਜੱਟ ਆਪਦੀ ਜ਼ਬਾਨ ਤੋਂ ਨਹੀਂ ਭਾਜਦਾ ਆਪਦੀ ਭੂਆ ਦੀ ਹਰ ਕਹੀ ਗੱਲ ਪਗਾਊਗਾ ਮੇਰੇ ਪੁੱਤ ਤਾਂ ਹੀ ਤਾਂ ਮੈਂ ਤੈਨੂੰ ਲੈ ਕੇ ਆਈ ਸੀ ਮੈਨੂੰ ਤੁਹਾਡਾ ਓਟ ਆਸਰਾ ਵੱਧਦਾ ਇਹਦੇ ਲਾਣੇ ਦਾ ਮੈਨੂੰ ਘੱਟ ਹੈ ਤੈਨੂੰ ਪਤਾ ਇਹ ਤਾਂ ਆਪਦੇ ਪਰਿਵਾਰ ਬਾਰੇ ਸੋਚਦਾ ਓਏ ਉਹੀ ਤਾਂ ਗੱਲ ਹੈ ਪਹਿਲੇ ਦਿਨ ਤੋਂ ਹੀ ਉਹਨਾਂ ਕ ਨਹੀਂ ਡੱਕਾ ਸੁੱਟਦਾ ਫੁੱਫੜ ਦਾ ਤੈਨੂੰ ਪਤਾ ਤਾਂ ਹੈ ਤੇਰੀ ਤਾਂ ਅੱਜ ਤੱਕ ਚੱਲਣੀ ਨਹੀਂ ਦਿੱਤੀ ਇਹਨੇ ਘਰੇ ਵੇ ਫਿਰ ਹੁਣ ਨਹੀਂ ਮੈਂ ਪੁੱਗਣ ਦਿੰਦੀ ਹੁਣ ਤੱਕ ਵਗਾ ਲਈਆਂ ਬਥੇਰੀਆਂ ਇਹਨਾਂ ਨੇ ਪਰ ਹੁਣ ਨਹੀਂ ਮੈਂ ਪੁੱਗਣ ਦਿੰਦੀ ਹੁਣ ਤਾਂ ਮੈਂ ਆਪਦੀ ਮਰਜ਼ੀ ਕਰੂੰਗੀ ਹੁਣ ਮੇਰਾ ਕਰ ਕੀ ਲਊਗਾ ਇਹ ਇੰਨਾ ਕੀ ਮੈਨੂੰ ਘਰੋਂ ਕੱਢ ਦੂਗਾ ਮੈਂ ਵਗ ਜੂੰਗੀ ਕਰ ਮੈਂ ਤਾਂ ਮੁੜ ਕੇ ਵੜਦੀ ਨਹੀਂ ਜੇ ਰੱਖੂੰਗੀ ਤਾਂ ਤੈਨੂੰ ਇੱਥੇ ਰੱਖੂੰਗੀ ਤੂੰ ਮੇਰਾ ਆਸਰਾ ਬਣ ਕੇ ਰਹੇਗਾ ਇੱਕ ਤਰ੍ਹਾਂ ਦਾ ਉਹ ਐਂ ਘਰੋਂ ਕਿਵੇਂ ਕੱਢ ਦੂਗਾ ਤੂੰ ਇੱਥੇ 50-60 ਸਾਲ ਜ਼ਿੰਦਗੀ ਜਿਉਂਈ ਆ ਆਪਦੀ ਐਂ ਕੱਢ ਦੂ ਕਿਤੇ ਖੇਡ ਪਈ ਆ ਹੈ ਇਹਨਾਂ ਨੂੰ ਤਾਂ ਐਂ ਹੈ ਵੀ ਹਾਂ ਜੇ ਅਸੀਂ ਆਪਦਾ ਮੁੰਡਾ ਦੇ ਦਈਏ ਪ੍ਰੀਤੋ ਨੂੰ ਤਾਂ ਇਹ ਹੈ ਵੀ ਮੈਂ ਇਹਨਾਂ ਨੂੰ ਕਬਜ਼ੇ 'ਚ ਕਰ ਲਾਂ ਸਾਰੀ ਉਮਰ ਮੈਂ ਕਬਜ਼ੇ 'ਚ ਹੀ ਕੱਢ ਲਈ ਇਹਨਾਂ ਨੇ ਮੇਰੇ 'ਤੇ ਬਥੇਰੇ ਚਲਾਈਆਂ ਨੇ ਪਰ ਹੁਣ ਨਹੀਂ ਮੈਂ ਚੱਲਣ ਦਿੰਦੀ ਹੁਣ ਮੈਂ ਬਹੁਤ ਔਖੀ ਹਾਂ ਇੱਕ ਤਾਂ ਮੈਂ ਮੇਰੇ ਪੁੱਤ ਨੇ ਹਰਾਤੀ ਇੱਕ ਮੈਨੂੰ ਇਹ ਹਰਾਉਣਗੇ ਪ੍ਰੀਤੋ ਉਹ ਜਿਹੜੀ ਇਹਦੀ ਫੁੱਫੜ ਦੀ ਭੈਣ ਆ ਆਹੋ ਲੈ ਉਹਦੇ ਨਾਲ ਤੇਰੀ ਬਣਦੀ ਤਾਂ ਹੈ ਨਹੀਂ ਤਾਂ ਹੀ ਤਾਂ ਉਹਦਾ ਮੁੰਡਾ ਲਿਆਉਣ ਨੂੰ ਫਿਰਦਾ ਵੀ ਹਾਂ ਸੀਬੋਂ ਤਾਂ ਅਸੀਂ ਭਚੀੜ ਕੇ ਹੀ ਮਾਰ ਦਿਆਂਗੇ ਇਹਨਾਂ ਗੱਲਾਂ ਤੋਂ ਮੈਂ ਡਰਦੀ ਨਾ 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 ਇਹ ਤਾਂ ਫਿਰ ਭੂਆ ਗਲਤ ਗੱਲ ਆ ਫੁੱਫੜ ਦੀ ਐਂ ਨਹੀਂ ਫੁੱਫੜ ਨੂੰ ਕਰਨਾ ਚਾਹੀਦਾ ਹੁਣ ਕੋਈ ਵੀ ਕੰਮ ਆ ਬਿਉਂਤਬੰਦੀ ਨਾਲ ਕਰਨਾ ਚਾਹੀਦਾ ਉਹਨੂੰ ਤੇਰੀ ਨਾਲ ਕਾਹਨੂੰ ਮੰਨਦਾ ਮੇਰੀ ਮੇਰੇ ਨਾਲ ਤਾਂ ਬਿਉਂਤਬੰਦੀ ਕਰਦਾ ਨਹੀਂ ਉੱਧਰ ਜਾ ਕੇ ਆਪਦੇ ਭਾਈ ਨਾਲ ਕਰਦਾ ਹੈ ਬਿਉਂਤਬੰਦੀਆਂ ਊਂ ਭੂਆ ਤੈਨੂੰ ਐਂ ਲੱਗਿਆ ਨਹੀਂ ਵੀ ਫੁੱਫੜਾ 'ਚ ਬਾਹਲੀ ਬਲੱਡ ਜਾ ਵਧਾਈ ਬੈਠਾ ਸੀ ਮੈਨੂੰ ਦੇਖ ਲੈ ਕਹਿੰਦਾ 4 ਵਜੇ ਦਿਨ ਵਗ ਜੀ ਮੈਂ ਹੁਣ ਫਿਰ ਕਿਵੇਂ ਕਰਾਂ ਕਿਉਂ ਜਾਵੇਂਗਾ ਤੂੰ ਜਿੰਨਾ ਚਿਰ ਤੇਰੀ ਭੂਆ ਬੈਠੀ ਹੈ ਤੈਨੂੰ ਜਾਣ ਦੀ ਭੋਰਾ ਲੋੜ ਨਹੀਂ ਜਾਂ ਦੁਬਾਰੇ ਬੋਲੂਗਾ ਮੈਂ ਆਪੇ ਸਮਝੂ ਉਹ ਨਾ ਹੱਥ ਨੇ ਕਿਤੇ ਆ ਕੇ ਹੋਰ ਝੱਜੂ ਪਾ ਲਏ ਫਿਰ ਪਹਿਲਾਂ ਹੁਣ ਕਿਹੜਾ ਉਹਨੇ ਝੱਜੂ ਨਹੀਂ ਪਾਇਆ ਹੱਥ ਨਾਲ ਝੱਜੂ ਦੇਖ ਲਾਂਗੇ ਉਹ ਤਾਂ ਝੱਜੂ ਪਾਊਗਾ ਹੀ ਹੁਣ ਝੱਜੂ ਪਾ ਪੂ ਕੇ ਆਪੇ ਡਿੱਗ ਜੂਗਾ ਬਾਪੂ ਹਾਂ ਸ਼ਰਾ ਹੁਣ ਠੀਕ ਹੈ ਤੂੰ ਹਾਂ ਰਾਜ ਹੁਣ ਤਾਂ ਫਰਕ ਜਿਹਾ ਪੈ ਗਿਆ ਦਵਾਈ ਨਾਲ ਪਰ ਤੈਨੂੰ ਪਤਾ ਆਪਾਂ ਹੀ ਨਿੱਤ ਚਿੰਤਾ ਨਵੀਂ ਵੱਧਦੀ ਹੈ
ਕੀ ਲੈ ਦੱਸ ਆਪਣੇ ਘਰੇ ਕਾਹਦਾ ਤੋੜਾ ਹੈ? ਬਾਪੂ ਮੈਂ ਤੈਨੂੰ ਇੱਕ ਗੱਲ ਦੱਸਦਾ, ਘਰ ਦੇ ਕਲੇਸ਼ ਤਾਂ ਆਪਣੇ ਨਿਬੜਦੇ ਨਹੀਂ ਹਨ, ਤੂੰ ਆਪਦੇ ਦਿਮਾਗ ਦੇ ਉੱਤੇ ਬੋਝ ਨਾ ਪਾਇਆ ਕਰ, ਤੂੰ ਬਿਮਾਰ ਹੋ ਜਾਂਦਾ, ਤੂੰ ਗੱਲਾਂ ਸੋਚੀ ਜਾਂਦਾ ਰਹਿੰਦਾ, ਮੈਨੂੰ ਪਤਾ ਹੈ ਜਿਹੜਾ ਵੱਡਾ ਬੰਦਾ ਹੁੰਦਾ ਉਹਦੇ ਦਿਮਾਗ 'ਤੇ ਐਟੋਮੈਟਿਕ ਬੋਝ ਪੈ ਜਾਂਦਾ ਬਿਨਾਂ ਮਤਲਬ ਤੋਂ। ਹੁਣ ਛੇਰਾ ਦੇਖ, ਤੇਰੀ ਉਮਰ ਆ ਭਾਈ ਕੰਮ ਕਰਨ ਦੀ, ਪਹਿਲਾਂ ਸਾਡੀ ਸੀ, ਸਾਡੀ ਸੋਚ ਇਹੀ ਹੁੰਦੀ ਵੀ ਆਪਣਾ ਘਰ ਸਾਰੇ ਹੱਸਦੇ ਵੱਸਦੇ ਰਹਿਣ। ਤਾਇਆ ਆ ਗਿਆ। ਸਤਿ ਸ਼੍ਰੀ ਅਕਾਲ ਤਾਇਆ। ਸਤਿ ਸ਼੍ਰੀ ਅਕਾਲ, ਤਾਂ ਠੀਕ ਆ ਭਾਈ। ਉਹ ਕੀ ਹੋ ਗਿਆ ਘਰ ਉੱਜੜ ਗਿਆ ਕਾਕਿਆ, ਉਹ ਘਰ ਉੱਜੜ ਗਿਆ ਆਪਣਾ ਬਸ। ਗੱਲ ਕੀ ਹੋ ਗਈ? ਗੱਲ ਕੀ ਹੋਣੀ ਆ ਯਾਰ, ਉਹ ਲਿਆ ਕੇ ਲਾਤਾ ਪਿੱਪਲ, ਮੇਰੇ ਸਾਲ ਦਾ ਅਮਲੀ ਕਰਮ ਆ। ਕਿਉਂ, ਕੀ ਕਾਹਦੇ ਵਾਸਤੇ ਪਿੱਪਲ ਲਾਤਾ? ਪਿੱਪਲ ਤੈਨੂੰ ਮੈਂ ਦੱਸਦਾ ਮਾੜਾ ਜਿਹਾ, ਉਹ ਸੈੱਟ ਕਾਹਨੂੰ ਯਾਰ, ਗੱਲ ਨਹੀਂ ਬਾਤ ਨਹੀਂ, ਬਲੱਡ ਵਧਾ ਤਾ ਉਹਦੀ ਕਰਕੇ ਆਇਆ ਸਰਬਸ ਮੈਂ ਸੀਬੋ ਦੀ। ਗੱਲ ਨਹੀਂ ਬਾਤ ਨਹੀਂ, ਉਹ ਲਿਆ ਕੇ ਬਿਠਾ ਤਾ ਕਰਮ ਆ ਕੇ, ਭਾਈ ਬਹੂ ਨੂੰ ਉਹਦੇ ਲੜ ਲਓ। ਹਾਂ ਲਓ ਉਹਦੇ ਲੜ ਅਮਲੀ ਦੇ। ਮੈਂ ਕੀ ਜਵਾਬ ਦੇਊਂਗਾ ਦੱਸ ਕੁੜੀ ਦੇ ਪੇਕੇ? ਲੈ ਤਾਇਆ ਪਾਣੀ ਪੀ ਲਾ, ਕੋਈ ਨਹੀਂ ਤੂੰ ਹਰਖ ਨਾ, ਗੁੱਸਾ ਕਾਹਨੂੰ ਇੰਨਾ ਕਰਦਾ ਹੁੰਦਾ। ਲੈ ਦੇਖ ਲੈ ਸ਼ੇਰਾ, ਭਾਈ ਤੇਰੀ ਤਾਈ ਵਾਲੀ ਤਾਂ ਜਮੀ ਹੱਦ ਹੋਈ ਪਈ ਹੈ, ਓਏ ਉਹਦੀਆਂ ਅੱਖਾਂ ਫੁੱਟੀਆਂ ਨੇ, ਉਹਨੂੰ ਦੀਂਦਾ ਨਹੀਂ। ਉਹ ਮੇਰੇ ਸਾਲ ਦਾ ਅਮਲੀ ਸਾਰਾ ਕੁਛ ਵੇਚ ਕੇ ਖਾ ਜੂਗਾ। ਓਏ ਇਹੀ ਤਾਂ ਮੈਂ ਕਹਿੰਦਾ, ਉਹ ਤਾਂ ਇੱਕ ਨੰਬਰ ਦਾ ਨਸ਼ੇੜੀ ਆ ਭਾਈ, ਨਸ਼ੇੜੀ। ਇਹਦੂ ਤਾਂ ਧੱਕਾ ਦੇ ਦਿਓ ਖੂਹ 'ਚ ਕੁੜੀ ਨੂੰ। ਖੂਹ 'ਚ ਧੱਕਾ ਦੇਣ ਵਾਲੀ ਤਾਂ ਗੱਲ ਹੋ ਗਈ, ਹੋਰ ਕੀ ਹੋ ਗਿਆ ਹੈ? ਉਹ ਤਾਂ ਉਹੀ ਵੇਚ ਕੇ ਖਾ ਜੂਗਾ, ਨਾਲੇ ਮੈਨੂੰ ਨਹੀਂ ਦੇਖ ਕੇ ਚਰਦਾ, ਮੇਰਾ ਸਾਲ ਅੱਧੀ ਰਾਤ ਨੂੰ ਮੇਰਾ ਗਲ ਤੱਪੂ। ਤਾਇਆ ਤਾਈ ਦੀ ਬਾਹਲੀ ਮਾੜੀ ਗੱਲ ਹੈ, ਐਂ ਥੋੜ੍ਹੀ ਕਰਨਾ ਚਾਹੀਦਾ ਹੈਗਾ, ਐਂ ਵੀ ਨਹੀਂ ਦੇਖਿਆ ਵੀ ਹਜੇ ਮੇਰਾ ਪੁੱਤ ਮਰੇ ਨੂੰ ਕਿੰਨਾ ਕੁ ਟਾਈਮ ਹੋਇਆ ਹੈਗਾ, ਉਹੀ ਗੱਲ ਐਵੇਂ ਬਿਨਾਂ ਮਤਲਬ ਤੋਂ ਲਿਆ ਕੇ ਇੱਥੇ ਸੰਧਾਰਾ ਬਣਾ ਦਿੱਤਾ। ਚੰਗਾ ਲਾਇਕ ਪੁੱਤ ਸੀਗਾ ਪ੍ਰੀਤੋ ਦਾ ਛੋਟਾ ਮੁੰਡਾ, ਹੈ ਕਿਹਾ ਤੀ ਵੀ ਉਹਦੇ ਲੜ ਲਾ ਆਉਂਦੇ ਆ ਕੁੜੀ ਨੂੰ, ਭੋਰਾ ਨਹੀਂ ਮੰਨੀ ਹੈਗੀ। ਉਹ ਤੈਨੂੰ ਪਤਾ ਹੈ ਇਹਦੇ 'ਚ ਕਿੰਨੀ ਆਕੜ ਹੈ, ਹਿੰਡ ਹੈ, ਹਿੰਡਣ ਖੋਰੀ ਹੈ, ਇਹ ਆਪਣੇ 'ਤੇ ਮੱਚਦੀ ਹੈ ਵੀ ਆਪਣੇ ਇਹਨਾਂ ਦੀ ਰਿਸ਼ਤੇਦਾਰੀ 'ਚੋਂ ਨਾ ਹੋਵੇ ਆਪਦਾ ਲਿਆ ਖੜਾ ਆ। ਮੈਨੂੰ ਐਂ ਸਮਝ ਨਹੀਂ ਆਉਂਦੀ ਉਹ ਪ੍ਰੀਤੋ ਨੇ ਤਾਂ ਮਾੜਾ ਕੀ ਕਰਤਾ ਯਾਰ, ਗੱਲ ਨਹੀਂ ਬਾਤ ਨਹੀਂ ਲੈ ਕੇ ਪ੍ਰੀਤੋ ਦੇ ਮੁੰਡੇ ਦੇ ਭਾਈ ਤਾਂ ਮੈਂ ਤਾਂ ਲੜੇ ਨਹੀਂ ਲਾਉਂਦੀ ਹੈਗੀ ਉਹਨੂੰ ਕੁੜੀ ਨੂੰ। ਉਹ ਇਹਨੂੰ ਐਂ ਲੱਗਦਾ ਵੀ ਇਹਨਾਂ ਦਾ ਇਹ, ਗੱਲ ਨਹੀਂ ਬਾਤ ਨਹੀਂ। ਮੈਂ ਤਾਂ ਭਾਈ ਦੋਨੇ ਹੱਥ ਜੋੜ ਕੇ ਉਹ ਕੁੜੀ ਨੂੰ ਆਪਦੇ ਪਿੰਡ ਛੱਡਿਆ ਨਾ, ਵੀ ਭਾਈ ਸਾਡੇ ਤੋਂ ਸਾਨੂੰ ਕਰੋ ਮਾਫ, ਵੀ ਭਾਈ ਸਾਡੇ ਤੋਂ ਤਾਂ ਮੁੰਡਾ ਕੋਈ ਨਹੀਂ। ਤਾਇਆ ਮੇਰੀ ਗੱਲ ਸੁਣ ਲੈ, ਹੁਣ ਤਾਂ ਦੇਖ ਲੈ ਤਾਈ ਹੈਗੀ ਹਰਖੀ ਹੋਈ, ਹੁਣ ਤਾਂ ਉਹਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਹੈਗਾ। ਕੋਈ ਨਹੀਂ, ਆਪਾਂ ਹੱਥਣੇ ਜਾਵਾਂਗੇ ਠੰਡੇ ਮਤੇ ਨਾਲ ਉਹਨੂੰ ਸਮਝਾਵਾਂਗੇ ਵੀ ਤਾਈ ਇਹਨੂੰ ਕਾਹਦੇ ਵਾਸਤੇ ਤੂੰ ਇੱਥੇ ਚੱਕ ਲਿਆਂਦਾ ਐਵੇਂ ਬਿਨਾਂ ਮਤਲਬ ਤੋਂ, ਇਹ ਬੰਦਾ ਚੰਗਾ ਨਹੀਂ ਹੈਗਾ, ਉਹਦੇ ਨਾਲ ਮੇਰੀਆਂ ਗੱਲਾਂ ਹੋਈਆਂ, ਉਹਦੀਆਂ ਗੱਲਾਂ ਹੀ ਇਹੋ ਜਿਹੀਆਂ। ਰਾਜਪੁੱਤ ਹਾਂ, ਮੈਨੂੰ ਸਾਰਾ ਕੁਛ ਪਤਾ ਹੈ, ਮੇਰਾ ਬਲੱਡ ਵਧਾ ਤਾ ਉਹਨੇ ਤੀਵੀਂ ਨੇ, ਉਹਦੀ ਖੱਲ ਸਮਾਰੀ ਮੈਂ ਕਰਕੇ ਆਇਆ, ਪਹਿਲਾਂ ਛਿੱਤਰ ਪਰੇਡ ਕਰੀ। ਉਹ ਮਾੜੀ ਗੱਲ ਹੈ ਤਾਇਆ, ਕੁੱਟਣਾ ਨਹੀਂ ਸੀ ਤਾਂ ਤਾਈ ਭਾਈ ਕੁੱਟੇ ਕਿਉਂ ਨਾ, ਹੈ ਸਾਰਾ ਦਿਨ ਯਾਰ ਪੁੱਠੇ ਕੰਮ, ਸਾਰਾ ਦਿਨ ਪੁੱਠੇ ਕੰਮ। ਮੈਨੂੰ ਤਾਂ ਐਂ ਸੀਗਾ, ਗੁੱਸਾ ਤਾਂ ਮੇਰੇ ਮਨ 'ਚ ਹੋਰ ਸੀਗਾ ਵੀ ਭਾਈ ਬਿਨਾਂ ਪੁੱਛੇ ਪਹਿਲਾਂ ਤਾਂ ਬੱਸ ਚੜ ਗਈ ਉਹ, ਹੈ ਘਰ ਦੀ ਕੋਈ ਸੋਚ ਨਹੀਂ ਫਿਕਰ ਨਹੀਂ ਇਕੱਲੀ ਨੂੰ ਉਹਨੂੰ ਛੱਡ ਕੇ, ਹੈ ਉੱਪਰੋਂ ਉਹਨੂੰ ਲਿਆ ਕੇ ਬਿਠਾ ਤਾ। ਲੈ ਦੱਸ ਮੈਨੂੰ ਕਿਹੜਾ ਪਤਾ ਤੀ ਵੀ ਉਹ ਉਹਨੂੰ ਲੈ ਕੇ ਆਊਗਾ? ਨਾ ਤੂੰ ਸਿਰਾ ਕਹੀ, ਨਾ ਆਪਾਂ ਸਮਝਾ ਲਾਂਗੇ, ਜਿਹੜੀ ਇਹਨੇ ਲਕੀਰ ਖਿੱਚਤੀ ਉਹ ਮਿੱਟੀ ਹੈ ਨਾ? ਉਹ ਨਹੀਂ ਜੀ ਮਿੱਟਦੀ। ਉਹ ਗੱਲ ਤਾਂ ਤੇਰੀ ਠੀਕ ਹੈ ਵੀ ਤਾਈ ਅਣਮੰਨ ਹੈ, ਪਰ ਫਿਰ ਸਮਝਾਉਣਾ ਤਾਂ ਪਊਗਾ ਹੀ, ਹੋਰ ਕੌਣ ਉਹਨੂੰ ਕੋਈ ਬਾਹਰੋਂ ਆ ਕੇ ਤਾਂ ਸਮਝਾਉਂਦਾ ਨਹੀਂ ਹੈ। ਮੇਰੀ ਗੱਲ ਸੁਣ ਪੁੱਤ, ਉਹ ਤਾਂ ਸਮਝਦੀ ਨਹੀਂ ਹੈਗੀ, ਇਹਦਾ ਹੱਲੇ ਇੱਕ ਹੈ, ਜਾਂ ਤਾਂ ਭਾਈ ਤੁਸੀਂ ਮਾਰ ਦਿਓ ਮੈਨੂੰ, ਜਾਂ ਭਾਈ ਮੈਥੋਂ ਮਰ ਜੂਗੀ ਉਹ। ਉਹ ਕਾਹਨੂੰ ਹੋਈਆਂ ਜਿਹੀਆਂ ਗੱਲਾਂ ਕਰਦਾ ਮਾੜਾ, ਠੰਡਾ ਰਹਿ ਤੂੰ। ਮੈਥੋਂ ਕੁੜੀ ਦਾ ਦੁੱਖ ਨਹੀਂ ਦੇਖਿਆ ਜਾਂਦਾ, ਉਹ ਕੁੜੀ ਭਲਾ ਕਿਵੇਂ ਰਾਜੀ ਹੋਊਗੀ ਇਸ ਗੱਲ ਨੂੰ, ਹੈ ਨਸ਼ੇੜੀ ਨਾਲ ਲੜ ਲੱਗੂਗੀ ਉਹ? ਮੈਂ ਤਾਂ ਇਹਦੀਆਂ ਗੱਲਾਂ ਤੇ ਹੈਰਾਨ ਆ ਓਏ, ਉਹ ਸੋਹਣਾ ਸੁਨੱਖਾ ਮੁੰਡਾ ਸੀ ਭਾਣਜਾ ਆਪਣਾ, ਵੀ ਦੱਸ ਤੈਨੂੰ ਕੀ ਹੁੰਦਾ ਸੀ ਜੇ ਉਹਨੂੰ ਲਿਆਉਂਦੇ ਆਪਾਂ? ਬਾਪੂ ਮੇਰੀ ਗੱਲ ਸੁਣ ਲੈ, ਗੱਲ ਆਈ ਨਿਕਲੂਗੀ, ਉਹ ਛੜਾ ਛੜੰਕ ਬੰਦਾ, ਉਹਨੇ ਤਾਈ ਨੂੰ ਭੜਕਾਤਾ ਹੋਣਾ ਪਿੰਡ ਗਈ ਨੂੰ, ਵੀ ਉਹਨੇ ਕਹਿਤਾ ਹੋਣਾ ਵੀ ਮੇਰੇ ਲਾ ਦਿਓ ਲਾੜਾ,
ਚੱਲੀ ਜਾਊ ਗੱਲ ਓਏ ਸ਼ੇਰਾ ਦੋ ਇੱਕੋ ਜੀ ਨੇ ਨਾ ਘੱਟ ਤੇਰੀ ਤਾਈ ਆ ਨਾ ਮੇਰਾ ਸਾਲਾ ਮਲਾਂਗੜਾ ਉਹ ਆ ਬਾਅਦ ਚ ਬਹਿਗਾ ਮੇਰੇ ਆ ਕੇ ਉਹ ਕੋਈ ਗੱਲ ਨਹੀਂ ਤਾਇਆ ਤੂੰ ਫਿਕਰ ਨਾ ਕਰ ਉਹਨੂੰ ਨਹੀਂ ਰਹਿਣ ਦਿੰਦੇ ਆਪਾਂ ਇੱਥੇ ਟੈਨਸ਼ਨ ਨਾ ਲੈ ਤੂੰ ਦਿਮਾਗ ਤੇ ਬੋਝ ਨਾ ਪਾ ਐਵੇਂ ਆਪਦਾ ਬੀਪੀ ਵਧਾ ਲੇਗਾ ਦੇਖ ਮੇਰਾ ਬਾਪੂ ਪਹਿਲਾਂ ਬਿਮਾਰ ਪਿਆ ਬੋਝ ਤਾਂ ਸ਼ੇਰਾ ਬਹੁਤ ਆ ਮੇਰੇ ਮਨ ਤੇ ਪਹਿਲਾਂ ਤੁਹਾਡੇ ਘਰ ਦਾ ਫਿਕਰ ਸੀ ਵੀ ਤੁਹਾਡੇ ਘਰੇ ਕਲੇਸ਼ ਰਹਿੰਦਾ ਹੁਣ ਮੇਰੇ ਸਾਲ ਤਾਂ ਮੇਰੇ ਘਰੇ ਵੀ ਪਏਗਾ ਓਏ ਮੈਂ ਕੀ ਕਰਾਂ ਓਏ ਕਿੱਥੇ ਵਿਚਾਰਾ ਓਏ ਜਾ ਵੀ ਜਾ ਮੇਰੇ ਸਾਲੇ ਨੇ ਲਹੂ ਨਹੀਂ ਪੀ ਕੋਈ ਨਹੀਂ ਤੂੰ ਬੈਠ ਚਾਹ ਪਾਣੀ ਪੀ ਤੇ ਆਪਾਂ ਕਰਦੇ ਆ ਗੱਲ ਉਹਦੇ ਨਾਲ ਐ ਕਿਵੇਂ ਲੜ ਲਾ ਦੂ ਏਸੀ ਦੀਆਂ ਚੱਲਣਗੀਆਂ ਫਿਰ ਸਾਰੀ ਉਮਰ ਕਾਕਾ ਮੈਂ ਫਾਹਾ ਲੈ ਕੇ ਮਰ ਜੂਗਾ ਜੇ ਹੁਣ ਆ ਗਿਆ ਉਹ ਬਾਈ ਇਹ ਗੱਲਾਂ ਕਾਹਨੂੰ ਕਰਦਾ ਤੂੰ ਇਹਦੇ ਪਿੱਛੇ ਕਰਨਾ ਪੱਟਾ ਉਹਦਾ ਓਏ ਚਾਹ ਧਰ ਦੇ ਚਾਹ ਤਾਂ ਤੇਰੀ ਬੇਦੁੱਧ ਪਾਉਂਦੀ ਸੀ ਕੀ ਹੋ ਗਿਆ ਤਾਇਆ ਇੰਨਾ ਕਿ ਰੌਲਾ ਪਾਈ ਜਾਂਦਾ ਹੈ ਓਏ ਹੋਣਾ ਕੀ ਹੈਗਾ ਉਹ ਤਾਈ ਨੇ ਲਿਆ ਕੇ ਆਪਦਾ ਭਤੀਜਾ ਅਮਲੀ ਜਾ ਇੱਥੇ ਬਿਠਾਤਾ ਕਹਿੰਦੀ ਬੂਟੇ ਦੀ ਬਹੂ ਉਹਦੇ ਲੜ ਲਾਵਾਂਗੇ ਇਹਦੀ ਹਾਏ ਬੂ ਮੈਂ ਮਰ ਜਾ ਤਾਈ ਨੂੰ ਸੰਗ ਸਰਮ ਭੋਰਾ ਹੈ ਹੀ ਨਹੀਂ ਉਹਨੂੰ ਨਹੀਂ ਪਤਾ ਵੀ ਦੁਨੀਆਂ ਜਹਾਨ ਦੇ ਤਾਂ ਉਹ ਨਸ਼ੇ ਕਰਦਾ ਗਾ ਉਹਦੇ ਲੜ ਲਾ ਕੇ ਤੇ ਕਿਉਂ ਵਿਚਾਰੀ ਨੂੰ ਐਵੇਂ ਡੋਬਦੀ ਹੈਗੀ ਫਿਰ ਅਗਲੀ ਤੇ ਪੇਕੀ ਤੋਰਦੇ ਓਏ ਐਂ ਕਿਉਂ ਤੋਰਦੇ ਚਲਾਕੀਆਂ ਖੇਡਦੀ ਹੈ ਉਹਨੂੰ ਪਤਾ ਹੈਗਾ ਵੀ ਜੇ ਇਹ ਆਪਦੀ ਕੁੜੀ ਦਾ ਮੁੰਡਾ ਲੈ ਜਾਂਦਾ ਇੱਥੇ ਤੇ ਮੁੜ ਕੇ ਉਹਨੂੰ ਸਾਰੀ ਜ਼ਮੀਨ ਦੇ ਉੱਤੇ ਕੁੰਡਲੀ ਮਾਰ ਕੇ ਬਹਿਜੂ ਉਹ ਤੇ ਫਿਰ ਮੇਰੀ ਗੱਲ ਸੁਣੋ ਉਹ ਤਾਂ ਕੁੰਡਲੀ ਮਾਰ ਕੇ ਬੈਠੂਗਾ ਤੇ ਇਹਦੇ ਵਾਲੇ ਨੇ ਛੱਡਣੀ ਨਹੀਂ ਹੈਗੀ ਜਿਹੜੇ ਹਿਸਾਬ ਦਾ ਉਹ ਤਾਂ ਕੌਲਾ ਮੇਰੀ ਗੱਲ ਸੁਣੋ ਉਦੋਂ ਆਇਆ ਹੋਇਆ ਸੀ ਦੋ ਚਾਰ ਦਿਨ ਲਾ ਕੇ ਗਿਆ ਤਾਂ ਤੇ ਕੌਲਾ ਐ ਉਂਗਲ ਨਾ ਘੋਲ ਕੇ ਤੜਕੀ ਖਿੱਚਦਾ ਗਾ ਭੁੱਕੀ ਦਾ ਉਹ ਹੋਰ ਹੁਣ ਤਾਂ ਹੀ ਤਾਂ ਆਇਆ ਉਹ ਸਕੀਮ ਨਾਲ ਹੀ ਆਇਆ ਉਹ ਆਏ ਨਹੀਂ ਆਉਣ ਵਾਲਾ ਸੀ ਬੰਦਾ ਨਹੀਂ ਮੈਨੂੰ ਪਤਾ ਉਹਦੀਆਂ ਗੱਲਾਂ ਦਾ ਆਹੋ ਆਵਣੀਆਂ ਕੋਲ 40 ਸਕੀਮਾਂ ਨੇਗੀਆਂ ਉੱਥੇ ਤਾਂ ਹੀ ਕੱਲ੍ਹ ਦੀ ਗਈ ਹੈਗੀ ਗਈਆਂ ਸੀ ਮਾਂ ਵਰ ਗਈਆਂ ਨੇ ਉਹ ਕਹਿੰਦੀਆਂ ਕਿ ਦੱਸ ਕੇ ਨਹੀਂ ਗਈ ਹੈਗੀ ਗੀ ਐਂ ਤਾਂ ਫਿਰ ਮੇਰੀ ਗੱਲ ਸੁਣ ਹੁਣ ਕਹਿਣ ਨੂੰ ਕੀ ਕਹਿਣਾ ਇਸ ਗੱਲ ਨੂੰ ਤਾਂ ਫਿਰ ਸੋਣੀਆਂ ਨੇ ਵੀ ਨਹੀਂ ਮੰਨਣਾ ਮੰਨਣਾ ਚੰਗੀ ਰਹੂਗੀ ਉਹ ਪਰ ਨਾਲੇ ਤੈਨੂੰ ਇੱਕ ਹੋਰ ਦੱਸ ਦੇਣਾ ਗੱਲ ਮੈਂ ਤਾਈ ਦੀਆਂ ਹੁਣ ਨਹੀਂ ਪੁੱਗਦੀਆਂ ਹੈਗੀਆਂ ਬਥੇਰੀਆਂ ਉਹਨੇ ਪਗਾ ਲਈਆਂ ਪਹਿਲਾਂ ਹੁਣ ਨਹੀਂ ਉਹਦੇ ਲੜ ਲੱਗਣ ਦਿੰਦੇ ਤਾਂ ਹੀ ਤਾਂ ਉਹ ਚੁੱਪ ਕਰਕੇ ਲਈ ਹੈ ਦੱਸ ਕੇ ਨਹੀਂ ਗਈ ਹੈਗੀ ਕਿ ਇਕੱਲੀ ਬਾਗੀ ਉਹਨੂੰ ਚੜਾ ਲਈ ਉਰੇ ਮਾੜੀ ਮੋਟੀ ਤਾਂ ਵੀ ਤੂੰ ਸੰਗ ਸਾਰਾ ਮੰਨ ਲੈ ਇੱਕ ਤਾਂ ਤੇਰਾ ਪੁੱਤ ਤੁਰ ਗਿਆ ਦੂਜਾ ਤੂੰ ਮੇਰੀ ਗੱਲ ਸੁਣ ਫਿਰ ਉਈ ਇਦੂ ਤਾਂ ਗੁਰਦੁਆਰੇ ਦੇ ਨਾਲ ਵਾ ਦੇ ਕਿਉਂ ਤੂੰ ਐਵੇਂ ਮੇਰੀ ਗੱਲ ਸੁਣ ਉਹਨੂੰ ਲਿਆਉਣੀ ਹੈਗੀ ਫਿਰ ਅਗਲੀ ਨੂੰ ਜਾਣ ਦੇ ਉਹਦੀ ਕਿਉਂ ਜ਼ਿੰਦਗੀ ਬਰਬਾਦ ਸਹੀ ਗੱਲ ਐਵੇਂ ਬਿਨਾ ਮਤਲਬ ਤੋਂ ਗੱਲ ਪੱਕੀ ਹੈ ਤਾਏ ਨੇ ਤਾਂ ਬਥੇਰੀ ਛਿਲਤੀ ਉਹ ਤਾਂ ਹੀ ਤਾਂ ਤਾਇਆ ਇੰਨਾ ਹਰਖੇ ਬੈਠਾ ਮੇਰੀ ਗੱਲ ਸੁਣ ਆਹ ਚਾਹ ਦੀ ਘੁੱਟ ਬਣਾ ਤੈਨੂੰ ਪਤਾ ਬੀਬੀ ਵਧਿਆ ਪਿਆ ਵਿਚਾਰੇ ਦਾ ਕੋਈ ਨਹੀਂ ਚਾਹ ਤਾਂ ਬਣਾ ਲੈ ਤਾਇਆ ਵਿਚਾਰਾ ਕੀ ਕਰੇ ਕਹੇ ਜੀ ਅਬੂ ਮੈਂ ਮਰ ਜਾ ਹੈ ਭੂਆ ਮੈਂ ਤਾਂ ਐਂ ਸੋਚਦਾ ਸੀਗਾ ਵੀ ਜਿਹੜੇ ਹਿਸਾਬ ਨਾਲ ਫੁੱਫੜ ਵਰਗੇ ਨੇ ਮੈਨੂੰ ਇੱਥੇ ਬਦਨਾਮ ਕਰ ਰੱਖਿਆ ਭਰਜਾਈ ਮੰਨ ਜੂਗੀ ਮੇਰੇ ਲੜ ਲੱਗਣ ਨੂੰ ਬੇਕਰ ਮੈਂ ਮੇਰੀ ਗੱਲ ਸੁਣ ਅੱਗੇ ਤਾਂ ਚੱਲ ਜਿਵੇਂ ਅਸੀਂ ਰਹਿੰਦੀਆਂ ਸੀ ਠੀਕ ਹੈ ਘਰ 'ਚ ਤੈਨੂੰ ਪਤਾ ਹੀ ਹੈ 100 ਲੜਾਈ ਝਗੜੇ ਹੁੰਦੇ ਨੇ ਸੱਸ ਨੂੰਹਾਂ ਦੇ ਹੁਣ ਤਾਂ ਅਸੀਂ ਮਾਵਾਂ ਧੀਆਂ ਵਾਂਗੂ ਰਹਿੰਦੇ ਹਾਂ ਮੈਨੂੰ ਉਹਦੇ 'ਤੇ ਪੂਰਾ ਯਕੀਨ ਹੈ ਵੀ ਹਾਂ ਉਹ ਮੇਰੀ ਗੱਲ ਨਹੀਂ ਮੋੜਦੀ ਦੇਖ ਭਾਵੇਂ ਉਹਦੇ ਨਾਲ 1-2 ਕਿੱਲੇ ਕਰਾਉਣੇ ਪੈ ਜਾਣ ਮੈਨੂੰ ਪਰ ਮੈਂ ਉਹਨੂੰ ਮਨਾ ਕੇ ਛੱਡੂ ਜਿੱਥੇ ਤੱਕ ਮੇਰੀ ਮਨਿਆਦ ਹੈ ਭੂਆ ਮੈਂ ਤੈਨੂੰ ਐਂ ਕਹਿੰਦਾ ਸੀ ਤੂੰ ਫਿਰ ਵੀ ਇੱਕ ਵਾਰੀ ਨਾ ਭਰਜਾਈ ਦਾ ਮੂੰਹ ਸੁੰਘ ਲਾ ਕਿਤੇ ਫਿਰ ਕੱਲ੍ਹ ਨੂੰ ਫਿਰ ਉਹੀ ਗੱਲ ਹੋਵੇ ਵੀ ਮੇਰੀ ਗੱਲ ਸੁਣ ਉਹ ਤਾਂ ਨਹੀਂ ਦਿੰਦੀ ਜਵਾਬ ਨਾ ਮੈਂ ਜਵਾਬ ਦੇਣ ਦੇਵਾਂ ਬਾਕੀ ਚੱਲ ਉਹਨੂੰ ਪੁੱਛ ਕੇ ਪਤਾ ਲੱਗ ਜੂਗਾ ਉਹਦਾ ਮੂੰਹ ਹਾਲੇ ਤੱਕ ਮੈਂ ਸੁੰਘਿਆ ਨਹੀਂ ਭਾਈ ਉਹਦੇ ਪੇਕਿਆਂ ਦਾ ਦੇਖੋ ਵੀ ਕੀ ਬਣਦਾ ਉਹ ਖਾਨੀ ਮੰਨਣਗੇ ਖਾਨੀ ਨਾ ਮੰਨਣਗੇ ਲੈ ਭੂਆ ਹੁਣ ਜਦੋਂ ਤੂੰ ਕਹੇਂਗੀ ਫਿਰ ਤਾਂ ਮੰਨਣਗੀ ਨਾਲੇ ਰਹੀ ਗੱਲ ਫੁੱਫੜ ਦੀ ਫੁੱਫੜ ਤਾਂ ਲਿਆ ਉੱਧਰ ਵੱਗ ਗਿਆ ਆ ਹੁਣ ਉੱਧਰ ਗਵਾਂਢੀ ਤੁਹਾਡੇ ਕੰਨ ਪਰ ਭੇਜ ਦੇਣਗੇ ਦੂਜੇ ਫੁੱਫੜ ਕੇ ਵੇਹ ਮੇਰੀ ਗੱਲ ਸੁਣ ਲੈ ਇੱਕ ਉਹ ਤਾਂ ਨਾ ਅੱਗੇ ਕਾਜੀ ਦੀ ਦੌੜ ਮਸੀਤਾਂ ਤਾਂ ਹੀ ਉਹ ਜਦੋਂ ਵੀ ਕੋਈ ਲੜਾਈ ਝਗੜਾ ਸਾਡੇ ਘਰ 'ਚ ਹੁੰਦਾ ਉਹ ਆਪਦੇ ਭਾਈ ਦੇ ਘਰ ਜਾ ਕੇ ਡਿੱਗਦਾ ਉੱਥੇ ਕਰਦਾ ਜਾ ਕੇ ਮੇਰੀਆਂ ਖੂਬ ਚੁਗਲੀਆਂ ਉਹ ਭਰਦੇ ਨੇ ਫਿਰ ਉਹਦੇ ਕੰਨ ਕਿਉਂ ਕਲੇਸ਼ ਕਰਾਉਣ ਦੇ ਮਾਰੇ ਉਹਨਾਂ ਦੀ ਸੁੱਚਦਾ ਮੇਰੇ ਹੱਥ 'ਚ ਹੈ ਵੀ ਕਿਵੇਂ ਬੰਦ ਕਰਨੀ ਹੈ ਕਿਵੇਂ ਨਹੀਂ ਕਰਨੀ ਜਦ ਮੈਂ ਸੁਣਾਈਆਂ ਨਾ ਉਹਨਾਂ ਦੇ ਘਰ ਜਾ ਕੇ 4 ਖਰੀਆਂ ਦੇਖਾਂ ਉਹ ਬੋਲ ਜਾਣ ਜੇ ਮੁੜ ਕੇ ਉਹਨਾਂ ਨੇ ਮੇਰੇ ਰੌਲੇ 'ਚ ਆਉਣ ਦਾ ਹਾਂ ਕਰਤੀ ਤਾਂ ਤੂੰ ਮੈਨੂੰ ਕਹਿ ਦੀ ਓਏ ਐਂ ਤਾਂ ਮੈਨੂੰ ਭੂਆ ਤੇਰੇ 'ਤੇ ਯਕੀਨ ਹੈਗਾ ਵੀ ਅੱਜ ਤੱਕ ਤੂੰ ਸਾਰੇ ਮੂਹਰੇ ਲਾ ਰੱਖੇ ਨੇਗੇ
ਫਿਰ ਵੀ ਤੂੰ ਇੱਕ ਵਾਰੀ ਭਰਜਾਈ ਦਾ ਮੂੰਹ ਸੁੰਘ ਲਾ ਵੀ ਕਹਿੰਦੀ ਕੀ ਆ। ਜੇ ਇੱਧਰੋਂ ਹਾਂ ਹੋ ਗਈ ਫਿਰ ਤਾਂ ਆਪਾਂ ਨੂੰ ਕੋਈ ਕਹੀ ਨਹੀਂ ਸਕਦਾ ਕੁਛ। ਤੂੰ ਫਿਕਰ ਨਾ ਕਰ, ਉਹ ਹਾਂ ਜ਼ਰੂਰ ਕਰੂਗੀ ਮੇਰੇ ਕਹਿਣ 'ਤੇ। ਹੈਂ ਇਹ ਜਿਹੜੀਆਂ ਇਹ ਚਲਾਉਂਦੇ ਨੇ ਮੈਂ ਉਹ ਨਹੀਂ ਚੱਲਣ ਦੇਣੀਆਂ। ਸਾਰੀ ਉਮਰ ਇਹਨਾਂ ਨੇ ਮੇਰੇ 'ਤੇ ਪਗਾਈ, ਮੈਂ ਹੁਣ ਨਹੀਂ ਪੁੱਗਣ ਦਿੰਦੀ। ਹੁਣ ਮੈਂ ਆਪਣੀ ਮਰਜ਼ੀ ਕਰੂੰ, ਇਹ ਜੋ ਮਰਜ਼ੀ ਕਰਨ, ਚਾਹੇ ਮੈਨੂੰ ਆਪਣੀ ਜਾਨ ਕਿਉਂ ਨਾ ਦੇਣੀ ਪੈਜੇ। ਓਹ ਭੂਆ, ਇਹੋ ਜਿਹੀਆਂ ਗੱਲਾਂ ਕਾਹਨੂੰ ਕਰਦੀਆਂ? ਹੈਂ ਆਹ ਇੱਕੋ ਹੀ ਨਹੀਂ ਭੁੱਲਦਾ ਹੈਗਾ ਬੂਟਾ, ਤੂੰ ਆਹ ਜਾਣ ਜੂਣ ਦੇਣ ਵਾਲੀਆਂ ਗੱਲਾਂ ਨਾ ਕਰਿਆ ਕਰ। ਤੂੰ ਜਿਹੜੀ ਕੰਮ ਦੀ ਗੱਲ ਕਰਨੀ ਹੁੰਦੀ ਆ ਸਿਰਫ ਉਹ ਕਰਿਆ ਕਰ। ਬੇ ਮੇਰੇ ਵਾਸਤੇ ਤਾਂ ਇਹੀ ਕੰਮ ਦੀਆਂ ਗੱਲਾਂ ਨੇ, ਹੁਣ ਤੈਨੂੰ ਪਤਾ ਹੀ ਹੈ। ਹੈਂ ਜਿਹੜੀ ਇਹ ਜੰਗ ਦੀ ਲੜਾਈ ਛਿੜੀ ਹੈ, ਇਹ ਮਸਾਂ ਨੇਪਰੇ ਚੜੂਗੀ। ਇਹਨੂੰ ਕੋਈ ਤਾਂ ਜਿੱਤੂਗਾ ਹੀ, ਨਾ ਤਾਂ ਮੈਂ ਹਾਰਦੀ ਹਾਂ ਨਾ ਤੇਰਾ ਫੁੱਫੜ ਹਾਰਦਾ, ਪਰ ਮੈਂ ਹਰਾ ਕੇ ਛੱਡੂ, ਇਹਨਾਂ ਨੂੰ ਜਿੱਤਣ ਨਹੀਂ ਦਿੰਦੀ ਇਹ ਲੜਾਈ। ਮੈਂ ਮੂੰਹ ਤਾਂ ਫੁੱਫੜ ਦਾ ਨਹੀਂ ਆਉਂਦਾ, ਅਲੇ ਮਿੰਟਾਂ ਦੀ ਮੈਨੂੰ ਆਮਲੀ ਬਣਾਤਾ, ਕਹਿੰਦਾ ਇਹਨੂੰ ਆਮਲੀ ਜੀ ਨੂੰ ਕਾਹਨੂੰ ਲੈ ਕੇ ਆਈ ਹਾਂ, ਲੈ ਦੱਸ ਮੈਂ ਕੋਈ ਖਾਂਦਾ ਨਹੀਂ ਪੀਂਦਾ ਨਹੀਂ ਵੀ ਭੂਆ। ਤੈਨੂੰ ਪਤਾ ਹੀ ਹੈ ਉਹਨਾਂ ਦਾ, ਤਾਂ ਉਹ ਤਾਂ ਸਭ ਕੁਛ ਕਹਿੰਦਾ, ਕਿਉਂ ਉੱਧਰੋਂ ਲਾਵਾ ਲੋਤਰੇ ਲੱਗਦੇ ਨੇ, ਉਹ ਤੈਨੂੰ ਆ ਕੇ ਕਹਿੰਦਾ, ਲੋੜ ਹੀ ਨਹੀਂ ਪੈਂਦੀ ਬੋਲਣ ਦੀ, ਤੂੰ ਤਾਂ ਬੋਲੇ ਹੀ ਨਾ ਕਰ, ਮੈਂ ਆਪੇ ਅੱਗਾ ਤੱਕ ਰਹੂੰ ਤੇਰੇ ਫੁੱਫੜ ਦਾ। ਭੂਆ ਫੁੱਫੜ ਦੀ ਤਾਂ ਮੈਨੂੰ ਕੋਈ ਗੱਲ ਨਹੀਂ, ਚਾਹੇ ਮੇਰੇ ਨਾ ਪਿਉਂ ਪਿਉਂ ਕੋਈ ਛਿੱਤਰ ਮਾਰ ਲਏ, ਗੱਲ ਤਾਂ ਮੈਨੂੰ ਇਹ ਲੱਗਦਾ ਡਰ ਵੀ ਕਿਤੇ ਭਰਜਾਈ ਦੇ ਪੇਕੇ ਨਾ ਮੰਨਣ ਅਤੇ ਮੇਰੀ ਵਜ੍ਹਾ ਕਰਕੇ ਤੇਰੀ ਨੂੰਹ ਵੀ ਘਰੋਂ ਵਗ ਜੇ, ਫਿਰ ਔਖਾ ਹੋ ਜੂਗਾ ਨਾ। ਬੇਕਰਮਿਆ ਇਹ ਤਾਂ ਗੱਲ ਤੂੰ ਸੋਚ ਵੀ ਨਾ, ਚਾਹੇ ਮੈਨੂੰ ਮੇਰੀ ਨੂੰਹ ਦੇ ਪੈਰੀ ਚੁੰਨੀਆਂ ਸਿੜ ਸਿੜ ਕੇ ਰੱਖਣੀ ਪਵੇ, ਨੱਕ ਰਗੜ ਕੇ ਰੱਖਣੀ ਪਵੇ, ਮੈਂ ਫਿਰ ਵੀ ਰੱਖੂੰਗੀ, ਫਿਰ ਵੀ ਨਾ ਉਹਨੂੰ ਜਾਣ ਦਿੰਦੀ। ਬਾਕੀ ਤਾਂ ਦੇਖ ਰਹੀ ਉਹਦੇ ਪੇਕਿਆਂ ਦੀ ਗੱਲ, ਉਹਦੇ ਪੇਕੇ ਤਾਂ ਉਹਨੂੰ ਬਹੁਤ ਵਾਰੀ ਲੈਣ ਆ ਗਏ, ਜੇ ਉਹਨੇ ਜਾਣਾ ਹੁੰਦਾ ਅੱਜ ਨੂੰ ਕਿੱਦਾਂ ਦੀ ਵਗ ਜਾਂਦੀ। ਉਹਦਾ ਇਸ ਘਰ ਦੇ ਵਿੱਚ ਮੋਹ ਹੈ, ਉਹ ਇੱਥੇ ਰਹਿਣਾ ਚਾਹੁੰਦੀ ਹੈ, ਫਿਰ ਮੇਰੀ ਨੂੰਹ ਕਿਵੇਂ ਬਦਲ ਜੂਗੀ? ਫਿਰ ਦੇਖ ਲੈ, ਇਹ ਤਾਂ ਪ੍ਰੀਤੋ ਦੇ ਮੁੰਡੇ ਨੂੰ ਲਿਆਉਣ ਫਿਰਦੇ ਨੇ। ਬਾਈ ਮੇਰੀ ਦੇਖ ਪ੍ਰੀਤੋ ਕੇ ਨਾਲ ਬਣਦੀ ਨਹੀਂ, ਉਹ ਮੁੰਡਾ ਮੇਰਾ ਕਦ ਬਣਨ ਲੱਗਿਆ, ਉਹ ਤਾਂ ਆਪਦੀ ਦੂਜੀ ਮਾਮੀ ਦਾ ਮੋਹ ਕਰਦਾ, ਹਰ ਟਾਈਮ ਉਹਨਾਂ ਦੇ ਘਰ ਹੀ ਜਾਊ, ਉਹਨਾਂ ਦੇ ਘਰ ਹੀ ਆਊਗਾ, ਮੇਰੇ ਘਰ ਤੱਕ ਦੇ ਆ ਕੇ ਕਿਸੇ ਨੇ ਦੁੱਖ ਸੁੱਖ ਵੀ ਨਹੀਂ ਪੁੱਛਿਆ। ਭੂਆ ਉਹ ਤਾਂ ਗੱਲ ਤੇਰੀ ਠੀਕ ਹੈਗੀ, ਬਾਹਲਾ ਗੱਲਾਂ ਦਾ ਕੜਾਹ ਬਣਾਉਣ ਦਾ ਕੋਈ ਫਾਇਦਾ ਨਹੀਂ, ਪਹਿਲਾਂ ਤਾਂ ਤੂੰ ਭਰਜਾਈ ਨਾਲ ਗੱਲ ਕਰ ਜਾਂ ਖੜੀ ਹੋ। ਬੇ ਕੋਈ ਨਹੀਂ, ਗੱਲ ਮੈਂ ਕਰਦੀ ਹਾਂ, ਤੂੰ ਇਸ ਗੱਲ ਦਾ ਫਿਕਰ ਨਾ ਕਰ, ਮੈਂ ਤਾਂ ਤੈਨੂੰ ਇਸ ਕਰਕੇ ਲਈ ਹਾਂ ਵੀ ਦੇਖ ਉਹ ਫਿਰ ਵੀ ਬਗਾਨਾ ਹੈ। ਹੈ ਤੂੰ ਮੇਰੇ ਪਿਓ ਦੀ ਨੌਜਵਾਨ ਹੈ, ਨਾਲੇ ਤਾਂ ਉਹੀ ਗੱਲ ਹੈ ਕਿ ਮੇਰੇ ਮੈਨੂੰ ਵੋਟਾ ਅਸਰ ਹੋ ਜੂ, ਨਾਲੇ ਮੇਰਾ ਤੂੰ ਅਖੇ ਯਕੀਨ ਬਣ ਕੇ ਮੈਨੂੰ ਰਹਿ ਜਾਏਗਾ। ਲੈ ਭੂਆ ਕਿਹੋ ਜਿਹੀਆਂ ਗੱਲਾਂ ਕਰਦੀਆਂ, ਉਹ ਤੂੰ ਸਾਡੀ ਆਪਦੀਆਂ ਗੀ, ਨਾਲੇ ਮੈਨੂੰ ਤਾਂ ਕਿਤੇ ਲੱਗਾ ਹੀ ਨਹੀਂ ਹੈਗਾ ਵੀ ਤੂੰ ਮੇਰੀ ਭੂਆ, ਮੈਨੂੰ ਤਾਂ ਹੀ ਲੱਗਦਾ ਰਹਿੰਦਾ ਵੀ ਤੂੰ ਤਾਂ ਮੇਰੀ ਮਾਈ ਆ ਬਸ। ਵੀ ਤਾਂ ਹੀ ਤਾਂ ਮੈਂ ਤੇਰੇ ਹਾੜੇ ਕੱਢ ਕੇ ਤੈਨੂੰ ਲੈ ਕੇ ਆਈ ਹਾਂ, ਮੈਨੂੰ ਦੂਜਿਆਂ ਦਾ ਕੀ ਭਰੋਸਾ, ਉਹਨਾਂ ਨਾਲ ਤਾਂ ਮੇਰੀ ਮੱਤ ਬਹਿੰਦੀ ਨਹੀਂ ਨਾ ਬੈਠੀ। ਉਹਨਾਂ ਨਾਲ ਕਿੱਥੇ ਬਹਿੰਦੇ ਜਦੋਂ ਪਹਿਲਾਂ ਨਹੀਂ ਬਣੀ ਭੂਆ ਤੇਰੀ, ਹੁਣ ਕਿੱਥੋਂ ਬਣੂਗੀ? ਹੈਂ ਕੀ ਹੋ ਗਿਆ ਮਾਂ ਅੰਦਰ ਆ ਗਈ? ਪੁੱਤ ਹੋਇਆ ਤਾਂ ਕੁਛ ਨਹੀਂ ਸੋਨੀਆ, ਆ ਦੇਖ ਆ ਮੈਂ ਤੇਰੇ ਮੂਹਰੇ ਝੋਲੀ ਅੱਡੀ ਹੈ, ਪੁੱਤ ਮੇਰੀ ਝੋਲੀ 'ਚ ਖੈਰ ਪਾ ਦੇ, ਜਵਾਬ ਨਾ ਦੇਈਂ। ਮਾਂ ਤੂੰ ਇਹੋ ਜਿਹੀਆਂ ਗੱਲਾਂ ਕਿਉਂ ਕਰਦੀਆਂ ਹੈ, ਕਿਉਂ ਝੋਲੀਆਂ ਅੱਡਦੀਆਂ, ਦੱਸ ਤਾਂ ਦੇ। ਨਾ ਪੁੱਤ ਦੇਖ ਮੇਰੀ ਗੱਲ ਸੁਣ ਲੈ, ਮੈਂ ਤਾਂ ਇੱਥੋਂ ਕੁਛ ਵੀ ਨਹੀਂ ਲੁਕੋ ਕੇ ਰੱਖਦੀ। ਹੈਂ ਜੇ ਤੂੰ ਕਹੇ ਮੈਂ ਕਿੱਲਾ ਦੋ ਕਿੱਲੇ ਤੇਰੇ ਨੌਂ ਵੀ ਕਰਵਾ ਦੂੰ, ਪਰ ਪੁੱਤ ਹੱਥ ਬੰਨਿਆਂ ਦੀ ਲਾਜ ਰੱਖੀ, ਮੇਰੀ ਝੋਲੀ 'ਚ ਖੈਰ ਪਾ ਦੇ ਪੁੱਤ, ਜਵਾਬ ਨਾ ਦੇ। ਮੇਰੀ ਗੱਲ ਤਾਂ ਸੁਣ ਲੈ, ਨਾ ਝੋਲੀਆਂ ਅੱਡਿਆ ਕਰ, ਨਾ ਤੂੰ ਇਹੋ ਜਿਹੀਆਂ ਗੱਲਾਂ ਕਰਿਆ ਕਰ, ਨਾ ਤੂੰ ਕਹਿੰਦੀ ਮੈਂ ਤੇਰੇ ਨਾਲ ਕਿੱਲਾ ਦੋ ਕਿੱਲੇ ਲਵਾ ਦੂੰ, ਮੈਂ ਦੋ ਕਿੱਲੇ ਲੈ ਕੇ ਕਿੱਥੇ ਜਾਣਾ ਦੱਸੀ ਪਹਿਲਾਂ? ਜਾਣਾ ਤਾਂ ਨਹੀਂ ਪੁੱਤ, ਫਿਰ ਵੀ ਜੇ ਤੈਨੂੰ ਆਸਰੇ ਦੀ ਲੋੜ ਹੈ ਕੋਈ ਨਹੀਂ, ਮੈਂ ਕਿੱਲਾ ਦੋ ਕਿੱਲੇ ਤੇਰੇ ਨਾਲ ਲਵਾ ਦੂੰਗੀ। ਮਾਂ ਜਿਹੜੀਆਂ ਮੈਂ ਤੈਨੂੰ ਗੱਲਾਂ ਕਹਿੰਦੀ ਹਾਂ ਨਾ ਤੂੰ ਉਹੀ ਕਰਦੀ ਹੈ। ਦੇਖ ਮਾਂ ਤੇਰੇ ਭਤੀਜੇ ਨੂੰ ਤੂੰ ਪਿੰਡ ਤੋਰ ਦੇ, ਨਾ ਤਾਂ ਮੈਨੂੰ ਭੂਆ ਦੇ ਮੁੰਡੇ ਦੀ ਲੋੜ ਹੈ, ਨਾ ਮੈਨੂੰ ਤੇਰੇ ਭਤੀਜੇ ਦੀ ਲੋੜ ਹੈ, ਮੈਂ ਤੇਰੇ ਸਿਰ 'ਤੇ ਕੱਟ ਲੂੰ, ਮੇਰੇ ਤੋਂ ਕਿੰਨੀ ਕੁ ਵਾਰੀ ਅਖਵਾਏਂਗੀ? ਪੁੱਤ ਮੇਰੀ ਗੱਲ ਸੁਣ ਲੈ,
ਉਹੀ ਗੱਲ ਹੈ ਕਿ ਰੰਡੀਆਂ ਰੰਡ ਤਾਂ ਕੱਟ ਲੈਂਦੀਆਂ ਨੇ, ਪੁੱਤ ਓਗਾਂ ਵਾਲੇ ਰੰਡ ਕੱਟਣ ਨਹੀਂ ਦਿੰਦੇ। ਤੇਰੀ ਭਰੀ ਜਵਾਨੀ ਪਈ ਹੈ, ਤੇਰੇ ਮਾਂ ਪਿਓ ਤੈਨੂੰ ਲੈ ਜਾਣਗੇ, ਉਹ ਤੈਨੂੰ ਕਿਵੇਂ ਛੱਡਣਗੇ ਇਸ ਹਾਲ 'ਚ? ਕੋਈ ਨਾ ਮਾਂ, ਉਹਨਾਂ ਨੂੰ ਤਾਂ ਮੈਂ ਆਪੇ ਮਨਾ ਲੂੰਗੀ। ਪਹਿਲਾਂ ਦੀ ਵੀ ਤਾਂ ਮਨਾਈ ਜਾਂਦੀ ਹਾਂ ਨਾ, ਮੈਂ ਗਈ ਹਾਂ ਉਹਨਾਂ ਨਾਲ, ਤੇਰੇ ਕੋਲ ਤਾਂ ਰਹੀ ਜਾਂਦੀ ਹਾਂ। ਹੁਣ ਤੂੰ ਦੇਖ ਲੈ, ਜਾਣ ਕੇ ਮੈਨੂੰ ਐਂ ਕਹਿੰਦੀ ਹੈਗੀ ਵੀ ਮੈਂ ਇੱਥੋਂ ਵਗ ਜਾਂ। ਨਾ ਪੁੱਤ, ਤੇਰੀ ਉਮਰ ਨਿਆਣੀ ਹੈ, ਹੈਂ, ਤੈਨੂੰ ਬੰਦੇ ਦੇ ਓਟ ਆਸਰੇ ਦੀ ਲੋੜ ਹੈ, ਤੇਰਾ ਟਾਈਮ ਐਂ ਕਿਵੇਂ ਨਿਕਲੂ? ਤੇਰੀ ਭਰੀ ਜਵਾਨੀ ਪਈ ਹੈ ਪੁੱਤ, ਤੇਰਾ ਟਾਈਮ ਨਹੀਂ ਨਿਕਲਣਾ ਬੰਦੇ ਬਿਨਾਂ, ਚਾਹੇ ਕੁਛ ਵੀ ਹੈ। ਮਾਂ, ਉਹ ਤਾਂ ਤੇਰੀ ਗੱਲ ਠੀਕ ਹੈ, ਮੈਂ ਤੈਨੂੰ ਐਂ ਕਹਿੰਦੀ ਹਾਂ, ਤੇਰੇ ਭਤੀਜੇ ਵਾਸਤੇ ਬਾਪੂ ਨੇ ਨਹੀਂ ਮੰਨਣਾ, ਜੇ ਬਾਪੂ ਨੇ ਕੁਛ ਕਰ ਲਿਆ ਫਿਰ ਦੱਸ ਆਪਾਂ ਕੀ ਕਰਾਂਗੇ। ਨਹੀਂ ਪੁੱਤ, ਤੇਰੇ ਬਾਪੂ ਦਾ ਤਾਂ ਸੁਭਾਅ ਹੀ ਇਹੋ ਜਿਹਾ, ਉਹ ਕੁਛ ਨਹੀਂ ਕਰਦਾ। ਕਿਹੜਾ ਤੂੰ ਮੈਨੂੰ ਹਾਂ ਕਰ ਦੇ, ਉਹਨੂੰ ਤਾਂ ਮੈਂ ਆਪੇ ਸੰਭਾਲ ਲਊਂਗੀ। ਨਾਲੇ ਉਹ ਤਾਂ ਐਵੇਂ ਹੀ ਨਾ ਕਰਮੇ 'ਤੇ ਇਲਜ਼ਾਮ ਲਾਉਂਦਾ ਵੀ ਹਾਂ ਇਹ ਨਸ਼ੇੜੀ ਹੈ। ਨਸ਼ੇੜੀ ਕਾਹਨੂੰ ਹੈ? ਮੇਰਾ ਭਤੀਜਾ, ਮੈਨੂੰ ਸਾਰਾ ਪਤਾ ਹੈ ਮੇਰੇ ਪੇਕਿਆਂ ਦੇ ਕਾਰੋਬਾਰ ਦਾ। ਮਾਂ, ਮੈਂ ਤੈਨੂੰ ਐਦਾਂ ਨਹੀਂ ਕਹਿੰਦੀ ਵੀ ਤੇਰਾ ਭਤੀਜਾ ਨਸ਼ੇੜੀ ਹੈ, ਮੈਂ ਤੈਨੂੰ ਐਂ ਕਹਿੰਦੀ ਹਾਂ ਮਾਂ ਆਪਣੇ ਘਰੇ ਕਲੇਸ਼ ਪੈ ਜੂਗਾ, ਟਿਕ ਜਾ, ਨਾ ਇਹੋ ਜਿਹੀਆਂ ਗੱਲਾਂ ਕਰ। ਪੁੱਤ ਮੇਰੀ ਗੱਲ ਸੁਣ ਲੈ, ਤੇਰਾ ਬਾਪੂ ਤਾਂ ਨਾ ਜਾਣ ਜਾਣ ਕੇ ਰੌਲਾ ਪਾ ਪਾ ਕੇ ਕਹੀ ਜਾਂਦਾ ਵੀ ਹਾਂ ਇਹਦਾ ਭਤੀਜਾ ਅਮਲੀ ਹੈ, ਇਹਦਾ ਭਤੀਜਾ ਅਮਲੀ ਹੈ। ਪੁੱਤ, ਮੈਂ ਤੈਨੂੰ ਨਸ਼ੇੜੀ ਦੇ ਮਗਰ ਨਹੀਂ ਲਾਉਂਦੀ, ਮੈਂ ਤੈਨੂੰ ਅਮਲੀ ਦੇ ਮਗਰ ਨਹੀਂ ਲਾਉਂਦੀ। ਜੇ ਤੈਨੂੰ ਮੈਂ ਅਮਲੀ ਦੇ ਮਗਰ ਲਾਊਂਗੀ, ਮੇਰੇ ਕਿਹੜਾ ਸੁੱਖ ਦੇ ਦਿਨ ਨਿਕਲਣਗੇ? ਨਾਲੇ ਮੈਂ ਸੂਈ ਸੂਈ ਨਾਲ ਘਰ ਜੋੜਿਆ ਤੁਹਾਡੇ ਵਾਸਤੇ, ਅੱਛਾ ਉਹ ਮੈਂ ਅਮਲੀਆਂ ਨੂੰ ਖਵਾਉਂਗੀ? ਹੈਂ, ਮੈਨੂੰ ਇਹ ਦੱਸ, ਤੈਨੂੰ ਮੇਰੇ 'ਤੇ ਭਰੋਸਾ ਹੈਗਾ ਕਿ ਨਹੀਂ? ਪੁੱਤ, ਮੈਂ ਤੇਰੇ ਮੂਹਰੇ ਹੱਥ ਬੰਨ੍ਹਦੀ ਹਾਂ ਵੀ ਮੈਂ ਇਹੋ ਜਿਹਾ ਕੋਈ ਕਦਮ ਨਹੀਂ ਚੱਕਦੀ ਜਿਹੜਾ ਤੈਨੂੰ ਦੁੱਖ ਹੋਵੇ। ਚੱਲ ਮਾਂ, ਜੇ ਤੂੰ ਨਹੀਂ ਹਟਦੀ, ਜਿਵੇਂ ਤੇਰੀ ਮਰਜ਼ੀ ਹੈ ਉਵੇਂ ਕਰ ਲੈ, ਮੈਂ ਤਾਂ ਕੁਛ ਨਹੀਂ ਕਹਿੰਦੀ। ਪੁੱਤ, ਤੈਂ ਨਾ ਹਾਂ ਕਰਕੇ ਮੇਰਾ ਮਨ ਜਿੱਤ ਲਿਆ, ਜਿਉਂਦੀ ਰਹਿਤੀ ਏ ਇਸ ਘਰ ਦੀ ਲਾਜ ਤੈਂ ਰੱਖ ਲਈ। ਮੈਂ ਤੈਨੂੰ ਇੱਕ ਗੱਲ ਕਹਿੰਦੀ ਹਾਂ ਮਾਂ, ਹੁਣ ਨਾ ਬਾਪੂ ਆਜੂ ਘਰੇ, ਦੇਖੀ ਕਿਤੇ ਕੋਈ ਲੜਾਈ ਨਾ ਕਰੀ, ਆਪਾਂ ਨਾ ਗੱਲ ਠੰਡੀ ਪਈ ਤੋਂ ਬਾਪੂ ਨਾਲ ਆਪੇ ਗੱਲ ਕਰ ਲਾਂਗੇ। ਪੁੱਤ, ਤੈਨੂੰ ਨਹੀਂ ਪਤਾ ਤੇਰਾ ਬਾਪੂ ਆਉਂਦਾ ਨਹੀਂ ਘਰੇ, ਮੈਂ ਜਾ ਕੇ ਲੈ ਕੇ ਆਊਂ ਤੇਰੇ ਬਾਪੂ ਨੂੰ। ਮੈਨੂੰ ਪਤਾ ਹੈ ਵੀ ਸਾਰੇ ਦਿਨ ਉਹ ਕਿਹੜੀਆਂ ਗੱਲਾਂ ਕਰਦੇ ਨੇ, ਕਿਹੜੀਆਂ ਨਹੀਂ ਕਰਦੇ, ਉਹ ਤਾਂ ਉਹਨੂੰ ਉਂਗਲਾ ਲਾ ਲਾ ਭੇਜਣਗੇ। ਮੈਂ ਜਾਊਂਗੀ ਤੇਰੇ ਬਾਪੂ ਨੂੰ ਲੈਣ, ਤੇਰਾ ਬਾਪੂ ਆਪ ਤੋਂ ਘਰੇ ਨਹੀਂ ਆਉਂਦਾ, ਨਾਲ ਬੱਗ ਨੂੰ ਲੈ ਕੇ ਆਊਗਾ ਜਦੋਂ ਆਊਗਾ। ਮਾਂ, ਮੈਂ ਚੱਲਾਂ ਫਿਰ ਤੇਰੇ ਨਾਲ? ਨਾ, ਮੈਂ ਆਪ ਲੈ ਕੇ ਆਉਂਦੀ ਹਾਂ, ਮੈਂ ਜਾਂਦੀ ਹਾਂ, ਤੂੰ ਆਰਾਮ ਨਾਲ ਬੈਠੀ ਰਹਿ। ਮੇਰੀ ਗੱਲ ਸੁਣ ਮਾਂ, ਬੋਲੀ ਨਾ ਚੱਕਾ, ਲੜੀ ਨਾ ਫਿਰ ਉੱਥੇ। ਮੈਂ ਕੁਛ ਨਹੀਂ ਲੜਦੀ, ਕੁਛ ਨਹੀਂ ਬੋਲਦੀ। ਦੇਖ ਲੈ ਰਾਜ, ਕਿੱਥੇ ਖਾਮ ਖਾ ਪੰਗਾ ਖੜਾ ਹੋਇਆ, ਤੇਰੀ ਤਾਈ ਦੀ ਐਡੀ ਜਿੱਦ ਮਾੜੀ ਹੈ, ਕਿਸੇ ਦੀ ਵੀ ਨਹੀਂ ਸੁਣਦੀ। ਹੋਰ ਬੀਬੀ, ਪਹਿਲੇ ਦਿਨੋਂ ਹੀ ਤਾਈ ਤਾਂ ਅਣਮੰਨ ਹੈਗੀ, ਨਾ ਤਾਂ ਉਹਨੇ ਕਦੇ ਗੱਲ ਕਿਸੇ ਦੀ ਮੰਨੀ ਹੈ ਤੇ ਨਾ ਹੀ ਉਹ ਹੁਣ ਮੰਨੇ, ਚਲਾਊ ਤਾਂ ਉਹ ਆਪਦੀ। ਚੱਲ ਕੋਈ ਨਾ ਬਾਈ, ਫਿਰ ਤੂੰ ਘਬਰਾਉਂਦਾ ਕਾਹਨੂੰ ਹੈ, ਮੈਂ ਤਾਂ ਐਂ ਕਹਿ ਨਹੀਂ ਹਾਂ। ਹਾਂਜੀ, ਅਤੇ ਵੀ ਬਹੂ ਦੇ ਪੇਕੇ ਕੀ ਤਾਂ ਮੰਨਣ ਕਿ ਨਾ ਮੰਨਣ, ਪਹਿਲੀ ਕਾਹਨੂੰ ਤੂੰ ਝੱਜੂ ਪਾਉਂਦਾ ਹੈਗਾ, ਤੂੰ ਵੀ ਨਾ ਠੰਡਾ ਰਹਿ ਮਾੜਾ ਮੋਟਾ। ਭਾਈ ਦੇਖੋ, ਪਤਾ ਕੀ ਗੱਲ ਹੈ, ਆਪਾਂ ਤਾਂ ਪਹਿਲੀ ਫਿਰ ਸੋਚ ਹੋ ਜਾਂਦੀ ਹੈ, ਹੁਣ ਇਹੋ ਜਿਹੇ ਅਮਲੀ ਦੇ ਲੜ ਲੱਗੂ ਕੁੜੀ, ਉਹਦਾ ਤਾਂ ਬੇੜਾ ਬਹਿ ਜੂ ਜਮੀ। ਸੱਚੀ ਗੱਲ ਸਮਝੋ ਮੇਰੀ ਗੱਲ, ਹੈ ਜੇ ਉਹ ਚੱਜਦਾ ਹੁੰਦਾ ਉਹ ਫਿਰ ਆਪਦੇ ਘਰੇ ਬਿਆਹ ਜਾਂਦਾ, ਕਿਵੇਂ ਉਹਦੀ ਜ਼ਿੰਦਗੀ ਨਿਕਲੂ? ਤਾਇਆ ਮੇਰੀ ਗੱਲ ਸੁਣ ਲੈ, ਬਸ ਤੂੰ ਨਾ ਕਲੇਸ਼ ਪਾਈ, ਤੂੰ ਮਾਰ ਕਟਾਈ ਨਾ ਕਰੀ, ਐਵੇਂ ਗੱਲ ਸਾਰੀ ਤੇਰੇ ਤੇ ਆ ਜਾਂਦੀ ਹੈ ਫਿਰ। ਉਹ ਕਰੀਏ ਕੀ ਸਿਰਾ, ਖੂਨ ਮੱਚਦਾ ਫਿਰ, ਕਿੱਧਰ ਨੂੰ ਜਾਈਏ ਦੱਸ? ਉਹ ਭਾਈ ਤੇਰਾ ਤਾਇਆ ਸਿਆਣਾ ਹੈ, ਇਹ ਇੱਕ ਦਿਨ ਦੀ ਗੱਲ ਨਹੀਂ ਹੈਗੀ, ਸਾਰੀ ਉਮਰ ਦੀ ਗੱਲ ਹੈ, ਇੱਥੇ ਸਿਆਪਾ ਹੋ ਜੂ ਜਾਣ ਨੂੰ ਇਹਦੀ ਨੂੰ, ਤਾਂ ਕਹਿੰਦਾ ਇਹ। ਓਹੋ ਬਾਪੂ ਜੀ, ਗੱਲ ਤਾਂ ਠੀਕ ਕਹਿੰਦਾ ਤਾਇਆ, ਪਰ ਹੁਣ ਕਰੀਏ ਕੀ ਫਿਰ, ਜਦੋਂ ਤਾਈ ਮੰਨਦੀ ਨਹੀਂ ਇਸ ਗੱਲ ਨੂੰ। ਓਏ ਦੇਖ ਲੈ ਸਿਹਰਾ ਜੀ, ਅੱਜ ਚੁੱਪ ਕਰ ਗਿਆ, ਸਿਰ 'ਚ ਗਲੀਆਂ ਕਰ ਲੂਗਾ ਕਰਮ, ਹੈ ਮੈਨੂੰ ਪਤਾ ਉਹ ਕਿਹੋ ਜਿਹਾ ਮੁੰਡਾ। ਇਹ ਤਾਂ ਫਿਰ ਜਿਹੀ ਜੀ ਕੋਕੋ, ਉਹੋ ਜਿਹੇ ਬੱਚੇ, ਜਿਹੀ ਤਾਈ ਆਪ ਹੈ, ਉਹੋ ਜਿਹਾ ਕਰਮ ਹੈ। ਹਾਂ, ਹੁਣ ਤੁਹਾਨੂੰ ਤਾਂ ਪਹਿਲੀ ਨਹੀਂ ਜਾਣ ਦਿੰਦੀ ਹੈਗੀ ਉਹ, ਹੈ ਕੀ ਘੱਟ ਵਧੀਕੀਆ ਕਰਦੀ ਹੈ ਸਾਡੇ ਨਾਲ, ਸਹੀ ਗੱਲ, ਕਿਸੇ ਪਾਸੇ ਮਾਣ ਨਹੀਂ ਹੈਗੀ ਸਿਹਰਾ ਉਹ। ਹਾਂ,
ਉਹ ਬਾਈ ਇਹਦੀ ਤਾਂ ਉਹ ਗੱਲ ਹੈ ਕਿ ਪੱਥਰ 'ਤੇ ਬੂੰਦ ਪਈ ਜਿਹੀ ਜੀ ਨਾ ਪਈ ਕਿੰਨਾ ਮਰਜ਼ੀ ਮੱਥਾ ਮਾਰ ਲੈ ਪਹਿਲਾਂ ਦੇਖ ਲੈ ਕੀ ਕੁਛ ਤਾਂ ਹੋ ਕੇ ਹਟਿਆ ਮੰਨੀਆਂ ਨੇ ਮਾਂ ਦੀ ਧੀ ਨੇ ਆਪਦੀ ਸਿੱਧੀ ਲਿਖੀ ਰੱਖੀ ਹੈ ਬਸ ਜਿਹੜੀ ਗੱਲ ਕਹਿ ਤੀ ਉਹੀ ਜਿਉਂਦੇ ਜੀ ਨਰਕ ਭੋਗ ਰਿਹਾ ਜੀ ਮੈਂ ਜਿਉਂਦੇ ਜੀ ਹਾਂ ਮਰੇ ਤੋਂ ਬਾਅਦ ਤਾਂ ਪਤਾ ਨਹੀਂ ਕੀ ਹੋਊਗਾ ਸੱਚੀ ਗੱਲ ਹੈ ਇਦੋਂ ਵੱਡਾ ਨਰਕ ਹੋਰ ਕੀ ਹੋਊਗਾ ਇੱਕ ਪੁੱਤ ਤੁਰ ਗਿਆ ਇੱਕ ਆਲੇ ਲੜੀਆਂ ਕੱਢਦਾ ਫਿਰਦਾ ਕਰਮਾ ਮਾਰਿਆ ਕੀ ਕਰੇ ਦੱਸ ਔਰ ਲਹੂ ਪੀ ਲਿਆ ਉਹਨੇ ਦੱਸ ਨਾ ਉੱਧਰ ਮਾਣ ਹੈ ਨਾ ਉੱਧਰ ਮਾਣ ਕਿਹਾ ਤੀਗਾ ਵੀ ਚੁੱਪ ਕਰ ਉਹ ਆਉਂਦੀ ਹੈ ਤਾਈ ਉਹ ਮੇਰੀ ਗੱਲ ਸੁਣ ਲੈ ਬਾਈ ਤੂੰ ਨਾ ਬੋਲੀ ਬਾਲਾ ਬਲੱਡ ਨਾ ਵਧਾਈ ਮੜਾ ਸ਼ਾਂਤ ਰਹੀ ਮੈਂ ਕਾਹਨੂੰ ਬੋਲਦਾ ਮੈਥੋਂ ਤਾਂ ਬੋਲਿਆ ਜਾਂਦਾ ਹੈ ਲੈ ਮੈਂ ਤਾਂ ਉੱਧਰ ਜਾਣ ਦਾ ਸੋਚਦੀ ਸੀ ਇਹ ਆਪ ਹੀ ਤੁਰੀ ਆਉਂਦੀ ਹੈ ਉਹਨਾਂ ਨੂੰ ਚੱਲ ਚੁੱਪ ਕਰ ਜਾਓ ਫਿਰ ਕਲੇਸ਼ ਪਾ ਲੂਗੀ ਲੈ ਨਾ ਤਾਈ ਤਾਂ ਆਪ ਹੀ ਤੁਰੀ ਆਉਂਦੀ ਹੈ ਵੀਰ ਹੈ ਤਾਈ ਹੈ ਜੜਾਂ 'ਚ ਬੈਠੇ ਹੋ ਤੁਸੀਂ ਆਹ ਲੱਖੇ ਦਾ ਗੋਡੇ ਨਾਲ ਲਾ ਕੇ ਉਹ ਭਾਬੀ ਬਹਿ ਜਾ ਟਕਿਆਈ ਨਾਲ ਵੀ ਗੱਲ ਹੋ ਸਕਦੀ ਹੈ ਰਲਾ ਪਾਉਣ ਦੀ ਕੀ ਲੋੜ ਹੈ ਟਕਿਆਈ ਨਾਲ ਕਿਵੇਂ ਗੱਲ ਕਰਾਂ ਇੱਕ ਤਾਂ ਰੱਬ ਮੇਰਾ ਵੈਰੀ ਬਣ ਗਿਆ ਦੂਜੇ ਵੈਰੀ ਤੁਸੀਂ ਬਣ ਗਏ ਕੋਈ ਨਿਯਮ ਦੀ ਗੱਲ ਨਹੀਂ ਕਰਦਾ ਨਹੀਂ ਤੇਰੇ ਵੈਰੀ ਕੋਈ ਨਹੀਂ ਬਣਿਆ ਭੈਣੇ ਮਾੜਾ ਜਿਹਾ ਠੰਡੇ ਦਿਮਾਗ ਨਾਲ ਗੱਲ ਸੁਣ ਲਿਆ ਕਰ ਸਾਰੇ ਭੈਣ ਭਾਈਆਂ ਦੀ ਸਾਰਾ ਦਿਨ ਨਾ ਤੱਤੀ ਰਿਹਾ ਕਰ ਅਸੀਂ ਕੀ ਕਰਤਾ ਤੈਨੂੰ ਕਿਸੇ ਨੇ ਕੁਛ ਕਿਹਾ ਹੈਗਾ ਹੈ ਕੁਛ ਬੋਲੇ ਨਹੀਂ ਤੈਨੂੰ ਕੀ ਪਤਾ ਵੀ ਕੀ ਗੱਲ ਚੱਲਦੀ ਹੈ ਸਾਡੀ ਅੱਗੇ ਤੁਸੀਂ ਵੈਰੀ ਬਣ ਗਏ ਹਾਂ ਬੁਲਾ ਨਾ ਮੈਨੂੰ ਤਾਂ ਤੂੰ ਮੇਰੇ ਨਾਲ ਬਥੇਰੀ ਕੁੱਤੇ ਖਾਣੀ ਕਰਕੇ ਆਇਆ ਹਲੇ ਕੋਈ ਕਸਰ ਰਹਿੰਦੀ ਹੈ ਕੁੱਤੇ ਖਾਣੀ ਕਰ ਜਾ ਕੁੱਤੇ ਖਾਣੀ ਕਰਵਾਉਣੇ ਹੋ ਤੁਸੀਂ ਇਹੋ ਜਿਹੇ ਨੂੰ ਲਿਆ ਕੇ ਬਿਠਿਆ ਤਾਂ ਮੇਰੇ ਬਾਰ 'ਚ ਹਾਂ ਜੇ ਮੇਰੀ ਗੱਲ ਸੁਣ ਭੈਣੇ ਜੇ ਸਾਰੇ ਟੱਬਰ ਦੀ ਸਹਿਮਤੀ ਨਾਲ ਗੱਲ ਬਣ ਜੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਮੈਂ ਤਾਂ ਇਹੀ ਕਹੂੰਗੀ ਭੈਣ ਬਣ ਕੇ ਤੂੰ ਸਾਰਿਆਂ ਦੀ ਸਹਿਮਤੀ ਨਾਲ ਗੱਲ ਕਰ ਤਾਈ ਤੁਹਾਡੇ ਘਰ ਦਾ ਫਾਇਦਾ ਹੀ ਸੋਚਦੇ ਆ ਕਾਹਨੂੰ ਇੰਨਾ ਘਬਰਾਉਣੀ ਹੁੰਦੀ ਹੈਗੀ ਚੰਗੀ ਗੱਲ ਹੀ ਕਹਾਂਗੇ ਤੁਹਾਨੂੰ ਜਿਹੜੀ ਵੀ ਕਹਾਂਗੇ ਫਿਰ ਚੰਗੀ ਗੱਲ ਭਾਈ ਮੈਨੂੰ ਦੱਸ ਦਿਓ ਕਿਹੜੀ ਚੰਗੀ ਹੈ ਕਿਹੜੀ ਮਾੜੀ ਹੈ ਉਹ ਤਾਈ ਆ ਹੁਣ ਤਾਇਆ ਕਹੀ ਜਾਂਦਾ ਹੈਗਾ ਉਹਨੂੰ ਕਰਮੇ ਨੂੰ ਲਿਆਂਦਾ ਇੱਥੇ ਆ ਕੇ ਤੇਰੀ ਤਾਈ ਨੇ ਤਾਂ ਕਰਕੇ ਇੱਥੇ ਤਾਇਆ ਆਇਆ ਸਾਡੇ ਕੋਲੇ ਤਾਂ ਉਹੀ ਰਹਿ ਕਰਦੇ ਸੀ ਸਿਰਾ ਸੌ ਪਾਤ ਦਾ ਤਾਂ ਉਹ ਨਸਾ ਖਾਂਦਾ ਹਾਂ ਕੱਲ ਨਹੀਂ ਬਾਤ ਨਹੀਂ ਮੈਂ ਭਾਈ ਬਣਿਆ ਬਣਾਇਆ ਘਰ ਆਪਦਾ ਥੋੜ੍ਹੀ ਜਾਣਦਾ ਹੈਗਾ ਤੂੰ ਕੀ ਗੱਲ ਤੂੰ ਉਹਨੂੰ ਬੋਰੀਆਂ ਸਿੱਧ ਕੇ ਨਸ਼ੇ ਦੀਆਂ ਸ਼ਰਮ ਨਹੀਂ ਆਉਂਦੀ ਕਹਿੰਦੇ ਨੂੰ ਤਾਂ ਦੇਖਿਆ ਉਹ ਨਸ਼ਾ ਕਰਦਾ ਉਹ ਵਾਧੂ ਕਲੰਕ ਲਾਉਣਾ ਮੇਰੇ ਭਤੀਜੇ ਨੂੰ ਮੈਂ ਤਾਂ ਬੰਦੇ ਦੀ ਅੱਖ ਦੇਖ ਕੇ ਦੱਸ ਦਿੰਦਾ ਵੀ ਨਸ਼ਾ ਕਿਹੜਾ ਕਰਦਾ ਹੈ ਮੈਂ ਬਸ ਕਰ ਜਾ ਹਾਂ ਉਮਰ ਲੱਗੀ ਮੇਰੀ ਕਿਹੜੀਆਂ ਗੱਲਾਂ ਕਰਦੀ ਹੈ ਤੂੰ ਦੇਖਿਆ ਹੋਇਆ ਤੂੰ ਹਾਂ ਹੋਇਆ ਨਾਲੇ ਹੋਰ ਮੇਰੀ ਗੱਲ ਸੁਣ ਫਿਰ ਪ੍ਰੀਤੋ ਦੇ ਮੁੰਡੇ 'ਚ ਕੀ ਘਾਟ ਹੈ ਤੂੰ ਮੈਨੂੰ ਇਹ ਗੱਲ ਤਾਂ ਦੱਸ ਨਾਲੇ ਤਾਂ ਉਮਰ ਸਿਰ ਉਹ ਜਵਾਕ ਨਿਆਣਾ ਸੋਹਣਾ ਸੁਨੱਖ ਹੈ ਸਿਆਣਾ ਹੈ ਆਪਣਾ ਦੇਖਿਆ ਭਾਲਿਆ ਫਿਰ ਉਹਦੇ ਖਾਤਰ ਕਿਉਂ ਨਹੀਂ ਮੰਨਦੀ ਤੂੰ ਕੀ ਗੱਲ ਮੇਰੇ ਭਤੀਜੇ 'ਚ ਕੀ ਕਮੀ ਹੈ ਬਾਈ ਮੈਂ ਦੱਸਦਾ ਇੱਕ ਤਾਂ ਅਨਪੜ ਹੈ ਬੂਝੜ ਆ ਉੱਤੋਂ ਸੌ ਭਾਂਤ ਦਾ ਖਾਂਦਾ ਨਸ਼ਾ ਜੇ ਐਡਾ ਚੰਗਾ ਤੀ ਉੱਥੇ ਕਿਉਂ ਨਹੀਂ ਵਿਆਹ ਹੋਇਆ ਭਾਈ ਇਹਦਾ ਕੀ ਗੱਲ ਬੋਲ ਨਾ ਮੇਰੀ ਗੱਲ ਸੁਣ ਫਿਰ ਮੇਰੀ ਨੂੰਹ ਹੈ ਪ੍ਰੀਤੋ ਦੇ ਮੁੰਡੇ ਖਾਤਰ ਰੱਖੀ ਹੈ ਪ੍ਰੀਤੋ ਦੇ ਮੁੰਡੇ ਨੂੰ ਕਿਤੇ ਹੋਰ ਵਿਆਹ ਲਓ ਮੇਰੀ ਨੂੰਹ ਨਾਲ ਕੀ ਬੰਨਿਆ ਹੋਇਆ ਓਹੋ ਤਾਈ ਇਹਦਾ ਜ਼ਿੰਦਗੀ ਦੇ ਵਿੱਚ ਸਿਆਪਾ ਪੈਣਾ ਸੀਗਾ ਆਹ ਗੱਲ ਬਣਨੀ ਸੀ ਅਸੀਂ ਕਦੋਂ ਕਹਿੰਦੇ ਆ ਵੀ ਨੂੰਹ ਉੱਥੇ ਰੱਖੀ ਹੋਈ ਆ ਉਹਦੇ ਵਾਸਤੇ ਇਹ ਤਾਂ ਚਲੋ ਰੱਬ ਦਾ ਭਾਣਾ ਮੰਨਣਾ ਹੀ ਪਊ ਆਪਾਂ ਨੂੰ ਇਹ ਤਾਂ ਕਹਿੰਦੀਆਂ ਸਕੀਮਾਂ ਘੜੀਆਂ ਹੋਈਆਂ ਨੇ ਵੀ ਮੁੰਡਾ ਮਰੂਗਾ ਫਿਰ ਪ੍ਰੀਤੋ ਦੇ ਲੜ ਲੱਗੂ ਇਹ ਸਾਰੀਆਂ ਸਕੀਮਾਂ ਨੇ ਕੋਈ ਜਦੋਂ ਕੁਦਰਤੀ ਆਫਤ ਪੈ ਗਈ ਸਾਨੂੰ ਕੀ ਕੋਈ ਪਤਾ ਸੀਗਾ ਵੀ ਪੁੱਤ ਤੁਰ ਜੂਗਾ ਬਰੋਬਰ ਦਾ ਹਾਂ ਨਾ ਮੁੰਡਾ ਮੇਰਾ ਵੈਰੀ ਸੀ ਹੈ ਵੀ ਮੈਂ ਮਾਰਿਆ ਕਿੱਡਿਆ ਕਿਹੜਾ ਤੂਮਤਾ ਲਾਉਂਦਾ ਹੈ ਜ਼ਬਾਨ ਸੰਭਾਲ ਕੇ ਗੱਲ ਕਰ ਮੇਰਾ ਪੁੱਤ ਦੀ ਢਿੱਡੋਂ ਜੰਮਿਆ ਤੀ ਹੈ ਤੈਨੂੰ ਕੀ ਤਕਲੀਫ ਹੋਈ ਤੀ ਮੇਰਾ ਸਾਥੀਆ ਮੇਰਾ ਕੁਝ ਲੱਗਦਾ ਨਹੀਂ ਤੀ ਉਹ ਕਦ ਨਹੀਂ ਬਾਤ ਨਹੀਂ ਮੂਰਾ ਬੋਲਦੀ ਹੈ ਕੀ ਮੇਰੇ ਹੁਣ ਤੈਨੂੰ ਕੀ ਕਿਹਾ ਸੀ ਅਸੀਂ ਨਾ ਤੂੰ ਆਪਦਾ ਬਲੱਡ ਵਧਾਈ ਇਹ ਗੱਲਾਂ ਐ ਨਹੀਂ ਹੁੰਦੀਆਂ ਐਂ ਦੱਸ ਪ੍ਰੀਤੋ ਦਾ ਮੁੰਡਾ ਕੋਈ ਕੁਮਾਰਾ ਤਾਂ ਦੇਖ ਰਹਿੰਦਾ ਨਹੀਂ ਹੈ ਆਪਾਂ ਹਲੇ ਉਹਨੂੰ ਪੁੱਛਾਂਗੇ ਆਪਾਂ ਉਹਦੇ ਨਾਲ ਗੱਲ ਕਰਾਂਗੇ ਫਿਰ ਇੱਕ ਗੱਲ ਹੋਰ ਦੱਸ ਅੱਛਾ ਤੇਰੀ ਨੂੰਹ ਦੇ ਪੇਕੇ ਭਾਈ ਤੇਰੇ ਭਤੀਜੇ ਵਾਸਤੇ ਮੰਨਣਗੇ ਕਿ ਨਾ ਮੰਨਣਗੇ ਹਲੇ ਕਿਹੜਾ ਪਤਾ ਹੈਗਾ ਤੈਂ ਪੁੱਛ ਲਿਆ ਉਹ ਪ੍ਰੀਤੋ ਦੇ ਮੁੰਡੇ ਵਾਸਤੇ ਮੰਨ ਜਾਣਗੇ ਇਸ ਨੂੰ ਪੱਕਾ ਯਕੀਨ ਹੈ ਫਿਰ ਲੈ ਫਿਰ ਪੁੱਠੀ ਚੱਲਦੀ ਹੈ ਉਹਦੇ ਵਾਸਤੇ ਤਾਂ ਹੁਣ ਮਨਾ ਹੀ ਲੈਂਦਾ ਜਦੋਂ ਜਵਾਕ ਸਿਆਣਾ ਸੀ ਅਗਲੇ ਦਾ ਬਈ ਮੇਰੀ ਗੱਲ ਸੁਣ ਚੱਲ ਮੰਨਦੇ ਆ
ਨਣਦ ਭਰਜਾਈ ਦੀ ਲੜਾਈ 100 ਵਾਰੀ ਹੁੰਦੀ ਹੈ, ਉਹ ਰੱਖ ਤੂੰ। ਪਰ ਜਵਾਕ ਤਾਂ ਆਪਦੇ ਚੁੱਲ੍ਹੇ ਤੇ ਲਿਆ ਲੈ ਜਾਂਦੀ ਹੈ। ਉਹ ਤਾਂ ਕਹੀ ਜਾਂਦੀ ਹੈ ਮੇਰਾ ਮੁੰਡੇ ਨਾਲ ਪਿਆਰ ਸੀ, ਉਹ ਮੁੰਡੇ ਦੇ ਟੱਬਰ ਨੂੰ ਨਸ਼ੇੜੀ ਦੇ ਗਲ ਲਾ ਕੇ ਉਹਦੀ ਜ਼ਿੰਦਗੀ ਖਰਾਬ ਕਰਦੇ, ਇਹ ਤੇਰੀ ਸਿਆਣਪ ਹੈ ਬਹੁਤ ਵੱਡੀ। ਨਹੀਂ ਕਾਕੇ, ਮੈਨੂੰ ਥੋੜੀ ਸਮਝ ਨਹੀਂ ਆਉਂਦੀ ਵੀ ਤੁਸੀਂ ਨੇ ਉਹ ਨਸ਼ਾ ਖਾਂਦਾ ਦੇਖਿਆ ਕਿੱਥੇ ਹੈ, ਕੌਣ ਬੋਰੀਆਂ ਡੇਗ ਕੇ ਆਇਆ ਸਾਡੇ ਘਰੇ। ਐ ਨਾ ਗੱਲ ਕਰ, ਦੇਖ ਜੇ ਅਸੀਂ ਗੱਲ ਦੇਖੀ ਹੈ ਤਾਂ ਹੀ ਕਹਿੰਦੇ ਆ, ਤੁਹਾਡੇ ਫਾਇਦੇ ਦੀ ਗੱਲ ਹੀ ਕਰਦੇ ਆ, ਕੱਲ ਨੂੰ ਪਛਤਾਓਗੇ, ਗੱਲ ਮੂਰੇ ਆ ਜਾਊਗੀ, ਕੀ ਫਾਇਦਾ ਉਸ ਗੱਲ ਦਾ। ਤੂੰ ਤਾਂ ਉਹ ਗੱਲਾਂ ਕਰਦੀਆਂ ਜਿਵੇਂ ਤੁਰਤ ਪ੍ਰਗਟ ਹੋਇਆ ਹੁੰਦਾ ਕਿਤੇ ਰੱਬ ਤੋਂ ਡਿੱਗਿਆ ਉਹ। 20 ਬਰਾਤਾਂ 'ਚ ਦੇਖ ਲਿਆ ਸੀ ਉਹ, ਕਮਾਲ ਕਰੀ ਜਾਂਦੇ ਆ ਭਾਬੀ ਤੂੰ। ਲੈ ਬਰਾਤਾਂ 'ਚ ਦੁਨੀਆ ਖਾਂਦੀ ਪੀਂਦੀ ਹੈ, ਤੁਸੀਂ ਕੀ ਮੂੰਹ ਬੰਨ ਕੇ ਰੱਖਦੇ ਹੋ, ਉੱਥੇ ਤੁਸੀਂ ਵੀ ਖਾਂਦੇ ਪੀਂਦੇ ਹੋਵੋਂਦੇ, ਜੇ ਉਹਨੇ ਪੀ ਲਈ ਫਿਰ ਕੀ ਹੋ ਗਿਆ। ਤੂੰ ਇਹਨੂੰ ਮਨਾ ਹੀ ਲੈ ਜਾਰਾ, ਗੱਲ ਮੁਕਾ, ਤੂੰ ਇਹਨੂੰ ਮਨਾ ਹੀ ਲੈ, ਇਹ ਤਾਂ ਮਰਨਾ ਪਊ, ਸਾਡੇ 'ਚੋਂ ਤਾਂ ਇੱਕ ਜਣੇ ਨੂੰ ਮਰਨਾ ਪਊ। ਮੈਂ ਮਰੂੰ ਨਾ, ਤੂੰ ਮਰੀ ਨਾ, ਹੋ ਗੱਲ ਤੇਰੀ, ਮੈਂ ਮੇਰੀ ਨੂੰਹ ਨੂੰ ਆਪਦੇ ਪੇਕੀ ਭੇਜ ਕੇ ਮੈਂ ਮਰੂੰਗੀ। ਤੂੰ ਮਰੇ ਜਾ, ਪੈਡਾ ਸੁੱਟ ਜੂ ਪਰ ਇੱਕ ਪਾਸਾ ਤਾਂ ਹੋ ਜਾਓ। ਫਿਰ ਕੀ ਫਾਇਦਾ ਇਹਨਾਂ ਗੱਲਾਂ ਦਾ, ਇਹ ਗੱਲਾਂ ਕਰਨ ਦਾ ਕੀ ਏੜੀਆ ਹੈਗਾ, ਉਹੀ ਗੱਲ ਫਿਰ ਤੁਹਾਡੀ। ਮੇਰੀ ਗੱਲ ਸੁਣ ਲਓ, 100 ਹੱਥ ਰੱਸਾ ਸਿਰੇ ਤੇ ਗੰਢ, ਪ੍ਰੀਤੋ ਦੇ ਮੁੰਡੇ ਨੂੰ ਤਾਂ ਮੈਂ ਪੱਗ ਦੇਣ ਦਿੰਦੀ ਨਹੀਂ, ਦਿੰਦੀ ਨਹੀਂ, ਦਿੰਦੀ ਨਹੀਂ। ਫਿਰ ਮੇਰੀ ਗੱਲ ਸੁਣ ਲੈ, ਪੱਗ ਮੈਂ ਕਰਮੇ ਨੂੰ ਵੀ ਨਹੀਂ ਦੇਣ ਦਿੰਦਾ। ਹਾਂ ਇੱਥੇ ਆ ਜਾ, ਤੂੰ ਹਟਾ ਕੇ ਦਿਖਾਈ, ਮੈਂ ਬਹੂ ਤੋਂ ਪਰਚਾ ਲਿਖਿਆ ਕੇ ਜਾਊਂ, ਹਾਂ ਫਿਰ ਮਰੂੰਗੀ ਮੈਂ। ਤੁਹਾਡਾ ਨਾਂ ਉਤਰਾ ਕੇ ਸਾਰਿਆਂ ਦਾ ਨੜਾ ਕੇ ਮਾਰ ਦੂ ਤੁਹਾਨੂੰ ਸਭ ਨੂੰ ਵਿੱਚੇ, ਤੈਨੂੰ ਜੇ ਚੀਜ਼ ਨਾ ਪਸੀਨੇ ਚੱਕਿਆ ਤੂੰ ਕੀ ਜਾਣੇਗਾ। ਸਾਡਾ ਨਾਂ ਕਦੇ ਵਾਸਤੇ ਧਰਦੀ ਫਿਰਦੀਆਂ, ਦੋ ਮਿੰਟ ਤੈਨੂੰ ਸਮਝੋ, ਤੁਸੀਂ ਸਕੀਮਾਂ ਦਿੰਦੇ ਇਹਨੂੰ ਬਦਲਾਉਣਾ ਤਾਂ ਕੀ ਹੈ, ਗੋਡੇ ਲਾ ਰੱਖਿਆ ਤੁਸੀਂ ਨੇ ਇਹ। ਲੈ ਭਾਬੀ ਤੂੰ ਜੰਮੀ ਕਮਾਲ ਕਰਦੀ ਹੈ, ਮੈਂ ਬਾਈ ਨੂੰ ਘਰੇ ਜਾ ਕੇ ਸੱਦ ਕੇ ਲਿਆਇਆ ਸੀ, ਜਾਂ ਘਰੇ ਇਹਨੂੰ ਮੈਂ ਕਹਿੰਦਾ ਵੀ ਸਾਡੇ ਘਰੇ ਨਾ ਵੜ। ਮੇਰੀ ਗੱਲ ਸੁਣ, ਤਾਇਆ ਫਿਰ ਹੋਰ ਜਾਊ ਵੀ ਕਿੱਥੇ, ਇੱਥੇ ਹੀ ਆਊਗਾ ਵੀ। ਆਹੋ ਕਾਜੀ ਦੀ ਦੌੜ ਮੁਸੀਬਤਾਂ, ਇਹਨੇ ਤਾਂ ਜਦੋਂ ਕੋਈ ਸਾਡੇ ਘਰੇ ਰੌਲਾ ਝਗੜਾ ਹੁੰਦਾ ਹੈ ਤੁਹਾਡੇ ਕੋਲ ਆ ਕੇ ਰੋਣੇ ਰੋਂਦਾ, ਨਾਲੇ ਕੋਈ ਹੱਲ ਨਹੀਂ ਹੁੰਦਾ ਗੱਲ ਦਾ। ਹੋਰ ਫਿਰ ਜਿਵੇਂ ਕਹਿੰਦੇ ਹੁੰਦੇ ਨੇ ਆਪਦਾ ਮਾਰੂ ਸਾਵੇਂ ਸਿੱਟੂ, ਆਪਦੇ ਕੋਲ ਹੀ ਜਾਂਦਾ, ਮੈਂ ਕੀ ਜਾਂਦਾ ਨੀ ਬਾਈ ਕੋਲੇ। ਫਿਰ ਕੀ ਗੱਲ, ਮੇਰਾ ਵੀ ਉਹ ਆਪਦਾ ਜੇ ਸਾਵੇਂ ਸਿੱਟੂ, ਮੈਨੂੰ ਵੀ ਸਾਵੇਂ ਸਿੱਟੂਗਾ, ਹੈ ਮੇਰਾ ਉਹ ਦੋਹਤਾ ਦੱਸ ਕੀ ਲੱਗਿਆ, ਇਹ ਤਾਂ ਮੇਰਾ ਭਤੀਜਾ। ਉਹ ਫਿਰ ਮੇਰਾ ਸਾਹ ਮੇਰਾ ਕੀ ਲੱਗਿਆ ਹੋ, ਹਾਂ ਇੱਧਰ ਵੀ ਦੇ ਜਵਾਬ ਫਿਰ ਤੇਰਾ ਉਹ ਤਾਂ ਮੇਰਾ ਕੀ ਲੱਗਿਆ ਹੋ, ਹਰਾਮੀ ਮੇਰਾ ਕੀ ਲੱਗਦਾ ਹੋ, ਤੇਰੀ ਭੈਣ ਦਾ ਮੁੰਡਾ ਹੋ। ਫਿਰ ਮੇਰੀ ਗੱਲ ਸੁਣੋ ਬਾਈ, ਫਿਰ ਇਹਦਾ ਕੋਈ ਹੱਲ ਨਹੀਂ ਹੈਗਾ, ਉਹ ਕੁੜੀ ਨੂੰ ਭਾਈ ਪਿੰਡ ਤੋਰੋ, ਹਾਂ ਇਹਦਾ ਹੋਰ ਕੋਈ ਹੱਲ ਹੀ ਨਹੀਂ ਹੈਗਾ, ਉਹਨੂੰ ਪਿੰਡ ਤੋਰ ਦੋ ਆਪਦਾ, ਹਾਂ ਬੁਲਾ ਕੇ ਤੂੰ ਤੋਰ ਕੇ ਦਿਖਾਈ ਉਹਨੂੰ, ਉਹ ਪਿੰਡ ਜਾਂਦੀ ਹੋ ਨਹੀਂ, ਤੂੰ ਤੋਰ ਕੇ ਦਿਖਾਈ। ਦੇਖ ਭਾਬੀ, ਸਾਡੇ ਭਾਣਜੇ ਨੂੰ ਗਾਲ ਦੇਣ ਦੀ ਲੋੜ ਨਹੀਂ, ਉਹਨਾਂ ਨੂੰ ਤਾਂ ਐ ਵੀ ਨਹੀਂ ਪਤਾ ਵੀ ਇਹਨਾਂ ਦੇ ਕੀ ਵਿਚਾਰ ਨੇ, ਹੈ ਆਪਾਂ ਤਾਂ ਪਹਿਲਾਂ ਉਹ ਆਪਦੇ ਘਰੇ ਰਹਿ ਕਰਦੇ ਸੀ, ਤੂੰ ਤੂੰ ਤੁਕੜਾ ਪਾ ਰੱਖਿਆ ਬਿਨਾਂ ਗੱਲ ਤੋਂ। ਮੈਨੂੰ ਤਾਂ ਤੂੰ ਰੋਕਣ ਲੱਗ ਰਿਹਾ, ਇਹਨੂੰ ਨਹੀਂ ਰੋਕਦਾ, ਮੇਰੇ ਭਤੀਜੇ ਨੂੰ ਗਾਲਾਂ ਦਿੰਦਾ, ਨਿਉਂ ਦੀ ਗੱਲ ਕਰਕਾ ਕੇ ਨਿਉਂ ਦੀ ਦੋਨਾਂ ਪਾਸੇ ਦੇਖਦਾ ਤੂੰ ਡੱਕਾ। ਲੈ ਉਹ ਤਾਂ ਜਿਹਾ ਜਿਹਾ ਬੰਦਾ ਉਹ ਜਿਹਾ ਕਿਹਾ ਜਾਂਦਾ। ਹਾਂ ਮੈਂ ਮਾੜੀਆਂ, ਫਿਰ ਤੇਰਾ ਭਾਈ ਚੰਗਾ। ਚੱਲ ਕੋਈ ਨਾ, ਇਹ ਤਾਂ ਬਥੇਰਾ ਚੰਗਾ ਸੀ, ਬੜੇ ਪਰੋਲ ਕੇ ਰੱਖਤਾ ਤੁਸੀਂ। ਹਾਂ ਕਿ ਮੇਰਾ ਨਹੀਂ ਬੜੇ ਪਰੋਲਿਆ, ਮੈਂ ਕੀ ਉਹੀ ਗੱਲ ਸੌਖੀਆਂ ਵੀ ਜੇ ਇਹ ਔਖਾ ਹੈ। ਫਿਰ ਤੂੰ ਕਿਸੇ ਦੇ ਮਾਗਰ ਮੂਰੇ ਵੀ ਤਾਂ ਲੱਗ ਜਾ, ਨਾ ਤਾਂ ਮਾਗਰ ਲੱਗੇ ਨਾ ਮੂਰੇ ਲੱਗੇ, ਲੱਗੀ ਹੋਈਆਂ। ਮੇਰੀ ਗੱਲ ਸੁਣ ਲੈ, ਜੇ ਕੱਲ ਨੂੰ ਤੁਹਾਨੂੰ ਕੋਈ ਦੁੱਖ ਹੋਊਗਾ ਤੁਸੀਂ ਸਾਡੇ ਕੋਲ ਹੀ ਆਓਗੇ, ਸਾਨੂੰ ਹੀ ਦੱਸੋਗੇ, ਅਸੀਂ ਤਾਂ ਉਸ ਗੱਲ ਤੋਂ ਡਰਦੇ ਆ ਵੀ ਕੱਲ ਨੂੰ ਤੁਹਾਡੀ ਜਾਨ ਨੂੰ ਕੋਈ ਸਿਆਪਾ ਪੈ ਗਿਆ, ਮੁੜ ਕੇ ਤੁਸੀਂ ਦੋਨੇ ਜਣੇ ਬੁੜੇ ਹੋ, ਮੁੜ ਕੇ ਸਾਨੂੰ ਹੀ ਚੱਕਣੇ ਪਾਉਂਗੇ। ਬੇ ਪੁੱਤ ਰਾਜ, ਮੇਰੀ ਗੱਲ ਸੁਣ ਲੈ, ਤੂੰ ਵੱਡਾ ਹੈ, ਤੂੰ ਮੇਰਾ ਪੁੱਤਾਂ ਵਰਗਾ, ਪੁੱਤਾਂ ਦਾ ਤੈਨੂੰ ਮੈਂ ਦਰਜਾ ਦਿੰਦੀ ਆ। ਦੇਖ ਦਿਨਾ ਰਾਤ ਆ ਸਾਡੇ ਦੁੱਖ ਚਾ ਸੁੱਖ ਚਾ, ਪਰ ਇਸ ਗੱਲ 'ਚ ਸਾਡੀ ਟੰਗ ਨਾ ਡਾਓ, ਜਿਹੜਾ ਸਾਡੇ ਘਰੇ ਮਸਲਾ ਇਹਦਾ ਹੱਲ ਹੋ ਜਾਣ ਦਿਓ, ਮੈਂ ਤੁਹਾਨੂੰ ਕਦੋਂ ਦੋ ਨਹੀਂ ਕਹਿੰਦੀ। ਭਾਈ ਚੱਲ ਤੁਹਾਡੀ ਮਰਜ਼ੀ ਆ, ਅਸੀਂ ਤਾਂ ਤੁਹਾਡੇ ਫਾਇਦੇ ਦੀ ਗੱਲ ਕਰਦੇ ਹਾਂ, ਨਹੀਂ ਮੰਨਣੀ ਭਾਈ ਤੁਹਾਡੀ ਮਰਜ਼ੀ ਹੈ, ਅਸੀਂ ਕੀ ਕਰ ਸਕਦੇ ਹਾਂ ਦੱਸ। ਇਹਨਾਂ ਤਾਂ ਭਾਈ ਪਾਣੀ 'ਚ ਮਧਾਣੀ ਹੈ, ਕੋਈ ਨਹੀਂ ਸਲਝਾ ਸਕਦਾ ਇਹਨਾਂ ਦੀ ਤਾਣੀ ਵਾਲੀ। ਇਹ ਤਾਂ ਬਸ ਭਾਈ ਖੂਨ ਖਾੜੇ ਹੋਣਗੇ, ਹੋ ਜਾਣਦੇ, ਦੇਖੀ ਜਾਓ ਖੂਨ ਖਾੜੇ ਹੋਣਗੇ। ਮੇਰੀ ਗੱਲ ਸੁਣ ਲੈ, ਮੈਂ ਤਾਂ ਤੇਰੇ ਨਾਂ ਤੇ ਨਾ ਪਰਚਾ ਲਿਖਿਆ ਕੇ ਮੁੱਕੂਗੀ, ਕੈਨੂੰ ਨੜਾ ਕੇ ਮਾਰ ਜਾ, ਮੇਰੇ ਸਾਹਮਣੇ ਹੁਣੇ ਮਰ ਜਾ, ਮਾਰ ਮਾਰ ਨਾ, ਹਾਂ ਤੂੰ ਨੇੜੋਂ ਲੱਗਦਾ ਮੇਰਾ। ਓ ਮੇਰੀ ਗੱਲ ਬਸ, ਨਾ ਨਾ ਐ ਨਾ ਕਰ, ਓ ਜਿਆਦੇ ਸ਼ਰੀਕਾ ਚ ਗਲਤ ਗੱਲ ਕਰੀ ਹੈ, ਨਾ ਤਾਂ ਅੱਗੇ ਲੱਗੇ ਨਾ ਪਿੱਛੇ ਲੱਗੇ। ਹਾਂ
ਹੁਣ ਸਾਨੂੰ ਕਿਹੜਾ ਭਾਈ ਦੁੱਖ ਨਹੀਂ ਤੇਰੀਆਂ ਗੱਲਾਂ ਦਾ, ਬਥੇਰਾ ਦੁੱਖ ਹੈ, ਕੀ ਕਰੀਏ ਹੁਣ, ਕੀ ਕੀਤਾ ਜਾਵੇ ਜਦੋਂ ਕਿਸੇ ਦੀ ਮੇਰੇ ਸਾਲੇ ਦੀ ਨਾ ਲਾਉਂਦੀ ਨਹੀਂ ਹੈ ਕਿਸੇ ਦੀ ਉਹ ਜੀ। ਚਲ ਤੁਸੀਂ ਕਾਹਨੂੰ ਇੰਨਾ ਬਲੱਡ ਵਧਾਇਆ ਹੈਗਾ, ਹੌਲੀ ਹੌਲੀ ਕੋਈ ਨਹੀਂ, ਠੰਡੇ ਮੱਦੇ ਨਾਲ ਆਪਾਂ ਗੱਲ ਕਰ ਲਾਂਗੇ, ਇੱਕ ਦੋ ਦਿਨਾਂ 'ਚ ਕੀ ਹੈ ਤਾਈ ਮੰਨ ਜੇ, ਕੋਈ ਨਹੀਂ ਫਿਰ ਉਹ ਤੁਹਾਨੂੰ ਕੀ ਕਹਿੰਦਾ ਗਾ, ਆਇਆ ਹੋਇਆ ਗਾ ਕਿਹੜਾ, ਉਹਨੂੰ ਕੋਈ ਹੁਣੀ ਪੱਗ ਫੜਾਈ ਜਾਂਦਾ ਹੈ। ਉਹ ਚੱਲ ਆਏ ਫਿਰ ਉਹਨੂੰ ਕਿਹੜਾ ਕੋਈ ਘਰੋਂ ਭਜਾਈ ਜਾਂਦਾ ਹੈਗਾ, ਤਾਈ ਨੂੰ ਵੀ ਮਾੜਾ ਮੋਟਾ ਸੋਚਣਾ ਚਾਹੀਦਾ ਹੈ। ਫੇਰਾ ਮੇਰੀ ਗੱਲ ਸੁਣਾ, ਤੇਰੀ ਵੀ ਕਿੱਡੀ ਉਮਰ ਹੋ ਗਈ, ਮੈਂ ਵੀ ਕਿੱਡਾ ਹੋ ਗਿਆ, ਬਾਈ ਦੇ ਤਾਂ ਲੜ ਲੱਗੀ ਹੋਈ ਹੈ, ਇਹ ਨਹੀਂ ਮੰਨਦੀ ਕਿਸੇ ਦੀ, ਨੁਕਸਾਨ ਕਰਾ ਦੂ ਘਰੇ, ਮੈਂ ਤਾਂ ਕਹਿੰਦਾ ਜਿਵੇਂ ਕਹਿੰਦੀ ਆ ਕਰ ਲਓ, ਫਿਰ ਹੋਰ ਕੀ ਕਰੋਗੇ। ਤਾਇਆ ਜੀ ਅਸੀਂ ਤਾਂ ਆਪ ਇਹੀ ਕਹਿੰਦੇ ਆ, ਦੇਖ ਹੈ ਤਾਂ ਛੋਟਿਆ, ਸਾਡਾ ਹੱਕ ਨਹੀਂ ਬਣਦਾ, ਪਰ ਜਿੱਥੋਂ ਤੱਕ ਤਾਈ ਨੇ ਅੱਜ ਤੱਕ ਅਸੀਂ ਜਿੱਦ ਦੇਖੀ ਹੈਗੀ, ਉਹਨੇ ਆਪਦੀ ਜਿੱਦ ਪਗਾਈ ਹੈਗੀ। ਤਾਇਆ ਤੂੰ ਸਬਰ ਦਾ ਘੁੱਟ ਭਰ ਲੈ, ਜਦੋਂ ਰੱਬ ਨੇ ਤੇਰਾ ਪੁੱਤ ਨਹੀਂ ਛੱਡਿਆ ਨਾ, ਤੂੰ ਮੰਨ ਜਾ ਤਾਇਆ। ਪੁੱਤ ਮੇਰੀ ਗੱਲ ਸੁਣੋ, ਮੈਂ ਸਾਰਿਆਂ ਦੀ ਗੱਲ ਨਾਲ ਸਹਿਮਤ ਆ, ਪਤਾ ਨਹੀਂ ਸਾਲ ਕੱਟੂ ਪਤਾ ਨਹੀਂ 2 ਸਾਲ ਕੱਟੂ, ਉਹ ਕੁੜੀ ਦੀ ਸਾਰੀ ਉਮਰ ਨਸ਼ਿਆਂ ਦਾ ਜੋ ਦੀ ਮਰਜ਼ੀ ਜਰਾ, ਜਿਹਦੀਆਂ ਫਿਰ ਅੱਖਾਂ ਦੁਖਣਗੀਆਂ ਆਪੀ ਪੱਟੀਆਂ ਬੰਨੂ, ਫਿਰ ਆਪਾਂ ਅਗੇ ਲੈਣਾ ਕੀ ਹੈ? ਅੱਖਾਂ ਤਾਂ ਸਿਹਰਾ, ਇਹ ਵੀ ਐ ਨਹੀਂ ਪਤਾ ਸਾਲ ਕੱਟੂ, ਇਹਦਾ ਕਿਹੜਾ ਕੋਈ ਭਰੋਸਾ, ਉਹ ਦੁਖੀ ਤਾਂ ਉਹ ਹੋਊਗੀ ਵਿਚਾਰੀ, ਉਹ ਜਿਹਨੂੰ ਵਿਆਹ ਕੇ ਲਿਆਤੀ ਮੇਰਾ ਪੁੱਤ। ਹਾਂ ਕੀ ਪਤਾ ਅਗਲੇ ਦੇ ਪੇਕਿਆਂ ਨਾਲ ਗੱਲ ਕਰੋਗੇ ਤਾਇਆ, ਬਾਕੀ ਜਿਵੇਂ ਹੁੰਦਾ ਇਹਨੂੰ ਹੋ ਜਾਣ ਦਿਓ, ਤੁਹਾਡੇ ਵਾਸਤੇ ਆ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ, ਤੁਸੀਂ ਆਪਦਾ ਇੱਥੇ ਆ ਜਾਇਆ ਕਰੋ, ਹੋਰ ਕੀ ਕਰ ਸਕਦੇ ਆਂਗੇ, ਕਲੇਸ਼ ਨਾਲੋਂ ਤਾਂ ਫਿਰ ਕਿਸੇ ਉਹੀ ਗੱਲ ਹੈ, ਕਲੇਸ਼ ਲੈ ਪੈਂਦਾ ਹੁੰਦਾ ਤਾਇਆ। ਚਲੋ ਦੇਖਦੇ ਪੁੱਤ, ਜੇ ਤਾਂ ਮੰਨਦੀ ਆ ਠੀਕ ਹੈ, ਨਹੀਂ ਪਰ ਜਿਵੇਂ ਕਰਦੀ ਆ ਕਰ ਲੈਣ ਦੋ, ਹੋਰ ਕੀ ਬਣੇ। ਹਾਂਜੀ ਸਤਿ ਸ੍ਰੀ ਅਕਾਲ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈਲ ਦੀ ਨਿਸ਼ਾਨੀ ਜ਼ਰੂਰ ਦਬਾ ਲਿਆ ਕਰੋ, ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।